ਹਾਂਜੀ ਬਾਈ ਜੀ, ਕਬੱਡੀ ਓਪਨ ਦੀ ਜੇਕਰ ਕੋਈ ਟੀਮ ਇੱਥੇ ਪਹੁੰਚੀ ਆ ਐਂਟਰ ਹੋਣ ਵੱਲੋਂ ਰਹਿੰਦੀ ਤਾਂ ਕਿਰਪਾ ਕਰਕੇ ਐਂਟਰ ਹੋਏ। ਜਿਹੜੀ ਸਕੂਲ ਦੀ ਮੋਟਰ ਉਹ ਚੱਲੀ ਜਾਂਦੀ, ਟੈਂਕੀ ਭਰ ਗਈ ਹੈ ਜੋ ਕਿ ਉੱਥੇ ਵੀਰ ਹੈ ਪ੍ਰਬੰਧਕ, ਤਾਂ ਉਹ ਕਿਰਪਾ ਕਰਕੇ ਬੰਦ ਕਰ ਦੇਵੇ, ਸਾਡੀ ਬੇਨਤੀ ਹੈ। ਔਰ ਜਿੰਨੇ ਵੀ ਸਾਡੇ ਦਾਨੀ ਵੀਰ ਹੈ ਆਪਾਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਜਿਹੜੀ ਲੈਫਟ ਹੈ ਸਮੇਂ ਸਮੇਂ ਅਨੁਸਾਰ ਅਸੀਂ ਸਾਂਝੀ ਕਰਦੀ ਰਹਾਂਗੇ। ਸਾਡੇ ਸਤਿਕਾਰਯੋਗ ਸੁਰਜੀਤ ਸਿੰਘ ਜੀ ਸਿੱਧੂ ਸਾਹਿਬ, ਜਿਨ੍ਹਾਂ ਨੇ ਆਪਣੇ 10 ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ 11,000 ਰੁਪਏ ਦੇ ਯੋਗਦਾਨ ਭੇਜੇ ਹੈ, ਆਪਾਂ ਧੰਨਵਾਦ ਕਰਦੇ ਹਾਂ। ਸਵਰਗਵਾਸੀ ਸਰਦਾਰ ਜੰਡਾ ਸਿੰਘ ਜੀ ਸਿੱਧੂ, ਸਾਡੇ ਸਤਿਕਾਰਯੋਗ ਸੁਰਜੀਤ ਸਿੰਘ ਜੀ ਸਿੱਧੂ USA ਵਾਲੇ, 11,000 ਰੁਪਏ ਦੇ ਵੱਡੇ ਸਹਿਯੋਗ ਨੇ ਉਹਨਾਂ ਦੇ, ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸਵਰਗਵਾਸੀ ਸਰਦਾਰ ਜੰਗਾ ਸਿੰਘ ਜੀ ਸਿੱਧੂ, ਉਹਨਾਂ ਦੇ ਪਰਿਵਾਰ ਵੱਲੋਂ 7,500 ਰੁਪਇਆ ਪਹੁੰਚਦਾ ਹੋਇਆ। ਨਛੱਤਰ ਸਿੰਘ ਜੀ ਨੰਬਰਦਾਰ ਸਾਹਿਬ 7,500 ਰੁਪਇਆ, ਅਮਰਜੀਤ ਸਿੰਘ ਜੀ ਚਾਲ ਸਾਹਿਬ 7,000 ਰੁਪਇਆ, ਤੇ ਸਾਡੇ ਨਿਊਜ਼ੀਲੈਂਡ ਵਾਲੇ ਵੀਰਾ ਸੁਭਾ ਸਿੰਘ ਜੀ ਸੰਧੂ ਸਾਹਿਬ 5,100 ਰੁਪਇਆ, ਤਰਲੋਚਨ ਸਿੰਘ ਜੀ ਮੱਲੀ 5,100 ਰੁਪਇਆ, ਸਵਰਗਵਾਸੀ ਦਰਸ਼ਨ ਸਿੰਘ ਜੀ ਸੰਧੂ ਸਰਪੰਚ ਸਾਹਿਬ 5,100 ਰੁਪਇਆ, ਹਰਨੇਕ ਸਿੰਘ ਜੀ ਸਿੱਧੂ 5,100 ਰੁਪਇਆ, ਨਸੀਬ ਸਿੰਘ ਜੀ ਸਰਪੰਚ 5,100 ਰੁਪਇਆ, ਜਗਦੇਵ ਸਿੰਘ ਜੀ 5,100 ਰੁਪਇਆ, ਨਛੱਤਰ ਸਿੰਘ ਜੀ ਸਿੱਧੂ 5,000 ਰੁਪਇਆ, ਸਲੀਣਾ ਤੇ ਨਿਧਾਂ ਵਾਲਾ, ਔਰ ਜਿਨ੍ਹਾਂ ਦੀ ਲੰਗਰ ਦੇ ਵਿੱਚ ਡਿਊਟੀ ਲੱਗੀ ਸਾਡੇ ਸੇਵਾਦਾਰ ਵੀਰ, ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਂਭਣ, ਕਿਰਪਾ ਕਰਕੇ ਮੇਰੀ ਬੇਨਤੀ ਹੈ। ਸਲੀਣਾ ਤੇ ਨਿਧਾਂ ਵਾਲਾ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ, ਸਲੀਣਾ ਤੇ ਨਿਧਾਂ ਵਾਲਾ। ਸਾਡੇ ਸਤਿਕਾਰਯੋਗ ਹਰਨੇਕ ਸਿੰਘ ਜੀ ਸਿੱਧੂ ਕੈਨੇਡਾ ਵਾਲੇ 5,100 ਰੁਪਇਆ, ਨਸੀਬ ਸਿੰਘ ਜੀ ਸਰਪੰਚ 5,100 ਰੁਪਇਆ, ਜਗਦੇਵ ਸਿੰਘ ਜੀ 5,100 ਰੁਪਇਆ, ਨਛੱਤਰ ਸਿੰਘ ਜੀ ਸਿੱਧੂ 5,000 ਰੁਪਇਆ, ਬਾਬਾ ਜਨਕ ਸਿੰਘ ਜੀ 5,000 ਰੁਪਇਆ, ਰਣਜੀਤ ਸਿੰਘ ਜੀ ਸਿੱਧੂ 3,100 ਰੁਪਇਆ, ਸਵਰਗਵਾਸੀ ਸੰਪੂਰ ਸਿੰਘ ਜੀ ਚਾਹਲ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ 3,100 ਰੁਪਇਆ, ਸਵਰਗਵਾਸੀ ਤਰਸੇਮ ਸਿੰਘ ਜੀ ਚਾਹਲ ਉਹਨਾਂ ਦੇ ਪਰਿਵਾਰ ਵੱਲੋਂ 3,100 ਰੁਪਇਆ, ਸਰਦਾਰ ਗੁਰਨਾਮ ਸਿੰਘ ਜੀ ਸਿੱਧੂ ਕੈਨੇਡਾ 3,100 ਰੁਪਇਆ, ਸਰਦਾਰ ਗੁਰਮੇਲ ਸਿੰਘ ਜੀ ਸਿੱਧੂ ਸਾਬਕਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ 3,100 ਰੁਪਇਆ, ਬਲਦੇਵ ਸਿੰਘ ਜੀ ਮੱਲੀ 2,100 ਰੁਪਇਆ, ਸੁਖਦੀਪ ਸਿੰਘ ਜੀ ਬਰਾੜ 2,100 ਰੁਪਇਆ, ਜਸਵੰਤ ਸਿੰਘ ਜੀ ਚਾਲ 2,100 ਰੁਪਇਆ। ਮੇਰੀ ਟੀਮਾਂ ਨੂੰ ਬੇਨਤੀ ਹੈ, ਨਿਧਾਂ ਵਾਲਾ ਤੇ ਸਲੀਣਾ, ਖੁਖਰਾਣਾ ਤੇ ਬਾਬਾ ਹੀਰਾਦਾਸ ਕਲੱਬ ਮਾਲਾ, ਰਾਮ ਮੱਲ ਦੌਲਤਪੁਰਾ ਤੇ ਚੂੜ ਚੱਕ, ਮਹਿਸ਼ਮੁਨੀ ਕਲੱਬ ਬਘੇਲਾ ਤੇ ਗੱਜਣ ਵਾਲਾ, ਖੁਸ਼ਹਾਲ ਕਲੱਬ ਚੜਿਤ ਤੇ ਫਿਰੋਜ਼ ਸ਼ਾਹ, 65 ਕਿਲੋ ਦਾ ਦੂਜਾ ਰਾਊਂਡ, ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਨਿਧਾਂ ਵਾਲਾ ਟੀਮ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮ ਗਰਾਊਂਡ ਦੇ ਵਿੱਚ ਆ ਜਾਵੇ। ਨਾਲ ਹੀ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਰਦਾਰ ਸੁਖਦੀਪ ਸਿੰਘ ਜੀ ਬਰਾੜ ਸਾਹਿਬ 2,100 ਰੁਪਇਆ, ਜਸਵੰਤ ਸਿੰਘ ਜੀ ਚਾਲ 2,100 ਰੁਪਇਆ, ਜਸਵਿੰਦਰ ਸਿੰਘ ਜੀ ਚਾਲ 2,100 ਰੁਪਇਆ, ਜੀਤ ਸਿੰਘ ਜੀ ਚਾਲ 2,100 ਰੁਪਇਆ, ਨਿਰਮਲ ਸਿੰਘ ਜੀ ਚਾਲ ਦੋਧੀ ਸਾਹਿਬ 2,100 ਰੁਪਇਆ, ਮਹਿੰਦਰ ਸਿੰਘ ਜੀ ਚਾਲ 2,100, ਨਰਵੈਲ ਸਿੰਘ ਜੀ ਸਿੱਧੂ 2,100 ਰੁਪਇਆ, ਹਰਬੰਸ ਸਿੰਘ ਜੀ ਸਿੱਧੂ 2,100 ਰੁਪਇਆ। ਸਾਡੀ ਬੇਨਤੀ ਹੈ ਸਲੀਣਾ ਤੇ ਨਿਧਾਂ ਵਾਲਾ ਇਹ ਟੀਮਾਂ ਗਰਾਊਂਡ 'ਚ ਆ ਜਾਣ, ਮੇਰੀ ਬੇਨਤੀ ਹੈ ਸਲੀਣਾ ਤੇ ਨਿਧਾਂ ਵਾਲਾ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। 1 ਮਿੰਟ ਦਾ ਸਮਾਂ ਦੋਨਾਂ ਟੀਮਾਂ ਨੂੰ ਹੈ, ਸਲੀਣਾ ਤੇ ਨਿਧਾਂ ਵਾਲਾ ਇਹ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ। ਨਿਧਾਂ ਵਾਲਾ ਤੇ ਸਲੀਣਾ ਇਹ ਟੀਮਾਂ ਗਰਾਊਂਡ 'ਚ ਆ ਜਾਣ, ਨਿਧਾਂ ਵਾਲਾ ਤੇ ਸਲੀਣਾ। ਰਾਮ ਸਿੰਘ ਜੀ ਸਿੱਧੂ ਸਾਹਿਬ 2,100 ਰੁਪਇਆ, ਡਾਕਟਰ ਸਰਬਜੀਤ ਸਿੰਘ ਜੀ ਸੰਧੂ 2,100 ਰੁਪਇਆ,
जसवीर सिंह जी पप्पू महेंद्र सिंह जी सबका सरपंच साहब 2100 रुपया नारा साडा सत्कारयोग वीर कबड्डी खिडारी 2100 रुपया मलकीत सिंह जी संधू 2100 रुपया प्रेम साडा वीर कबड्डी खिडारी 2100 रुपया टीमां प्रति बेनती है निधा वाला ते सलीना ये टीमां जल्दी खेड के मैदान दे विच आ जाण निधा वाला ते सलीना ये टीमां जल्दी खेड के मैदान दे विच आ जाण जिहड़ी बाकी रहिंदी लिस्ट असीं फिर जदों समां मिलेगा उह सांझी करांगे जिस तरह भी पेज वाइज पेज जिन्हां वीरां ने जिहड़ा मान सम्मान दित्ता असीं गल्लां सांझियां करदे रहांगे जिस तरह भी समां मिलेगा सारे दानी वीरां दे नां नाम सुणदे रहणगे मेरी बेनती है निधा वाला ते सलीना निधा वाला ते सलीना ਸਾਡੀ ਬੇਨਤੀ ਹੈ ਨਿਧਾ ਵਾਲਾ ਤੇ ਸਲੀਣਾ ਖੁਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮਾਲਾ ਰਾਮ ਮਾਲ ਦੌਲਤਪੁਰਾ ਦੇ ਚੂੜ ਚੱਕ ਮਹਿਸ਼ਮੁਨੀ ਕਲੱਬ ਬਘੇਲਾ ਤੇ ਗੱਜਣ ਵਾਲਾ ਖੁਸ਼ਹਾਲ ਕਲੱਬ ਚੜਕ ਤੇ ਫਿਰੋਜ਼ਸ਼ਾਹ ਇਹਨਾਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਟੀਮਾਂ ਜਲਦੀ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਮੇਰੀ ਬੇਨਤੀ ਹੈ ਨਿਧਾ ਵਾਲਾ ਤੇ ਸਲੀਣਾ ਦੀਆਂ ਟੀਮਾਂ ਨੂੰ 2 ਮਿੰਟ ਦਾ ਸਮਾਂ ਹੈ ਨਿਧਾ ਵਾਲਾ ਤੇ ਸਲੀਣਾ ਦੂਜੇ ਰਾਊਂਡ ਦੇ ਮੈਚ ਹੈ ਪਹਿਲਾ ਮੈਚ ਹੈ ਨਿਧਾ ਵਾਲਾ ਤੇ ਸਲੀਣਾ ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ ਮੈਂ ਬੇਨਤੀ ਕਰਦਾ ਵੀ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ ਨਿਧਾ ਵਾਲਾ ਤੇ ਸਲੀਣਾ ਪਿੰਡ ਪੱਧਰ ਓਪਨ ਦੀਆਂ ਟੀਮਾਂ ਐਂਟਰ ਹੋ ਜਾਣ ਪਿੰਡ ਪੱਧਰ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ ਵੀ ਉਹ ਵੀ ਟੀਮਾਂ ਐਂਟਰ ਹੋ ਜਾਣ ਕਿਰਪਾ ਕਰਕੇ ਪਹਿਲੀਆਂ 20 ਟੀਮਾਂ ਐਂਟਰ ਕੀਤੀਆਂ ਜਾਣੀਆਂ ਇਹ ਸਾਡੀ ਬੇਨਤੀ ਹੈ ਨਿਧਾ ਵਾਲਾ ਤੇ ਸਲੀਣਾ ਦੀਆਂ ਟੀਮਾਂ ਨਹੀਂ ਆ ਰਹੀਆਂ ਨਿਧਾ ਵਾਲਾ ਤੇ ਸਲੀਣਾ ਸਾਡੀ ਬੇਨਤੀ ਆ ਵੀ ਨਿਧਾ ਵਾਲਾ ਤੇ ਸਲੀਣਾ ਇਹ ਟੀਮਾਂ ਗਰਾਊਂਡ 'ਚ ਆ ਜਾਣ ਮੇਰੀ ਬੇਨਤੀ ਹੈ ਨਿਧਾ ਵਾਲਾ ਤੇ ਸਲੀਣਾ ਖੁਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮਾਲਾ ਸਲੀਣਾ ਤੇ ਨਿਧਾ ਵਾਲਾ ਨੂੰ 2 ਮਿੰਟ ਦਾ ਸਮਾਂ ਦਿੰਦੇ ਆ ਨਹੀਂ ਦੋਨੇ ਟੀਮਾਂ ਸਕ੍ਰੈਚ ਕਰਾਂਗੇ ਅਸੀਂ 2 ਮਿੰਟ ਦਾ ਸਮਾਂ ਦਿੰਦੇ ਆ ਨੇ ਦੋਨੇ ਟੀਮਾਂ ਸਕ੍ਰੈਚ ਕਰਾਂਗੇ ਅਸੀਂ ਸੌ ਖਵਾਵਾਂਗੇ ਜੇ ਕੋਈ ਟੀਮ ਮੈਚ ਰਲ ਕੇ ਲਾਵੇਗੀ ਜੇ ਕੋਈ ਡਾਊਟ ਹੋ ਗਿਆ ਕੋਈ ਸ਼ੱਕ ਹੋ ਗਿਆ ਤੇ ਜਿਹੜੀ ਟੀਮ ਰਲ ਕੇ ਮੈਚ ਲਾਊਗੀ ਅਸੀਂ ਉਹਨੂੰ ਸੌ ਖਵਾਉਣੀ ਹੈ ਤੇ ਇਹ ਵੀ ਮੇਰੀ ਬੇਨਤੀ ਹੈ ਵੀ ਮਹਿਸ਼ਮੁਨੀ ਜੀ ਦੀ ਵੱਡੀ ਕਿਰਪਾ ਤੇ ਕਿਸੇ ਨੇ ਝੂਠੀ ਸੌ ਨਹੀਂ ਖਾਣੀ ਨਹੀਂ ਝੱਟ ਮੰਗਣੀ ਤੇ ਪੱਟ ਵਿਆਹ ਹੋ ਜਾਣਾ ਮੇਰੀ ਬੇਨਤੀ ਹੈ ਵੀ ਕਿਸੇ ਨੇ ਝੂਠੀ ਸੌ ਨਹੀਂ ਖਾਣੀ ਇਹ ਡਾਊਟ ਆਉਣ ਤੇ ਸੌ ਖਵਾਈ ਜਾਵੇਗੀ ਸਾਡੀ ਬੇਨਤੀ ਹੈ ਵੀ ਟੀਮਾਂ ਕਿਰਪਾ ਕਰਕੇ ਨਿਧਾ ਵਾਲਾ ਤੇ ਸਲੀਣਾ ਸਾਡੀ ਬੇਨਤੀ ਹੈ ਵੀ ਜਿਹੜਾ ਸਟੇਜ ਦੇ ਬਿਲਕੁਲ ਆਪੋਜਿਟ ਸਟੇਜ ਦੇ ਬਿਲਕੁਲ ਸਾਹਮਣੇ ਐਂਟਰੀ ਗੇਟ ਬਣਿਆ ਹੋਇਆ ਤੁਸੀਂ ਉੱਥੋਂ ਦੀ ਐਂਟਰ ਹੋਣਾ ਜਿਹੜੇ ਆਪਦੇ ਰਾਹ ਨਹੀਂ ਬਣਾਉਣੇ ਮੇਰੀ ਬੇਨਤੀ ਹੈ ਵੀ ਜਿਹੜਾ ਚਾਰ ਚਫੇਲੇ ਜਾਲ ਲੱਗਾ ਤੁਸੀਂ ਟੱਪ ਕੇ ਨਹੀਂ ਆਉਣਾ ਜਿਹੜਾ ਐਂਟਰੀ ਬਾਕਸ ਹੈ ਐਂਟਰੀ ਗੇਟ ਹੈ ਤੁਸੀਂ ਉੱਥੋਂ ਦੀ ਐਂਟਰ ਹੋਣਾ ਮੇਰੀ ਬੇਨਤੀ ਹੈ ਸਲੀਣਾ ਆ ਗਈ ਹੈ ਨਿਧਾ ਵਾਲ ਦੀ ਟੀਮ ਆ ਜਾਵੇ ਸਲੀਣਾ ਆ ਗਈ ਹੈ ਨਿਧਾ ਵਾਲ ਦੀ ਟੀਮ ਆ ਜਾਵੇ 1 ਮਿੰਟ ਦਾ ਸਮਾਂ ਦਿੰਦੇ ਅਸੀਂ ਨਿਧਾ ਵਾਲ ਦੀ ਟੀਮ ਨੂੰ ਸਲੀਣੇ ਦੀ ਟੀਮ ਆ ਗਈ ਹੈ ਨਿਧਾ ਵਾਲ ਦੀ ਟੀਮ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ ਸਾਢੇ 20 ਤੇ 21 ਦੇ ਮੈਚ ਹੋਣਗੇ ਸਾਢੇ 20 ਤੇ 21 ਦੇ ਮੈਚ ਹੋਣਗੇ ਸਾਡੇ ਵੀਰ ਕਹਿੰਦੇ ਵੀ ਇਹ ਟੀਮਾਂ ਧਿਆਨ ਦੇਣ ਸਲੀਣੇ ਦੀ ਟੀਮ ਆ ਗਈ ਹੈ ਨਿਧਾ ਵਾਲੇ ਨੂੰ ਮੇਰੀ ਬੇਨਤੀ ਹੈ ਵੀ ਉਹ ਟੀਮਾਂ ਆ ਜਾਣ ਖੁਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮਾਲਾ ਇਹ ਟੀਮਾਂ ਗਰਾਊਂਡ 'ਚ ਆ ਜਾਣ ਸਾਡੀ ਬੇਨਤੀ ਹੈ ਜਿਹੜੇ ਵੀਰ ਦੀ ਡਿਊਟੀ ਆ ਵੇਟ ਮਸ਼ੀਨ ਤੇ ਉਹ ਕਿਰਪਾ ਕਰਕੇ ਸੱਜਣਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਾਂਭ ਲੈਣ ਵੇਟ ਕਰਨਾ ਜਿਹੜੇ ਸਾਡੇ ਵੀਰ ਦੀ ਡਿਊਟੀ ਆ ਵੇਟ ਮਸ਼ੀਨ ਤੇ ਉਹ ਵੀਰ ਜਾ ਕੇ ਵੇਟ ਕਰੇ ਮੇਰੀ ਬੇਨਤੀ ਆ ਵੇਟ ਮਸ਼ੀਨ ਦੇ ਲਾਗੇ ਪੁੱਜਣ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਕਿਉਂਕਿ ਆਪਾਂ ਸਾਰਿਆਂ ਨੇ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਸਾਂਭ ਕੇ ਰੱਖਣਾ ਕਿਉਂਕਿ ਕੋਈ ਵੀ ਇਹੋ ਜਿਹੀ ਅਨਾਊਂਸਮੈਂਟ ਨਹੀਂ ਜਿਹੜੀ ਆਪਾਂ ਕਰਨੀ ਮਾਈਕ ਤੋਂ ਵੀ ਕੋਈ
ਆਹ ਵੀਰ ਆਪਣੀ ਡਿਊਟੀ 'ਤੇ ਤਾਇਨਾਤ ਨਹੀਂ ਹੈਗਾ, ਆਪਾਂ ਸਾਰਾ ਦਿਨ ਇਹੋ ਜਿਹੀ ਕੋਈ ਅਨਾਊਂਸਮੈਂਟ ਨਹੀਂ ਕਰਨੀ, ਤੁਸੀਂ ਆਪ ਹੀ ਜਿਹੜੇ ਸੂਝਵਾਨ ਹੋ, ਕਿਉਂਕਿ ਹਰ ਇੱਕ ਦੀ ਜ਼ਿੰਮੇਵਾਰੀ ਹੈ ਜਿਹੜੀ, ਹਰ ਇੱਕ ਦੀ ਡਿਊਟੀ ਲੱਗੀ ਹੋਈ ਹੈ ਅਤੇ ਆਪਾਂ ਤਨਦੇਹੀ ਦੇ ਨਾਲ ਜਿਹੜੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਅਤੇ ਤਾਂ ਹੀ ਪੂਰੀ ਦੁਨੀਆ ਭਰ ਦੇ ਵਿੱਚ ਬੋਲਿਆ ਜਾਣਾ ਬਘੇਲੇ ਵਾਲਾ ਪਿੰਡ ਦਾ ਨਾਂ, ਕਿਉਂਕਿ ਖੇਡਾਂ ਇੱਕ ਇਹੋ ਜਿਹਾ ਰਾਹ ਮਿਲ ਗਈ ਆਪਾਂ ਨੂੰ, ਕਬੱਡੀ ਇੱਕ ਇਹੋ ਜਿਹਾ ਰਾਹ ਮਿਲ ਗਈ, ਪੂਰੀ ਦੁਨੀਆ ਭਰ ਦੇ ਵਿੱਚ ਨਾਂ ਅਨਾਊਂਸ ਕੀਤਾ ਜਾਣਾ ਇਸ ਬਘੇਲੇ ਵਾਲੇ ਪਿੰਡ ਦਾ। ਅੱਜ ਆਪਾਂ ਕਹਿੰਦੇ ਵੀ ਪੰਜਾਬ ਲਾਈਵ ਆਉਣ ਵਾਲੇ ਵੀਰਾਂ ਨੂੰ ਮੈਂ ਪੁੱਛਾਂਗਾ ਵੀ ਕਿੰਨੇ ਦਰਸ਼ਕ ਜੁੜ ਗਏ ਨੇ ਇਸ ਕਬੱਡੀ ਕੱਪ ਦੇ ਨਾਲ ਅਤੇ ਕਿੰਨੇ ਦੇਸ਼ਾਂ ਦੇ ਵਿੱਚ ਜਾ ਰਹੇ ਆ, ਇਹ ਸਾਡਾ ਵੀਰ ਇੰਦਰਜੀਤ ਦੱਸੂਗਾ ਵੀ ਕਿੰਨੇ ਦਰਸ਼ਕ ਜੁੜ ਗਏ ਆ ਅਤੇ ਕਿੰਨੇ ਦੇਸ਼ਾਂ ਦੇ ਵਿੱਚ ਲਾਈਵ ਜਾ ਰਹੇ ਆ। ਉਹ ਫਿਰ ਜਦੋਂ ਵੀ ਮੈਚ ਭੱਖ ਗਏ, ਇਕੱਠ ਵੱਧ ਗਿਆ, ਉਦੋਂ ਸਭ ਗੱਲਾਂ ਆਪਾਂ ਸਾਂਝੀਆਂ ਕਰਾਂਗੇ ਆਪ ਸਭ ਦੇ ਨਾਲ। ਮੇਰੀ ਬੇਨਤੀ ਹੈ ਨਿਧਾ ਵਾਲਾ ਅਤੇ ਸਲੀਣਾ, ਸਲੀਣੇ ਦੀ ਟੀਮ ਆ ਗਈ ਆ, ਨਿਧਾ ਵਾਲੇ ਦੀ ਟੀਮ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ। ਨਿਧਾ ਵਾਲੇ ਦੀ ਟੀਮ ਨੂੰ ਮੇਰੀ ਬੇਨਤੀ ਹੈ, ਨਿਧਾ ਵਾਲੇ ਦੀ ਟੀਮ ਬੇਸ਼ੱਕ ਗਰਮੀ ਵੀ ਵੱਧਦੀ ਜਾ ਰਹੀ ਹੈ ਪਰ ਹਵਾ ਵੀ ਕਹਿੰਦੇ ਨਾਲ ਦੀ ਨਾਲ ਜਿਹੜੀ ਚੱਲਦੀ ਹੈ, ਪਰ ਬਸ ਸ਼ਾਨ ਦੇ ਵੀ ਵੱਡੇ ਕੀਤੇ ਆ ਬੈਠਣ ਦੇ ਲਈ ਕਿ ਸੱਜਣਾ ਵੇ ਸੱਜਣਾ ਵੇ ਤੇਰੇ ਸ਼ਹਿਰ ਵਾਲੀ। ਹੈਲੋ ਬਾਈ ਜੀ, ਕਲੀ ਚੰਗੀ ਤਰ੍ਹਾਂ ਮਲੋ ਜੀ। ਨਿਧਾ ਵਾਲੇ ਦੀ ਟੀਮ ਉਹ ਆ ਨਹੀਂ ਰਹੀ, ਨਿਧਾ ਵਾਲੇ ਦੀ ਟੀਮ ਨੂੰ ਮੇਰੀ ਬੇਨਤੀ ਹੈ, ਜਿੰਨੇ ਵੀ ਵੀਰ ਆ ਨਿੰਮੇ ਵੀਰ, ਜਿਹੜੀ ਨਿਧਾ ਵਾਲੇ ਦੀ ਟੀਮ ਨਹੀਂ ਆ ਰਹੀ, ਹੁਣ ਆ ਗਈ ਆ ਨਿਧਾ ਵਾਲੇ ਦੀ ਟੀਮ ਤੇ ਸਾਡੇ ਚੇਅਰਮੈਨ ਸਾਹਿਬ ਬਲਤਾਰ ਸਿੰਘ ਜੀ ਭੋਲਾ ਕਹਿੰਦੇ ਵੀ ਆਪਾਂ ਇੰਤਜ਼ਾਰ ਨਹੀਂ ਕਰਨਾ ਟੀਮਾਂ ਦਾ। ਬਾਈ ਭੋਲੇ ਹੋਣੀ ਕਹਿੰਦੇ ਵੀ ਆਪਾਂ ਇੰਤਜ਼ਾਰ ਨਹੀਂ ਕਰਨਾ, ਟੀਮਾਂ ਸਕਰੈਚ ਕਰਨਗੀਆਂ ਜੇ ਟੀਮਾਂ ਜ਼ਿਆਦਾ ਤਰਲੇ ਮਿੰਨਤਾਂ ਕਰਵਾਉਣਗੀਆਂ, ਕਿਉਂਕਿ ਪ੍ਰਬੰਧਕ ਵੀਰ ਤਾਂ ਕਹਿੰਦੇ ਵੀ ਆਪਾਂ ਪਾਵਰਾਂ ਜਿਹੜੀਆਂ ਪੂਰੀਆਂ ਯੂਜ਼ ਕਰਨੀਆਂ। ਇਹ ਮੈਂ ਆਪਣੇ ਵੱਲੋਂ ਹੀ ਤੁਹਾਨੂੰ ਢਿੱਲ ਦੇਈ ਜਾਂਦਾ ਕਿਉਂਕਿ ਰੋਜ਼ ਇਕੱਠੇ ਆਉਣਾ ਹੁੰਦਾ। ਪ੍ਰਬੰਧਕ ਵੀਰ ਕਹਿੰਦੇ ਵੀ ਸਖ਼ਤ ਫੈਸਲੇ ਲੈਣੇ ਆ ਵੀ ਕਿਸੇ ਟੀਮ ਦਾ ਕੋਈ ਇੰਤਜ਼ਾਰ ਨਹੀਂ ਕੀਤਾ ਜਾਣਾ। ਮੇਰੀ ਬੇਨਤੀ ਹੈ ਵੀ ਟੀਮਾਂ ਕਿਰਪਾ ਕਰਕੇ ਖੇਡ ਦੇ ਮੈਦਾਨ ਦੇ ਵਿੱਚ ਆ ਜਾਣ, ਨਿਧਾ ਵਾਲਾ ਅਤੇ ਸਲੀਣੇ ਦਾ ਮੈਚ ਸ਼ੁਰੂ ਕਰਵਾ ਦਿਓ, ਅਗਲੇ ਮੈਚਾਂ ਦੇ ਲਈ ਖੋਖਰਾਣਾ ਅਤੇ ਬਾਬਾ ਹੀਰਾ ਦਾਸ ਜੀ ਕਲੱਬ ਮਾਲਾ ਕਲਾਂ। ਸਾਡੀ ਬੇਨਤੀ ਆ ਵੀ ਟੀਮਾਂ ਤਿਆਰ ਰਹਿਣ ਕਿਰਪਾ ਕਰਕੇ। ਨਾਲ ਹੀ ਸਾਡਾ ਵੀਰ ਦੇਵ ਦਿਆਲਪੁਰੇ ਵਾਲਾ ਕਹਿੰਦਾ ਵੀ ਪੰਜਾਬ ਦੇ ਵਿੱਚ 3 ਵਰਲਡ ਕੱਪ ਹੋਏ ਆ ਤੇ 3 ਦੇ ਸੁਵਾਮਾਂ ਦਿੱਤੀਆਂ ਨੇ ਵਰਲਡ ਕੱਪ ਦੇ ਵਿੱਚ, ਕਹਿੰਦੇ ਵੀ ਕਰੋੜਾਂ ਦੇ ਕਬੱਡੀ ਕੱਪਾਂ ਦੇ ਵਿੱਚ ਸੀਟੀਆਂ ਮਾਰੀਆਂ ਨੇ। ਨਾਲ ਸਾਡੇ ਲਿਆਕਤ ਅਲੀ ਬਿੱਲਾ ਜੀ ਗਾਲਬ ਵਾਲੇ ਜੋੜੀ ਕਹਿੰਦੇ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ। ਲਿਆਕਤ ਅਲੀ ਬਿੱਲਾ ਗਾਲਬ ਵਾਲਾ ਤੇ ਨਾਲ ਦੇਵ ਦਿਆਲਪੁਰੇ ਵਾਲਾ ਕਹਿੰਦੇ ਵੀ 3 ਵਰਲਡ ਕੱਪਾਂ ਦੇ ਸੀਟੀਆਂ ਮਾਰੀਆਂ ਇਸ ਨੌਜਵਾਨ ਨੇ। ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿੰਨੇ ਵੀ ਵੀਰ ਪੁੱਜੇ ਹੋਏ ਨੇ। ਜਿਹੜਾ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ, ਮੇਰੀ ਬੇਨਤੀ ਹੈ ਨਿਧਾ ਵਾਲਾ ਤੇ ਸਲੀਣਾ। ਸਾਢੇ 20 ਤੇ 21 ਦਾ ਸਮਾਂ ਦੇਣਾ ਹੈ, 20:30 ਤੇ 21 ਜਿਹੜੀਆਂ ਰੇਡਾਂ ਦਿੱਤੀਆਂ ਜਾਣੀਆਂ, ਜਿਹਦੇ 20:30-21 ਪਹਿਲਾਂ ਹੋ ਗਏ ਉਹ ਟੀਮ ਜੇਤੂ ਹੋਣੀ ਹੈ। ਇਹ ਮੇਰੀ ਬੇਨਤੀ ਹੈ ਨਿਧਾ ਵਾਲਾ ਤੇ ਸਲੀਣਾ ਕਹਿੰਦੇ ਵੀ ਇਹ ਵੀ ਪਿੰਡ ਲਾਗੇ ਲੱਗੇ, ਕੋਈ ਜ਼ਿਆਦਾ ਫਾਸਲਾ ਨਹੀਂ ਹੈਗਾ ਇਹਨਾਂ ਪਿੰਡਾਂ ਦਾ, ਮੈਚ ਉਹਨੇ ਪੂਰਾ ਟੌਪ ਦਾ ਖੇਡਿਆ ਜਾਣਾ ਹੈ 20:30-21। ਦਾ ਸਮਾਂ ਦਿੱਤਾ ਜਾਣਾ ਇਹਨਾਂ ਟੀਮਾਂ ਨੂੰ ਅਗਲੇ ਮੈਚਾਂ ਲਈ। ਆਪਾਂ ਬੇਨਤੀ ਕਰਦੇ ਵੀ ਖੋਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮਾਲਾ ਇਹ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ। ਖੋਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮਾਲਾ ਇਹਨਾਂ ਟੀਮਾਂ ਨੂੰ ਬੇਨਤੀ ਹੈ। ਨਾਲ ਹੀ ਮਹੇਸ਼ ਮੁਨੀ ਕਲੱਬ ਬਘੇਲਾ ਤੇ ਗੱਜਣ ਵਾਲਾ ਇੱਕ
एक बड़ी कहते भी खुशी की गल है साडा वीर सभा न्यूजीलैंड दे विच वसिया पक्के तौर पर कहता भी ऐलान करता साडा वीर भी अगले साल 21,000 रुपये तो वध राशि दी जानी है। सभा न्यूजीलैंड वाला साडा वीर कहता भी अगले साल कबड्डी कप वास्ते 21,000 रुपए तो उपर राशि दी जानी है। एक बार बेनती भी जोर नाल आपां ताड़ी मारीए सभाई सभे दे लई सारे दर्शकों नूं बेनती है भी 21,000 तो वध राशि दी जानी है। उस मेरे वीर का भी धन्नवाद है ते नाल ही प्रबंधक वीरां नूं बेनती भी शाम तक कहिंदे भी जिहड़ा आपां अगले टूरनामेंट का लेखा जोखा उह सारा कर लैणा है भी किन्ने नाम रखने हैं किहो जिहियां टीमां सदनियां और किहो जिहे प्रबंध करने हैं इह अज शाम तक कहिंदे अनाउंस कर देना साडे वीरां ने। अगले कबड्डी कप का आपां नींह पत्तर रख देना भाई निम्मे दस देना लोगों नूं भी अगले साल बड़ियां रौनकां लगनगियां। लो सामने देखते हैं स्टेज ते मैक चलता होना बंद है माड़ा जिहा मैक तुसीं हाँ बंद कर लिया करो कहिंदे ना जदों कोई आवाज आ जांदी भुलेखा पै जांदा भी तुसीं कुछ कहना चाहुंदे हो। मैच आपां शुरू करवावांगे निधा वाला ते सलीना इन्हां दोनों टीमों का बहुत टॉप का जिहड़ा मैच खेडिया जा रहा है खेड के मैदान के 12 ते 13 तरीक नूं कहिंदे भी सलीने भी रौनकां लगणी है विसाखी के दिहाड़े ते नाली इस वेले खेड मैदान टीम सलीने की हो गई है दूसरी साइड टीम निधा वाले की एक पासे सलीने की टीम लहंदे वाले पासे हो गई है कहते वाले पासे निधा वाले की टीम है। हेलो ਹਾਂਜੀ ਭਾਈ ਜੀ ਅਗਲੇ ਟੂਰਨਾਮੈਂਟ ਤੇ ਮਨਦੀਪ ਸਿੰਘ ਸਿੱਧੂ ਵੱਲੋਂ ਓਪਨ ਦਾ ਪਹਿਲਾ ਨਾਮ ਦਿੱਤਾ ਜਾਊਗਾ ਜੀ ਇੱਕ ਵਾਰੀ ਤਾੜੀਆਂ ਮਾਰ ਦਿਓ ਸਾਡੇ ਮਨਦੀਪ ਵੀਰੇ ਦੇ ਨਾਲ ਹੀ ਵੱਡਾ ਕਹਿ ਲਈਏ ਪ੍ਰਾਈਜ਼ ਆਉਂਦੇ ਸਾਲ ਆਪਾਂ ਧੰਨਵਾਦ ਕਰਦੇ ਹਾਂ। ਇੱਕ ਪਾਸੇ ਨਿਧਾ ਵਾਲੀ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਦੇਖਦੇ ਹਾਂ ਵੀ ਹਲਕਾ ਟੱਚ ਹੋਇਆ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਲਈ ਅਗਲੀ ਕਬੱਡੀ ਸਲੇਣੇ ਪਿੰਡ ਦਾ ਧੰਨਾ ਫੜ ਤਿਆਰੀ ਖੇਡ ਮੈਦਾਨ ਵਿੱਚ ਕਬੱਡੀ ਪਾਉਂਦੇ ਹੋਏ ਸਾਡਾ ਸਤਿਕਾਰਯੋਗ ਵੀਰ ਕਸ਼ਮੀਰ ਕਹਿ ਲਈ ਵਿਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਇੰਟਰਨੈਟ ਦੇ ਜਰੀਏ ਜੁੜੇ ਹੋਏ ਨੇ ਆਪਾਂ ਧੰਨਵਾਦ ਕਰਦੇ ਹਾਂ ਜਾਣਦੇ ਉਹਨਾਂ ਦਾ। ਇਸ ਵੇਲੇ ਧੰਨੇ ਦੀ ਪਾਈ ਹੋਈ ਕਬੱਡੀ ਹੈ ਦੇਖਦੇ ਹਾਂ ਵੀ ਭੱਜਣ ਦੀ ਪੂਰੀ ਕੋਸ਼ਿਸ਼ ਹੈ ਕਿ ਲਿਸ਼ਕ ਦੇ ਪੈਂਦੇ ਪੈਰ ਪੱਟਾਂ ਵਿੱਚ ਘੁੱਗੀਆਂ ਸਾਹਾਂ ਵਾਲੇ ਭੇੜਾਂ ਵਿੱਚ ਤਾਕਤਾਂ ਨੇ ਗੁੱਜੀਆਂ ਤਾਕਤਾਂ ਪਰਖੀਆਂ ਜਾ ਰਹੀਆਂ ਨੇ ਨਾਲ ਹੀ ਖੁਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮਾਲਾ ਆਵੇ ਖੁਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮਾਲਾ ਆਵੇ ਰਾਮਮਲ ਰੌਤਪੁਰਾ ਤੇ ਚੂਰ ਚੱਕ ਦੀਆਂ ਟੀਮਾਂ ਫੜ ਤਿਆਰੀ ਖੇਡ ਮੈਦਾਨ ਵਿੱਚ ਪੁੱਜਣੀਆਂ ਚਾਹੀਦੀਆਂ ਨੇ। ਇਸ ਵੇਲੇ ਸਲੀਣੇ ਪਿੰਡ ਦਾ ਨੌਜਵਾਨ ਕਬੱਡੀ ਪਾਉਂਦਾ ਏ ਦੇਖਦੇ ਹਾਂ ਵੀ ਕਿ ਜਿੰਮਾਂ ਦੇ ਵਿੱਚ ਜਾ ਕੇ ਮੁੰਡੇ ਮਸਲ ਬਣਾਉਂਦੇ ਨੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਧੁੰਮਾਂ ਪਾਉਂਦੇ ਨੇ ਕਿ ਵਿੱਚ ਗਰਾਉਂਡਾਂ ਕਰਦੇ ਦੇਖੇ ਕਈ ਕਮਾਲ ਬਈ ਕਿ ਵਿੱਚ ਸਟਾਰ ਆਉਂਦਾ ਮਿਹਨਤ ਨਾਲ ਬਈ ਵਾਕਈ ਮਿਹਨਤ ਲਾਉਣੀ ਪੈਂਦੀ ਹੈ। ਇੱਕ ਪਾਸੇ ਨਿਧਾ ਵਾਲੇ ਪਿੰਡ ਦੇ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਹਲਕਾ ਟੱਚ ਹੋਇਆ ਬਿੱਲਾ ਗੱਲ ਪਿੰਡ ਵਾਲਾ ਇਸ ਵੇਲੇ ਫੈਸਲੇ ਕਰਦਾ ਕਿ ਪੈਂਟ ਧਾਵੀ ਦੇ ਖਾਤੇ ਜੁੜਦਾ ਹੋਇਆ ਸਾਡੇ ਸਤਿਕਾਰਯੋਗ ਨੇ ਦੇਵ ਦਿਆਲਪੁਰਾ ਜੀ ਬੋਟਾ ਕੋਚ ਜੀ ਨਾਲ ਬੋਟਾ ਮੱਦੋ ਕੇ ਸਾਡਾ ਵੀਰ ਹੈ ਸੇਬੀ ਦਾਤੇ ਪਿੰਡ ਵਾਲਾ ਵਿਸ਼ੇਸ਼ ਤੌਰ ਤੇ ਪੁੱਜੇ ਹੋਏ। ਇੱਕ ਪਾਸੇ ਨੌਜਵਾਨ ਧੰਨੇ ਦੀ ਪਾਈ ਹੋਈ ਕਬੱਡੀ ਹੈ ਦੇਖਦੇ ਹਾਂ ਵੀ ਚਾਰਾਂ ਜਾਤੀਆਂ ਦੀ ਘੁੰਮਦੀ ਹੋਈ ਚੈਨ ਹੈ ਭੋਲਾ ਸਾਡਾ ਸਤਿਕਾਰਯੋਗ ਵੀਰ ਹੈ ਆਪਾਂ ਧੰਨਵਾਦ ਕਰਦੇ ਹਾਂ। ਨਾਲ ਹੀ ਸਾਡਾ ਸਤਿਕਾਰਯੋਗ ਵੀਰ ਹੈ ਮਨਦੀਪ ਸਿੰਘ ਸਿੱਧੂ ਸਪੁੱਤਰ ਸਰਦਾਰ ਗਿਆਨ ਸਿੰਘ ਸਿੱਧੂ ਦੇ ਸਪੁੱਤਰ ਵੱਲੋਂ ਕਹਿ ਲਈ ਆਉਂਦੇ ਸਾਲ ਕਬੱਡੀ ਓਪਨ ਦਾ ਫਸਟ ਪ੍ਰਾਈਜ਼ ਦਿੱਤਾ ਜਾਵੇਗਾ ਆਪਾਂ ਧੰਨਵਾਦ ਕਰਦੇ ਇਹਨਾਂ ਵੀਰਾਂ ਲਈ ਵੱਡੀ ਮਾਈਕ ਸਿੱਧਾ ਵੀ ਪੁੱਜੀ ਹੈ। ਇੱਕ ਪਾਸੇ ਦੇਖਦੇ ਹਾਂ ਵੀ ਸਲੇਣੇ ਪਿੰਡ ਵਾਲਾ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਏ ਤੇ ਨਾਲ ਹੀ ਬਿੱਲੇ ਗਲਬ ਦੇ ਫੈਸਲੇ ਅਟਲ ਮੰਨੇ ਜਾਣੇ ਨੇ ਕਿ ਕਿਹਦਾ ਕਿਹਦਾ ਪੁਆਇੰਟ ਕਿਹਦੇ ਬਲ ਹੋਵੇਗਾ ਸਾਡੇ ਰੈਫਰੀਆਂ ਦਾ ਫੈਸਲਾ ਅਟਲ ਹੋਵੇਗਾ ਅਟਲ ਫੈਸਲੇ ਨੇ ਨਾਲ ਹੀ ਕੁਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮਾਲਾ ਆਵੇ
ਕੁਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮੱਲਾ ਆਵੇ ਜੀ। ਇਸ ਵੇਲੇ ਨਿਧਾ ਵਾਲੇ ਪਿੰਡ ਦਾ ਨੌਜਵਾਨ ਕਬੱਡੀ ਪਾਉਂਦਾ ਦੇਖਦੇ ਆ ਵੀ ਜਿੱਥੋਂ ਦੇ ਸੋਖੇ ਵਰਗੇ, ਜੱਗੇ ਵਰਗੇ, ਧਨਵੰਤ ਵਰਗੇ, ਜੀਤ ਵਰਗੇ ਮੇਰੇ ਵੀਰੋ ਸਟਾਰ ਖਿਡਾਰੀ ਨੇ। ਜੀਤ ਦਾ ਛੋਟਾ ਵੀਰ ਇਸ ਵੇਲੇ ਭੱਜਣ ਦੀ ਪੂਰੀ ਕੋਸ਼ਿਸ਼ ਹੈ ਤੇ ਨਾਲ ਹੀ ਗੋਰਾ ਸਲੀਣੇ ਪਿੰਡ ਦਾ ਪੂਰੀ ਕੋਸ਼ਿਸ਼ ਕਰਦਾ ਹੈ ਡੱਕਣ ਰੱਖਣ ਦੀ। ਇੱਕ ਅੰਕ ਦਾ ਵਾਧਾ ਕਰਦਾ ਹੋਇਆ ਨਿਧਾ ਵਾਲੀਆ ਨੌਜਵਾਨ ਅਗਲੀ ਕਬੱਡੀ ਧੰਨੇ ਨੇ ਵਰਤੀ ਹੈ। ਦੇਖਦੇ ਆ ਵੀ ਟੇਕ ਧਰਤੀ ਮਾਂ ਪਾਈ ਹੋਈ ਕਬੱਡੀ ਹੈ, ਸੂਰਜ ਦੇਵਤਾ ਤੋਂ ਲਈ ਹੋਈ ਸ਼ਕਤੀ ਹੈ ਤੇ ਨਜਾਫਿਨ ਨਿਧਾ ਵਾਲੇ ਪਿੰਡ ਦੇ। ਇੱਕ ਪਾਸੇ ਧੰਨਾ ਕਬੱਡੀ ਪਾਉਂਦਾ ਏ ਖੇਡ ਮੈਦਾਨਾਂ ਵਿੱਚ ਕਿ ਧਾਲੀ ਕਹਿੰਦਾ ਨਾ ਮੱਖੀ ਨੀ ਬਹਿਣ ਦੇਣੀ, ਜਾਫੀ ਕਹਿੰਦੇ ਦਿਖਾਵਾਂਗੇ ਡੱਕ ਲੋਕੋ। ਜਿਹਦੇ ਆ ਡੋਲਿਆਂ ਪੱਟਾਂ ਵਿੱਚ ਜਾਣ ਹੋ ਉਹਨੇ ਜਿੱਤਣਾ ਅੱਜ ਬੰਗੇਲੇ ਵਾਲਾ ਕੱਪ ਲੋਕੋ। ਵੱਡੀ ਮੁਬਾਰਕਬਾਦ ਹੈ ਸਮੁੱਚੇ ਨਗਰ ਨੂੰ, ਸਮੁੱਚਾ ਸਾਡਾ ਕਹਿ ਲਈਏ ਕਲੱਬ ਵਧਾਈ ਦਾ ਪਾਤਰ ਹੈ। ਸਾਡੇ ਸਮੁੱਚੇ ਪਿੰਡ ਦੇ ਪ੍ਰਬੰਧਕ ਵੀਰ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਨੇ। ਇੱਕ ਪਾਸੇ ਸਲੀਣੇ ਪਿੰਡ ਦਾ ਛਿੰਦਾ ਮੇਰੇ ਵੀਰੋ ਕਿ ਦਾਰੂ ਪੀਣੀ ਕੁੱਕੜ ਖਾਣੇ ਦਾਤਾ ਸਾਨੂੰ ਦਿੰਦਾ, ਡੰਗਰ ਵੱਛਾ ਸਾਂਭਣ ਵਾਲਾ ਹੋ ਗਿਆ ਆਪਣਾ ਛਿੰਦਾ। ਇੱਕ ਪਾਸੇ ਛਿੰਦੇ ਦੀ ਕੀਤੀ ਹੋਈ ਕੋਸ਼ਿਸ਼ ਹੈ ਤੇ ਨਾਲ ਨਿਧਾ ਵਾਲੀਆ ਨੌਜਵਾਨ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਰੰਗ ਭਾਵੇਂ ਨੌਜਵਾਨ ਦਾ ਕਹਿੰਦੀ ਥੋੜਾ ਮੁਸ਼ਕਿਲ ਜਿਹਾ ਹੈ, ਪਾਈ ਹੋਈ ਕਬੱਡੀ ਹੈ। ਦੇਖਦੇ ਵੀ ਕਿ ਇੱਥੇ ਫਰਕ ਨਹੀਂ ਪੈਂਦਾ ਰੰਗ ਗੋਰੇ ਕਾਲੇ ਤੇ ਕਿ ਪੁੱਤ ਬਗਾਨਾ ਲੈ ਜਾਂਦਾ ਇਹ ਖਿੱਚ ਕੇ ਪਾਲੇ ਤੇ। ਜੀਤ ਦਾ ਕਹਿ ਲਈਏ ਛੋਟਾ ਵੀਰ ਹੋ ਮੂਹਰੇ ਡੱਕਣ ਰੱਖਣ ਦੀ ਗੱਲ ਕਿ ਮੂਹਰੇ ਅੜ ਕੇ ਹੌਸਲਾ ਕਰਕੇ ਪੁੱਤਰਿਆਂ ਸਾਧ ਸਿੰਘਾਂ ਤੋਂ ਫੜ ਕੇ ਜੱਫਾ ਲਾ ਹੀ ਜਾਂਦੇ ਨੇ ਕਿ ਚੰਗੇ ਕੋਚ ਸਿਆਣੇ ਮਾਪੇ ਜਿਉਣ ਦਾ ਟੰਗ ਸਿਖਾ ਹੀ ਜਾਂਦੇ ਨੇ, ਵਾਕਈ ਗੱਲ ਸੱਚ ਹੈ। ਅਗਲੀ ਕਬੱਡੀ ਇਸ ਵੇਲੇ ਨਿਧਾ ਵਾਲੇ ਪਿੰਡ ਦਾ ਨੌਜਵਾਨ ਕਬੱਡੀ ਪਾਉਂਦਾ ਏ ਕਿ ਬਾਪੂ ਕਹਿੰਦਾ ਤਕੜਾ ਹੋ ਕੇ ਖੇਡ ਪੁੱਤਰਾ, ਬਣ ਜਾ ਤੂੰ ਦੁਨੀਆ ਦਾ ਸਰਕਾਰ ਸਾਫ਼ ਸੁਥਰਾ ਕਿ ਰਿਸ਼ਤੇਦਾਰੀਆਂ 'ਚ ਹੋ ਜੇ ਤੇਰੀ ਬੱਲੇ ਬੱਲੇ। ਇੱਕ ਜੋਰ ਬਿਨਾਂ ਨਹੀਂ ਕੋਈ ਕਿਸੇ ਨੂੰ ਜਾਣਦਾ ਕਿ ਪੁੱਤ ਜਿੰਨਾ ਮਾਵਾਂ ਦੇ ਕਬੱਡੀ ਖੇਡਦੇ ਨਾਂ ਉੱਚਾ ਹੋ ਜੇ ਪੂਰੇ ਖਾਨਦਾਨ ਦਾ, ਵਾਕਈ ਖਾਨਦਾਨ ਦਾ ਨਾਂ ਉੱਚਾ ਹੁੰਦਾ ਏ। ਅਗਲੀ ਕਬੱਡੀ ਸਲੀਣੇ ਪਿੰਡ ਦਾ ਧੰਨਾ ਕਬੱਡੀ ਪਾਉਂਦਾ ਏ, ਦੇਖਦੇ ਆ ਵੀ ਚਾਰ ਜਾਫੀ ਨੇ ਨਿਧਾ ਵਾਲੇ ਪਿੰਡ ਦੇ। ਇੱਕ ਪਾਸੇ ਸਲੀਣੇ ਵਾਲੇ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ, ਐਨ ਗੁੰਦਿਆ ਹੋਇਆ ਸਰੀਰ ਹੈ। ਇੱਕ ਪਾਸੇ ਨੌਜਵਾਨ ਕਹਿ ਲਈਏ ਮੇਰੋ ਮੇਰੀ ਹੁੰਦੀ ਹੋਈ ਜਵਾਨੀ ਤੇ ਨਾਲ ਹੀ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਲਈ ਖੁਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮੱਲਾ ਆਵੇ। ਖੁਖਰਾਣਾ ਤੇ ਬਾਬਾ ਹੀਰਾ ਦਾਸ ਕਲੱਬ ਮੱਲਾ ਆਵੇ। ਇਸ ਵੇਲੇ ਦੇਖਦੇ ਆ ਵੀ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ, ਚਾਰ ਜਾਫੀ ਨੇ ਇੱਕ ਪਾਸੇ ਕਹਿ ਲਈਏ ਨੌਜਵਾਨ ਕਹਿ ਲਈਏ ਗੋਰਾ ਪੂਰੀ ਪਕੜ ਬਣਾਈ ਹੋਈ ਹੈ ਸਲੇਣੇ ਪਿੰਡ ਦਾ ਨੌਜਵਾਨ ਕਿ ਕਹਿੰਦੇ ਤੇ ਘਵਾਉਂਦੇ ਯਾਰ ਧਾਵੀਆਂ ਦੇ ਫੱਟੇ ਨੇ ਚੱਕ ਤੇ, ਮਿਲ ਜਾਣਾ ਮਾਣ ਸਨਮਾਨ ਸਲੀਣੇ ਵਾਲੇ ਕੱਪ ਦੇ ਵੱਡੇ ਮਾਣ ਹੋਣਗੇ ਇਸ ਨੌਜਵਾਨ ਦੇ। ਹਾਂਜੀ ਭਾਈ ਜੀ, ਸਟੋਰ ਦੇ ਵਿੱਚ ਗੁਰੂ ਕਾ ਲੰਗਰ ਚੱਲ ਰਿਹਾ, ਜਿਹੜੀ ਸੰਗਤ ਨੇ ਸਕਣਾ ਰੱਖ ਸਕਦੀ ਹੈ। ਨਾਲ ਹੀ ਅਗਲੀ ਕਬੱਡੀ ਸਲੀਣੇ ਪਿੰਡ ਦਾ ਕਾਲੂ ਕਬੱਡੀ ਪਾਉਂਦਾ ਏ, ਦੇਖਦੇ ਆ ਵੀ ਚਾਰ ਜਾਫੀ ਨੇ ਨਿਧਾ ਵਾਲੇ ਪਿੰਡ ਦੇ। ਗੋਰਾ ਮਸ਼ੋਰਾ ਰੰਗ ਹੈ, ਇੱਕ ਪਾਸੇ ਜਦੋਂ ਜਦ ਹੁੰਦੀ ਹੋਈ ਜਵਾਨੀ ਤੇ ਨਾਲ ਹੀ ਭਿੜਦੀ ਹੋਈ ਜਵਾਨੀ। ਇੱਕ ਅੰਕ ਦਾ ਵਾਧਾ ਕਰ ਗਿਆ ਸਲੀਣੇ ਪਿੰਡ ਦਾ ਨੌਜਵਾਨ। ਅਗਲੀ ਕਬੱਡੀ ਨਿਧਾ ਵਾਲੀ ਕਬੱਡੀ ਪਾਉਂਦਾ ਏ, ਐਨ ਕਹਿ ਲਈਏ ਕਿ ਜੱਟ ਦੀ ਜਵਾਨੀ ਯਾਰ ਉਹ ਹੱਸਦੀ ਖੇਡਦੀ। ਜੱਟ ਦਾ ਬੁਢਾਪਾ ਜੇ ਸਿਆਣੀ ਗੱਲ ਕਰੇ ਤਾਂ ਇੱਜ਼ਤ ਕੁਵਾਰੀ ਜਿਹੜੀ ਰਰਮ ਨੇ ਮਾਪਿਆਂ ਦਾ, ਸੂਰਮੇ ਦੀ ਛੋਭਾ ਜੇ ਮੈਦਾਨੇ ਜੰਗ ਲੜੇ ਤਾਂ ਮੈਦਾਨੇ ਜੰਗ ਵਰਗਾ ਮੁਕਾਬਲਾ ਏ। ਇੱਕ ਪਾਸੇ ਸਲੀਣੇ ਪਿੰਡ ਦਾ ਗੋਰਾ ਏ, ਇੱਕ ਪਾਸੇ ਦੇਖਦੇ ਹਾਂ ਵੀ ਨਿਧਾ ਵਾਲੀਆਂ ਨੌਜਵਾਨ ਜੱਫਾ ਖਾ ਬੈਠਾ ਏ ਤੇ ਨਾਲ ਹੀ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਗੋਰਾ ਨੌਜਵਾਨ ਆਪਣੀ ਟੀਮ ਲਈ। ਨਾਲ ਹੀ ਬੜੀ ਖੁਸ਼ੀ ਦੀ ਗੱਲ ਹੈ ਵੀ ਉਸ ਨਗਰ ਵਾਸਤੇ ਸਾਡੇ ਸਰਦਾਰ ਕਸ਼ਮੀਰ ਸਿੰਘ ਜੀ ਸਿੱਧੂ ਸਾਹਿਬ ਕੈਨੇਡਾ ਦੇ ਵਿੱਚ ਬੈਠੇ ਹੈ, ਔਰ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਹਰਨੇਕ ਸਿੰਘ ਜੀ ਸਿੱਧੂ ਐਲਾਨ ਕਰਦੇ ਨੇ ਵੀ ਅਗਲੇ ਸਾਲ ਜਿਹੜਾ 51,000 ਰੁਪਈਆ ਦਿੱਤਾ ਜਾਵੇਗਾ, 51,000 ਰੁਪਈਆ ਦਿੱਤਾ ਜਾਊਗਾ ਅਗਲੇ ਸਾਲ। ਜ਼ੋਰਦਾਰ ਤਾੜੀ ਮਾਰੋ ਕਸ਼ਮੀਰ, ਸਾਡਾ ਵੀਰ ਕਹਿੰਦੇ ਵੀ ਕੈਨੇਡਾ ਦੇ ਵਿੱਚ ਬੈਠੇ ਆ, ਆਨੰਦ ਮਾਣ ਰਹੇ ਇਹਨਾਂ ਮੈਚਾਂ ਦਾ, ਤੇ ਐਲਾਨ ਕਰਦੇ ਵੀ 51,000 ਰੁਪਈਆ ਦਿੱਤਾ ਜਾਵੇਗਾ ਤੇ ਨਾਲ ਕਹਿੰਦੇ ਵੀ ਜਿਹੜੀ ਓਪਨ ਦੀ ਲਗਾਤਾਰ 3 ਸਾਲ ਟੀਮ ਜਿੱਤੂਗੀ ਉਹਨੂੰ 51,000 ਵੱਖਰੇ ਤੌਰ ਤੇ ਦਿੱਤਾ ਜਾਣਾ। ਲਗਾਤਾਰ 3 ਸਾਲ ਜਿੱਤਣ ਵਾਲੀ ਓਪਨ ਟੀਮ ਨੂੰ 51,000 ਰੁਪਈਆ ਤੇ ਹਜੇ ਘੱਟ ਨਹੀਂ, ਕਹਿੰਦੇ 65 ਕਿਲੋ ਦੀ ਟੀਮ ਜਿੱਤਣ ਵਾਲੀ ਨੂੰ
30,000 रुपया दिता जाएगा। जो लगातार 3 साल टीम जीतेगी 31,000 रुपया दिता जाएगा। तो जी 45 किलो की टीम लगातार 3 साल जीतू 21,000 रुपया दिता जाएगा। एक बार जोरदार ताड़ी मारो, पता लगे भी जी ताड़ी कनेडा सुने साढ़े भी कश्मीर होनी कहते नैट के जरिए मैचों का आनंद माण रहे हैं। ऐलान कर दो हूँ, आप देखना भी शाम तक की बनता है। सारी लिस्ट आप तैयार कर लेनी है तो गल् साझिया कर देनी भी अगले साल की होगा। आप दस दिना दर्शकों भी कहो जो इनाम रखे जाने हैं। बाकी जे वार बार फोन आ रहे हैं कहते भी जोड़ा कुछ तुम 32 दंदा क्ढोंगे असं वो पूरा करा। साढ़े भी ऐलान कर दो है भाई, सब न्यूजीलैंड बैठे है, कश्मीर सिंह जी कनेडा बैठे है, भाई गुरजंत होनी कनेडा बैठे है। कहते भी प्रबंधकी कमेटी 32 दंदा जी आवाज क्ढूगी असं वो पूरी करा, क्योंकि बड़ा नाम बघेले वाला पिंड का साढ़े वीर विदेशों के बैठे रहे। आप धन्यवाद करते हैं। नाल ही साढ़े एनआरआई वीर का बड़ा धन्यवाद किया जा रहा है। इस तो अगला मुकाबला खुखराणा ते बाबा वीर दास क्लब माला दी टीमों के विचकार खेडिया जाएगा। इस वेले देखते भी चिट्टियां कपाह दी फुटियां वर्गी धुप है, नौजवान तिना जाफियां की घूमती हुई चैन एक पासे निधा वाली कबड्डी पाउंदा है। देखते भी हल्का टच है, नाल ही अपनी टीम के खाते में एक अंक का वाधा करता हुआ नौजवान। सत्कारयोग वीर ने भोले होने साढ़े गिंदरी होनी निमे होनी सारे ही वीर सत्कार योग ने, संधू होनी हैप्पी होनी आप धन्यवाद करते हैं। साढ़े मल्ली वीर होनी संधू होनी धन्यवाद करते हैं। अगली कबड्डी नौजवान खेड मैदान देखते हैं भी सलीने पिंड का बद कबड्डी पाँगा है कि थापी मार हानिया जी उही कबड्डी पाते हैं। अतरिड़के का छन्ना यारो जेड़े मूह नूं लाउंदे ने कि खाधे ने बदम जेड़े मंगला उस ने ही गोडियां लवाउणियां। कहिंदे ने सियाने गल्लां सच्चियां खाधियां खुराकां कमाउणियां। एक बार नौजवान कह लईए ला तकड़ा जफा बल्ले बल्ले घुमा रहे अपनी टीम लई। अगली कबड्डी निधा वाली नौजवान कबड्डी पाउंदा है। साडी बेनती है भी टीमां कृपा करके बाहर बैठ जाण, जिहड़े वाधू वीर है वो वेटिंग बॉक्स के विच बैठ जाण, मेरी बेनती है। क्योंकि दर्शक लाला लाला करते हैं, बाहरों कुछ दिसदा नहीं उन्हां नूं, तुसीं साइड पर बैठ जाओ मेरी बेनती है। जेडे वाधू प्लेयर है वाधू झग्गा पाल्टी बह जाओ मेरी वीर बेनती है। वाधू वीर बह जाओ कृपा करके। हैलो हैलो भाई जी, तलवंडी वालों को बेनती है कि अपनी पर्ची ले आने जी, एंट्री फीस वाली आ गई। नाल ही इस वेले अगली कबड्डी सलेने पिंड का नौजवान धन्ना कबड्डी पाउंदा है। देखते हैं भी चारा जाफिया की घूमती हुई चैन है। इस वे धन्ने की पाई हुई कबड्डी है, खेड मैदान में हाथ जोड़िया होने ने भज नौजवान भज। इस वे किधर की लंघना देखते हैं, कदे सजे कदे खब्बे, नाल ही हंध्या के लागे नौजवान एक अंक का वाधा करता हुआ अपनी टीम लई। साढ़े नीटे होनी गगन होनी साढ़े हैप्पी फिर होनी इंदर बड़िया जिम्मेवारियां सामिया हो जाने। विदेशों के कह लीए लाइव टैलीकास्ट किया जा रहा है पंजाब लाइव 1.com के जरिए। आप धन्यवाद करते हैं वीर लाइव तस्वीर के जिथे रांझे गल करते हैं तो हीरा बोल दिया मैनू टैलीविजन लै दे तस्वीर बोल दिया कह लीए सत्ता पिंड तस्वीर जा रही है केबल टीवी के जरिए। धन्यवाद करते हैं वीर। अगली कबड्डी सलीने पिंड का कालू कबड्डी पाँगा है। देखते हैं भी ला हाथों कली टेक धरती मां नूं मत्था कि मत्था टेकिया मुंडे ने हाथ जोड़े देखो लगिया रब नूं त्यों लोको कि मारो ताड़िया शेर नूं दिओ थापी थापी चलिया कबड्डियां पाउण लोको। एक पासे जीतदा छोटा वीर है, दूसरे पासे सलीने पिंड का कालू मेरे भरिओ। देखते हैं की बनता हंधे ते लागे कि टक्कर होगी शेरां दी खड़ के देखू कुल जमाना। मैच उही जितणगे जिन्हां ते डौलिया पट्टां विच जाना अज डौलिया पट्टां विच जाणी है। भाई जी कबड्डी खिलाड़ियों को बेनती है जरा मैं चली जाता सर वो खिलाड़ी बच्चे हो दूजे टीम के खिलाड़ी जिन्होंने मैं बाद चो बॉक्स में रुकना। काले वीर बेनती है गोले मल्ली टीम एंटर ना हो अंदर ग्राउंड के बॉक्स के खड़ाई रखना उन्होंने जी। नाल ही खुखराणा हीरा दास क्लब मल आवे साडे सत्कारयोग वीर ने बड़िया जिम्मेवारियां भी सामने उन्होंने बड़ा उपराला है। नौजवानों को चंगी सेहत है कि 7 साल का जवाक ही अजकल कह लिए गल नूं आउंदा है, 12 साल का हो वैली कमाउंदा है कि बड़ा होकर किला बेच के गड्डी रखी है किधर नूं जांदा पंजाब ते कहंदे तरक्की है। अजकल ये पंजाब की तरक्की की गल है, बड़ा उपराला है। नौजवान कहते धन्ने की पाई हुई कबड्डी है कि मुल्क तरक्की सिरा चलिया हुण ना गड्डी रोक दिओ, कीमत बड़ी जवानी की एवं ना भट्ठी झोक दिओ कि नशियां तो परहेज कर लिओ, यही वजह तबाही दी। जे खुद चाहिए सत्कार तो सब की इज्जत करनी चाहिए, बड़े कह लिए सत्कार बख्शे जा रहे हैं।
ਭੱਜਣ ਦੀ ਪੂਰੀ ਕੋਸ਼ਿਸ਼ ਹੈ ਕਿ ਮੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ ਤੇ ਤੈਨੂੰ ਕੀ ਮਿਲਦਾ ਨੌਜਵਾਨਾ ਪਿਆਰ ਨਾਲ ਕਬੱਡੀ ਪਿਆਰ ਦਾ ਪ੍ਰਤੀਕ ਹੈ ਇਸ ਵੇਲੇ ਕਹਿ ਲਈਏ ਕਿ ਨਿਮਰਤਾ ਤੇ ਪਿਆਰ ਚੰਗਾ ਹੁੰਦਾ ਖਿਡਾਰੀ ਨਿਮਰਤਾ ਤੇ ਪਿਆਰ ਕਰੋ ਇਹਨਾਂ ਬੰਨਾਂ ਦੀ ਸੌਖਾ ਕਬੱਡੀ ਦਾ ਸਟਾਰ ਮਿੱਤਰੋ ਸਟਾਰ ਬਣੇ ਜਾਂਦੇ ਨੇ ਨਾਲ ਹੀ ਜ਼ੈਡ ਰੋਜ਼ ਸਿਟੀ ਕੇਬਲ ਤਲਵੰਡੀ ਭਾਈ ਵਾਲਿਆਂ ਨੇ ਲਾਗਲੇ ਗੱਲ ਜੀ ਸੱਠਾ ਪਿੰਡ ਵਿੱਚ ਕੇਬਲ ਲਾਈਵ ਕਰ ਦਿੱਤੀ ਹੈ ਮੰਗੇਲੇ ਦਾ ਖੇਡ ਮੇਲਾ ਪੂਰੇ ਕਹਿ ਲਈਏ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਖਾਇਆ ਜਾ ਰਿਹਾ ਹੈ ਅੱਧਾ ਮੋਗੇ ਜ਼ਿਲ੍ਹੇ ਵਿੱਚ ਅੱਧਾ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਆਪਾਂ ਧੰਨਵਾਦ ਕਰਦੇ ਹਾਂ ਨਾਲ ਪੰਜਾਬ ਲਾਈਵ ਵਨ ਵਾਲੇ ਕਹਿ ਲਈਏ ਐਨ ਆਰ ਆਈ ਵੀਰ ਸਭ ਨੈਟ ਤੇ ਬੈਠੇ ਲੁੱਟਦੇ ਨਜ਼ਾਰੇ ਸਾਡੇ ਪੰਜਾਬ ਲਾਈਵ ਵਨ ਵਾਲੇ ਨੂੰ ਸ਼ਾਬਾਸ਼ ਕਹਿੰਦੇ ਨੇ ਸਾਰੇ ਆਪਾਂ ਧੰਨਵਾਦ ਕਰਦੇ ਹਾਂ ਨਾਲ ਹੀ ਜੱਫਾ ਘਰ ਬੈਠਾ ਨੌਜਵਾਨ ਕਾਲੂ ਸਲੀਨੇ ਪਿੰਡ ਦਾ ਅਗਲੀ ਕਬੱਡੀ ਦੇਖਦੇ ਹਾਂ ਵੀ ਨਿਧਾ ਵਾਲੇ ਪਿੰਡ ਦਾ ਗੋਗਾ ਕਬੱਡੀ ਪਾਉਂਦਾ ਦੇਖਦੇ ਹਾਂ ਵੀ ਖੇਡ ਮੈਦਾਨਾਂ ਵਿੱਚ ਤਿੰਨਾਂ ਵੀਰਾਂ ਦੀ ਘੁੰਮਦੀ ਹੋਈ ਚੈਨ ਹੈ ਇੱਕ ਪਾਸੇ ਨਿਧਾ ਵਾਲੇ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਦੇਖਦੇ ਹਾਂ ਵੀ ਕਿਹੜਾ ਨੌਜਵਾਨ ਵੱਧ ਕੋਸ਼ਿਸ਼ ਕਰੇਗਾ ਸਾਡੇ ਵਿਨੇ ਡਿਜੀਟਲ ਸਟੂਡੀਓ ਵਾਲੇ ਵੱਡੀਆਂ ਜ਼ਿੰਮੇਵਾਰੀਆਂ ਸਾਂਭੀਆਂ ਉਹਨਾਂ ਨੇ ਆਪਾਂ ਧੰਨਵਾਦ ਕਰਦੇ ਇਹਨਾਂ ਵੀਰਾਂ ਦਾ ਹੈਪੀ ਸਾਡਾ ਵੀਰ ਆਵੇ ਹੈਪੀ ਡੋਟ ਕੌਮ ਵੱਡੇ ਵੀਰੇ ਨੋਟ ਕਰਿਓ ਸਲੀਨੇ ਦੀ ਟੀਮ ਜੇਤੂ ਹੈ ਸਾਢੇ ਵੀਹ ਅੰਕ ਪ੍ਰਾਪਤ ਕਰੇ ਸਲੀਨੇ ਦੀ ਟੀਮ ਜੇਤੂ ਹੈ ਨਾਲ ਹੀ ਖੁਖਰਾਣਾ ਤੇ ਬਾਬਾ ਹੀਰਾ ਰਸ ਕਲਾਂ ਮੱਲ ਆਵੇ ਹੈਲੋ ਇਸ ਵੇਲੇ ਖੁਖਰਾਣੇ ਦੀ ਟੀਮ ਹੱਥ ਖੜਾ ਕਰਦੀ ਖੁਖਰਾਣਾ ਖੁਖਰਾਣੇ ਦੀ ਟੀਮ ਹੋ ਗਈ ਹੈ ਲਹਿੰਦੇ ਵਾਲੇ ਪਾਸੇ ਪਹਿਲੀ ਕਬੱਡੀ ਨੌਜਵਾਨ ਮੰਗਾ ਮੇਰੇ ਵੀਰੋ ਮਾਲੇ ਪਿੰਡ ਦਾ ਸਰਦਾਰ ਤਰਸੇਮ ਸਿੰਘ ਦੇ ਘਰ ਦਾ ਵਾਰਿਸ ਦੌਲਤ ਖਾਨ ਦਾ ਪੋਤਾ ਸਾਡਾ ਵੀਰ ਦੌਲਤ ਸਿੰਘ ਦਾ ਪੋਤਾ ਏ ਮੰਗਾ ਮਾਲੇ ਪਿੰਡ ਦਾ ਤਿਆਰੀ ਫੜਦਾ ਖੇਡ ਮੈਦਾਨਾਂ ਵਿੱਚ ਪਹਿਲੀ ਕਬੱਡੀ ਇਸ ਵੇਲੇ ਨੌਜਵਾਨ ਖਖਰਾਣੇ ਪਿੰਡ ਦਾ ਸ਼ਿੰਦਾ ਕਬੱਡੀ ਪਾਉਂਦਾ ਦੇਖਦੇ ਵੀ ਕਿ ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਤੂੰ ਸੀਟੀ ਉੱਤੇ ਬਹਿ ਜਾ ਬੱਲੀਏ ਨਵਾਂ ਲੈ ਲਿਆ ਟਰੱਕ ਸ਼ਿੰਦੇ ਯਾਰ ਨੇ ਨੀ ਬਾਬਿਆਂ ਦੇ ਚੱਲ ਚੱਲੀਏ ਇੱਕ ਪਾਸੇ ਸ਼ਿੰਦੇ ਨੇ ਭੱਜਣ ਦੀ ਕੀਤੀ ਹੋਈ ਕੋਸ਼ਿਸ਼ ਹੈ ਦੂਸਰੀ ਸਾਈਡ ਨੌਜਵਾਨ ਹੋ ਮੂਹਰੇ ਡੱਕਣ ਰੱਖਣ ਦੀ ਪੂਰੀ ਕੋਸ਼ਿਸ਼ ਕਰਦਾ ਨਾਲ ਹੀ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਲਈ ਅਗਲੀ ਕਬੱਡੀ ਬਾਪੂ ਕਹਿ ਲਈਏ ਦੌਲਤ ਯਾਰ ਸਾਢੇ ਪੰਦਰਾਂ ਤੇ ਸੋਲਾਂ ਦਾ ਮੈਚ ਹੋਊਗਾ ਵੱਡੇ ਵੀਰ ਪ੍ਰਬੰਧਕ ਕਹਿੰਦੇ ਸਾਢੇ ਪੰਦਰਾਂ ਤੇ ਸੋਲਾਂ ਦਾ ਮੈਚ ਖੇਡਿਆ ਜਾਵੇਗਾ ਤੁਸੀਂ ਧਿਆਨ ਰੱਖਿਓ ਥੋੜ੍ਹਾ ਜਿਹਾ ਸਾਢੇ 15 ਤੇ 16 ਠੀਕ ਹੈ ਵੱਡੇ ਵੀਰ ਸਾਢੇ 15 ਤੇ 16 ਅੰਕਾਂ ਦੇ ਜਿੱਤ ਹਾਰ ਦੇ ਫੈਸਲੇ ਹੋਣਗੇ ਅਗਲੀ ਕਬੱਡੀ ਨੌਜਵਾਨ ਖਖਰਾਣੇ ਪਿੰਡ ਦਾ ਕਬੱਡੀ ਪਾਉਣ ਦੀ ਪੂਰੀ ਤਿਆਰੀ ਫੜਦਾ ਇੱਥੇ ਮੈਦਾਨਾਂ ਵਿੱਚ ਕਿ ਮਿੱਤਰਾਂ ਦੇ ਪਿੰਡ ਜਾਣ ਦੀ ਮੁੰਡਾ ਕਰਦਾ ਫਿਰ ਤਿਆਰੀ ਇੱਕ ਪਾਸੇ ਖਖਰਾਣੇ ਵਾਲੇ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ ਦੇਖਦੇ ਹਾਂ ਵੀ ਕਹਿੰਦੇ ਜਾਫੀ ਨੇ ਮਾਲੇ ਪਿੰਡ ਦੇ ਐਨ ਕਹਿ ਲਈਏ ਬੱਜੀ ਹੋਈ ਪ੍ਰੈਸ ਖੇਡ ਮੈਦਾਨਾਂ ਵਿੱਚ ਭੱਜਣ ਦੀ ਪੂਰੀ ਕੋਸ਼ਿਸ਼ ਹੈ ਕਦੇ ਸੱਜੇ ਕਦੇ ਖੱਬੇ ਨੌਜਵਾਨ ਕਹਿ ਲਈਏ ਲੱਗਿਆ ਹੋਇਆ ਜ਼ੋਰ ਹੈ ਕਿ ਟੱਕਰ ਹੋਊਗੀ ਸ਼ੇਰਾਂ ਦੀ ਖੜ ਕੇ ਦੇਖੂ ਕੁੱਲ ਜਮਾਨਾ ਮੈਚ ਹੀ ਉਹੀ ਜਿੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਵਿੱਚ ਜਾਣਾ ਡੌਲਿਆਂ ਪੱਟਾਂ ਦੀ ਜਾਨ ਪਰਖੀ ਜਾਣੀ ਹੈ ਅਗਲੀ ਕਬੱਡੀ ਨੌਜਵਾਨ ਮੰਗਾ ਕਹਿ ਲਈਏ ਸਰਦਾਰ ਤਰਸੇਮ ਸਿੰਘ ਦੇ ਘਰ ਦਾ ਵਾਰਿਸ ਕਬੱਡੀ ਪਾਉਣ ਲਈ ਖੇਡ ਮੈਦਾਨ ਵਿੱਚ ਵਾਧਾ ਸਿੱਖ ਸਰਦਾਰ ਨੌਜਵਾਨ ਮੰਗੇ ਦੀ ਪਾਈ ਹੋਈ ਕਬੱਡੀ ਹੈ ਦੇਖਦੇ ਹਾਂ ਵੀ ਖਖਰਾਣੇ ਪਿੰਡ ਦੇ ਚਾਰ ਜਾਫੀ ਨੇ ਇੱਕ ਕਹਿੰਦੇ ਭੱਟੀ ਖੜਾ ਹੈ ਇੱਕ ਕਹਿੰਦੇ ਮਾਈਕਲ ਨੌਜਵਾਨ ਕਹਿ ਲਈਏ ਲੂਰੀਆਂ ਵੜਦਾ ਹੈ ਦੇਖਦੇ ਹਾਂ ਵੀ ਕਿਹੜਾ ਨੌਜਵਾਨ ਵੱਧ ਕੋਸ਼ਿਸ਼ ਕਰੇਗਾ ਭੱਟੀ ਦੀ ਕੀਤੀ ਹੋਈ ਕੋਸ਼ਿਸ਼ ਫੜਿਆ ਹੋਇਆ ਗੁੱਟ ਲੱਗੀ ਹੋਈ ਕੈਂਚੀ ਐਂ ਕਹਿ ਲਈਏ ਮੈਨੂੰ ਮੈਨੀ ਹੁੰਦੀਆਂ ਹੋਈਆਂ ਜਵਾਨੀਆਂ ਦੇਖਦੇ ਹਾਂ ਵੀ ਨੌਜਵਾਨ ਪਰ ਮੰਗਾ ਹੱਥ ਨਹੀਂ ਧਰਾਉਂਦਾ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਆਪਣੀ ਟੀਮ ਲਈ ਇੱਕ ਪਾਸੇ ਦੇਖਦੇ ਹਾਂ ਵੀ ਖਖਰਾਣੇ ਪਿੰਡ ਦਾ ਨੌਜਵਾਨ ਜੱਫਾ ਖਾ ਬੈਠਾ ਹੈ ਨਾਲ ਹੀ ਸਾਡੇ ਦੇਵ ਦਿਆਲਪੁਰਾ ਜੀ ਫੈਸਲੇ ਕਰਦੇ ਹੋਏ ਅਗਲੀ ਕਬੱਡੀ ਸਿੱਖ ਸਰਦਾਰ ਨੌਜਵਾਨ ਕਹਿ ਲਈਏ ਫੜਦਾ ਹੋਇਆ ਤਿਆਰੀ
कि धर्म की खातर लड़न वास्ते जे कोई गलत ना जाता तीर वाला एक बाबा अखा मूहरे आ जाता कि सूरज चमकता देखिया मौसम सलाबे दे कि असी फैन हाँ यारो पिंडर वाले बाबे दे पिंडर वाले बाबे का फैन इस वे कहने नौजवान मंगा कबड्डी पाँदा है देखते हैं भी एक पास ककराने पिंड चार जाफी ने नौजवान मंगे की बाई हुई कबड्डी है इस वे लगता जफा भजन की पूरी कोशिश है माले पिंड का मंगा अपनी टीम लई एक अंक का वाधा करता हुआ और नाल ही कहते भी बोरे वाले महापुरुषों की जी बड़ी कृपा उस इलाके के उपर उस नगर के उपर और बड़े जो मान सम्मान बख्शे जिते साढ़े कश्मीर सिंह जी सिद्धू कनेडा सन ऑफ सरदार हरनेक सिंह जी सिद्धू वो कहते भी 51,000 रुपया दिता जाए अगले साल सब्बा साडा वीर न्यूजीलैंड दे विच बैठा वो कहता भी 21,000 रुपया दिता जाएगा नाल साढ़े मनदीप सिंह जी सिद्धू सन ऑफ सरदार ज्ञान सिंह जी वो कहते भी जिहड़ा तुसीं मूंह दे विचों कढोगे जिन्नी भी राशि कढोगे ओपन का जिन्ना नाम रखोगे उन्ना देवांगे ये अगले साल के लिए जो साढ़े वीर धन्यवाद करते हैं सारे वीर का विशेष तौर पर साढ़े कश्मीर सिंह जी सिद्धू कनेडा साडा वीर न्यूजीलैंड मनदीप सिद्धू साडा वीर बड़ा हाथ है बड़े सहयोग ने परमात्मा करे भी कनेडा इस वीर ने भी चला जाना है तो फिर मनदीप असी मंग के लवेंगे जिहड़ा कुछ मूह कढांगे तैनूं करना पैणा तो पहले साढ़े वीर ने ऐलान किया भी परमात्मा ने बड़ा कुछ दिता जो तुसीं मूह दे विचों कढोगे असी ओह देवांगे परमात्मा लंबी आयु बख्शे कश्मीर सिंह जी सिद्धू कनेडा सब्बा न्यूजीलैंड मनदीप साडा वीर सिद्धू रब इन्हां नूं लंबी उमर बख्शे जो अगले साल के लिए ऐलान करते ने नाल ही साडा वीर अर्जुन तलवंडी भाई तो पुज्जे कहिंदा मैं ग्राउंड दे कार चक्कर लाउणे ने इस वे अर्जुन तलवंडी भाई पिंड का कार चक्कर लावेगा आप इसका भी मान सम्मान करना है अमरीक वीरे कार चक्कर लाने ने गिने जामी चंगा नाल ही इस तो अगला मुकाबला राम मल दौलतपुरा के चूर चक दीआं टीमां दे विचकार खेडिया जाना है महेश मुनि क्लब मंगेला ते गजरवाला आ गए एक पास नौजवान की पाई हुई कबड्डी है खकराने पिंड का कबड्डी पाँदा है इस वे देखते हैं भी तिना जाफिया की घूमती हुई चैन है पाई हुई कबड्डी है इन मेहनों मेहनी होंगी हुई जवानी धक्के मारे नौजवान मैदानों बाहर करता हुआ अगली कबड्डी माले पिंड का मंगा फड़ तैयारी पाई हुई कबड्डी है सिख सरदार नौजवान कह लिए कि ना कोई योधे वर्गा होया ना कोई योधे वर्गा होना जुगा जुग गल चल दरवेश दया कि कौन करूगा रिसा कल की धरत शमेश दया सिखी भी बरकरार है नौजवान की मार्केट कबड्डी भी बरकरार है अगली कबड्डी खखराने पिंड का मेरे भीरियो इस वे नौजवान फर तैयारी कबड्डी पाँदा हुआ खेड मैदानों में खखराने पिंड की पाई हुई कबड्डी है कह लिए खखराने के बब्बू का ना दुनिया भर में माइकल का ना भट्टी का ना मेरे भीर सत्कारयोग वीर ने एक पास खखराने वाला नौजवान कबड्डी पाँदा हुआ देखते हैं भी तिना जाफिया की घूमती हुई चैन है एन बढ़ के की हुई कोशिश है ते नाल ही घोटा मदो के फैसले इस वे सही ते अटल आपां धन्नवाद करदे ने वीरां दा नाल ही राम मल दौलतपुरा ते चूर चक आवे राम मल दौलतपुरा ते चूर चक आवे एक पासे मंगे दी पाई हुई कबड्डी है कि मैं पत्तना दा दारू तूं अजे कच्ची कहल पिंड पिंड ना मेरा मैनू कहंदे जर नैल तेरे जंजां नूं असीं हत्थां ते नचाईए नहीं अजे कि तू जैलदार नहीं डिग्गिया रुमाल फड़ाईए एक पासे पहले माइकल दा छोटा वीर है भट्टी नौजवान ला तकड़ा जफा बल्ले बल्ले करवाउंदा है कि तुहाडे भट्टी जांदे ने जिन्हां दुद्ध मावां दा पीता यारो फड़ने सौखे ने दुल्ला बिल्ला ते गुलदीता एक पासे मंगे नूं फड़ तकड़ा ला जफा बल्ले बल्ले करवाउंदा सरपंच साडा वीर लखवीरा भट्टी सेवा इस वेले पानी दा छिड़का कीता जा रहा है एक पासे लग्या होया जफा है कि जाफी ने धावी नूं बाहां विच जकर लिया जिवें शेर ने चुंगी जां भरदे मेरे को पकड़ लिया कि हो दुनिया वेंदी पब्बा भार कबड्डी नूं आ जुगा जुगा तो करन पंजाबी प्यार कबड्डी नूं पंजाबियां दा वड्डा प्यार है अगली गल माइक ते अमरीक जी असीं पिंड पद्धर उपण दी टीमां नूं बेनती करदे हां वी काफी सारियां टीमां एंटर हो गईआं ने 20 टीमां एंटर कीतीआं जा रहीआं सिर्फ 20 टीमां एंटर कीतीआं जा रहीआं टीमां जल्दी एंटर हो जाण पिंड पद्धर उपण दी टीमां नूं बेनती है ते नाल ही मैं देव नूं बेनती करदा भाई वी कि टीम सद्दी जाती है आपां उधरों
ਭਗਤੇ ਦੀ ਟੀਮ ਆ ਰਹੀ ਹੈ, ਬਠਿੰਡੇ ਦੀ ਟੀਮ ਹੈ, ਸਾਡੇ ਵੀਰ ਦੇਵੋ ਨੇ ਕਹਿੰਦੇ ਵੀ ਭਗਤੇ ਦੀ ਟੀਮ ਆ ਰਹੀ ਹੈ, ਮੈਚ ਪੂਰਾ ਟੌਪ ਦਾ ਖੇਡਿਆ ਜਾਵੇਗਾ। ਪਿੰਡ ਪੱਧਰ ਉੱਪਰ ਦੀਆਂ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਨੇ ਉਹ ਐਂਟਰ ਹੋ ਜਾਣ, ਕਿਰਪਾ ਕਰਕੇ ਮੇਰੀ ਬੇਨਤੀ ਹੈ। ਪਿੰਡ ਪੱਧਰ ਉੱਪਰ ਦੀਆਂ ਟੀਮਾਂ ਜਿੰਨੀਆਂ ਵੀ ਪਹੁੰਚੀਆਂ ਨੇ ਐਂਟਰ ਹੋ ਜਾਣ ਕਿਰਪਾ ਕਰਕੇ। ਇੱਕ ਪਾਸੇ ਖਖਰਾਣੇ ਪਿੰਡ ਦੇ ਪਾਲੀ ਦੀ ਪਾਈ ਹੋਈ ਕਬੱਡੀ ਹੈ, ਦੇਖਦੇ ਹਾਂ ਵੀ ਤਿੰਨਾਂ ਜਾਫੀਆਂ ਵਿੱਚ ਭੱਜਣ ਦੀ ਪੂਰੀ ਕੋਸ਼ਿਸ਼ ਕਰੇ ਸੱਜੇ ਕਦੇ ਖੱਬੇ ਕਿ ਕਿੱਥੇ ਭੱਜੇਗਾ ਭੂਤਰਿਆ ਸਾਹ ਦਾ ਤੂੰ ਹੱਥ ਪਾ ਕੇ ਅਣਖਾਂ ਨੂੰ। ਇੱਕ ਪਾਸੇ ਨੌਜਵਾਨ ਪਾਲੀ ਆਪਣੀ ਟੀਮ ਲਈ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਮਾਲੇ ਪਿੰਡ ਦਾ ਮੰਗਾ ਕਬੱਡੀ ਪਾਉਂਦਾ ਏ। ਦੇਖਦੇ ਹਾਂ ਵੀ ਮਾਲੇ ਪਿੰਡ ਦੇ ਪਾਲ ਦੀਆਂ ਦੁਨੀਆਂ ਭਰ ਵਿੱਚ ਗੱਲਾਂ ਹੁੰਦੀਆਂ ਨੇ, ਮਾਲੇ ਪਿੰਡ ਦਾ ਬਲਕਾਰ ਸ਼ਮੇ ਵਰਗੇ ਦੁਨੀਆਂ ਦੇ ਸਟਾਰ ਖਿਡਾਰੀ ਨੇ। ਇੱਕ ਪਾਸੇ ਭੱਟੀ ਨੌਜਵਾਨ ਪੂਰੀ ਕੋਸ਼ਿਸ਼ ਕੀਤੀ ਹੋਈ ਹੈ, ਦੇਖਦੇ ਹਾਂ ਵੀ ਆਪਣੀ ਟੀਮ ਲਈ ਮੰਗਾ ਨੌਜਵਾਨ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਪਾਲੀ ਨੌਜਵਾਨ ਮੇਰੇ ਵੀਰੋ ਖਖਰਾਣੇ ਪਿੰਡ ਦਾ ਫੜ ਤਿਆਰੀ ਆ ਵੀ ਨੌਜਵਾਨ ਕਹਿ ਲਈਏ 20 ਕੁ ਸਾਲਾਂ ਦੀ ਉਮਰ ਦਾ ਕਬੱਡੀ ਪਾਉਂਦਾ ਏ। ਇੱਕ ਪਾਸੇ ਦੇਖਦੇ ਹਾਂ ਵੀ ਤਿੰਨ ਜਾਫੀ ਨੇ ਨੌਜਵਾਨ ਦੀ ਪਾਈ ਹੋਈ ਕਬੱਡੀ ਹੈ, ਕਿਹੜਾ ਨੌਜਵਾਨ ਮਾਲੇ ਪਿੰਡ ਦਾ ਵੱਧ ਕੋਸ਼ਿਸ਼ ਕਰੇਗਾ, ਨਾਲ ਹੀ ਭੱਜਣ ਦੀ ਪੂਰੀ ਕੋਸ਼ਿਸ਼ ਹੈ ਖੇਡ ਮੈਦਾਨਾਂ ਵਿੱਚ ਪਾਲੀ ਆਪਣੀ ਟੀਮ ਲਈ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਨੌਜਵਾਨ। ਇਸ ਤੋਂ ਅਗਲਾ ਮੁਕਾਬਲਾ ਬਾਬਾ ਰਾਮ ਮੱਲ ਦੌਲਤਪੁਰਾ ਤੇ ਚੂੜ ਚੱਕ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਵੇਗਾ। ਅਰਜੁਨ ਸਾਡੇ ਵੀ ਤਲਵੰਡੀ ਭਾਈ ਤੋਂ ਕਾਟ ਗੇੜੇ ਲਾਉਣੇ ਨੇ ਇਸ ਨੌਜਵਾਨ ਦੇ, ਇਸ ਵੇਲੇ ਟਰੈਕ ਤੇ ਚੱਕਰ ਲਗਾ ਰਹੇ। ਆਪਾਂ ਧੰਨਵਾਦ ਕਰਦੇ ਹਾਂ ਸਾਰੇ ਵੀਰਾਂ ਦਾ, ਵੱਡੀਆਂ ਜ਼ਿੰਮੇਵਾਰੀਆਂ ਨੇ। ਇਸ ਵੇਲੇ ਨੌਜਵਾਨ ਖਖਰਾਣੇ ਪਿੰਡ ਦਾ ਕਬੱਡੀ ਪਾਉਂਦਾ ਏ, ਦੇਖਦੇ ਹਾਂ ਵੀ ਤਿੰਨਾਂ ਜਾਫੀਆਂ ਵਿੱਚ ਪੱਟੀ ਹੋਈ ਖੁੱਚ ਹੈ ਕਿ ਖੁੱਚ ਪੁੱਟਣੀ ਤੇ ਕਬੱਡੀ ਵਿੱਚ ਲਾਉਣੀ ਔਖੀ ਧਾਕ ਮਿੱਤਰੋ ਦੇ ਨਾਲ ਸਭ ਲੱਗਦੇ ਖਾ ਕੇ ਮਿੱਤਰੋ। ਸਤਿਕਾਰਯੋਗ ਕਸ਼ਮੀਰ ਸਿੰਘ ਜੀ ਸਿੱਧੂ ਕੈਨੇਡਾ ਸਾਨੂੰ, ਸਰਦਾਰ ਹਰਨੇਕ ਸਿੰਘ ਜੀ ਉਹ ਕਹਿੰਦੇ ਵੀ ਜੀ ਅਗਲੇ ਸਾਲ ਮਾਲੇ ਦੀ ਟੀਮ ਫਸਟ ਜਾਵੇਗੀ, ਬਘੇਲੇ ਵਾਲਾ ਬਘੇਲੇ ਵਾਲਾ ਦੀ ਟੀਮ ਅਗਲੇ ਸਾਲ ਜੇ ਫਸਟ ਜਾਵੇਗੀ ਤੇ ਅਸੀਂ ਇੱਕ ਸੋਨੇ ਦੀ ਜਿਹੜੀ ਚੈਨ ਆ ਉਹ ਦੇਵਾਂਗੇ, ਗੋਲਡ ਚੇਨ ਦਿੱਤੀ ਜਾਵੇਗੀ 51,000 ਦੇ ਨਾਲ, 51,000 ਵੱਖਰਾ ਦਿੱਤਾ ਜਾਵੇਗਾ, ਸੋਨੇ ਦੀ ਚੇਨ ਵੱਖਰੀ ਦਿੱਤੀ ਜਾਵੇਗੀ ਜੇ ਬਘੇਲੇ ਦੀ ਓਪਨ ਟੀਮ ਅਗਲੇ ਸਾਲ ਫਸਟ ਜਾਵੇਗੀ। ਐਲਾਨ ਕਰਦੇ ਨੇ ਸਰਦਾਰ ਕਸ਼ਮੀਰ ਸਿੰਘ ਜੀ ਸਿੱਧੂ ਕੈਨੇਡਾ, ਜ਼ੋਰ ਨਾਲ ਤਾੜੀ ਇੱਕ ਵਾਰੀ ਫਿਰ ਮਾਰ ਦਈਏ, ਜਿਹੜੀ ਤਾੜਾ ਮਾਰਦੀ ਆਪਾਂ ਤਾੜੀ ਨੂੰ ਤਾੜਾ ਮਾਰੋ। ਐਨਆਰਆਈ ਵੀਰਾਂ ਦਾ ਵੱਡਾ ਸਹਿਯੋਗ ਹੈ, ਕਸ਼ਮੀਰ ਸਿੰਘ ਸਿੱਧੂ ਕੈਨੇਡਾ ਐਲਾਨ ਕਰਵਾਉਂਦੇ ਨੇ ਕਿ ਤੁਸੀਂ ਵਸਦੇ ਰਹੋ ਪਰਦੇਸੀਓ, ਤੁਹਾਡੇ ਨਾਲ ਵਸੇ ਪੰਜਾਬ, ਤੁਸੀਂ ਮਹਿਕ ਦੇ ਵਾਂਗੂ ਖਿੰਡ ਗਏ ਪਿੱਛੇ ਫਿੜਿਆ ਚੁੱਕਿਆ ਸਾਡੇ ਗੁਲਾਬ। ਇਸ ਵੇਲੇ ਵੱਡਾ ਸਹਿਯੋਗ ਹੈ ਸਮੁੱਚੇ ਕਲੱਬ ਨੂੰ ਕਿ ਜਿੱਥੇ ਸਨ ਕਦੇ ਛੱਤਾਂ ਚੋਂਦੀਆਂ ਸੀ ਗਲੀਆਂ ਦੇ ਵਿੱਚ ਖਾਰ, ਅੱਜ ਘਰ ਘਰ ਕਾਰਾਂ ਘੁੰਮਦੀਆਂ ਭਰੇ ਪਿੰਡ ਕੋਠੀਆਂ ਨਾਲ, ਵੱਡਾ ਕਹਿ ਲਈਏ ਐਨਆਰਆਈ ਵੀਰਾਂ ਦਾ ਸਹਿਯੋਗ ਹੈ। ਇੱਕ ਪਾਸੇ ਪਾਲੀ ਖਖਰਾਣੇ ਪਿੰਡ ਦਾ ਆਪਣੀ ਟੀਮ ਲਈ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਮੰਗੇ ਨੇ ਪਾ ਦਿੱਤੀ ਹੈ, ਸਿੱਖ ਸਰਦਾਰ ਦੀ ਪਾਈ ਹੋਈ ਕਬੱਡੀ ਹੈ, ਐਨ ਕੇ ਮੁੰਡਾ ਸੋਹਣਾ ਜਿਹਾ ਕਬੱਡੀਆਂ ਪਾਵੇ ਤੇ ਤਿੱਪ ਤਿੱਪ ਚੋਵੇ ਮੁੜਕਾ, ਮੁੜਕੋ ਮੁੜਕੀ ਹੋਈ ਜਵਾਨੀ ਇਸ ਵੇਲੇ ਮੰਗੇ ਦੀ ਪਾਈ ਹੋਈ ਕਬੱਡੀ ਹੈ। ਦੇਖਦੇ ਹਾਂ ਵੀ ਖਖਰਾਣੇ ਪਿੰਡ ਦੇ ਤਿੰਨ ਜਾਫੀ ਨੇ ਪਿਛਾਹ ਨੂੰ ਹਟਦੇ ਜਾ ਰਹੇ ਨੇ, ਇੱਕ ਪਾਸੇ ਸਿੱਖ ਸਰਦਾਰ ਮੰਗਾ ਦੂਸਰੀ ਸਾਈਡ ਲੱਕ ਦੇ ਮੇਚੇ ਲੈ ਗਏ ਕਿ ਘੁੱਟ ਕੇ ਨਾ ਫੜ ਮੁੰਡਿਆ, ਲੱਕ ਪਤਲਾ ਚੜੀਦਾ ਡਾਂਡਾ ਇੱਕ ਪਾਸੇ ਲੱਗਿਆ ਹੋਇਆ ਜੱਫਾ, ਦੇਖਦੇ ਹਾਂ ਵੀ ਕੀ ਬਣਦਾ ਕੀ ਜੁੜਦਾ, ਗੱਭਰੂ ਰਹਿੰਦਾ ਜਾਂ ਮੁੜਦਾ। ਮਾਈਕਲ ਆਪਣੀ ਟੀਮ ਲਈ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਅਗਲੀ ਕਬੱਡੀ ਨੌਜਵਾਨ ਖਖਰਾਣੇ ਪਿੰਡ ਵਾਲਾ ਪਾਲੀ ਫੜ ਤਿਆਰ ਕਾਲਜ ਸੀ ਮਾਰਿਆ ਕਿਹੜਾ ਮੁੱਖੜਾ ਨਾ ਦੱਸਿਆ ਤੇਰਾ ਕਿੱਥੇ ਜਾ ਬਹਿ ਗਈ ਨੀ, ਸੁਪਨਾ ਹੋ ਗਈ ਪਾਲੀ ਜੇ ਮਿਲਣੋਂ ਵੀ ਰਹਿ ਗਈ ਨੀ, ਗੀਤਕਾਰ ਵਿੱਚ ਪਾਲੀ ਨਾਲ ਮਸ਼ਹੂਰ ਹੋਇਆ। ਇਹ ਕਹਿ ਲਈਏ ਆਹ ਪਾਲੀ ਭੱਜਣ ਦੀ ਪੂਰੀ ਕੋਸ਼ਿਸ਼ ਹੈ, ਕਦੇ ਸੱਚੇ ਕਦੇ ਖੱਬੇ, ਸਾਡੇ ਵੀ ਲਖਵੀਰਾ ਬੜੀਆਂ ਸਵਾਵਾਂ ਕਰਦਾ, ਆਪਾਂ ਧੰਨਵਾਦ ਕਰਦੇ ਇਸ ਵੀਰ ਦਾ, ਯਾਰਾਂ ਦਾ ਯਾਰ ਵੱਲੋਂ ਕਰਦਾ ਪਿਆਰ ਜਿੱਥੇ ਆਣ ਕਰਦਾ, ਘਰ ਘਰ ਮਾਵਾਂ ਦੀਆਂ ਪੁੱਤ ਜਾਂਦੀਆਂ ਸਰਦੂਰ ਸਿੰਘ ਤੇਰੇ ਵਰਗਾ, ਵੱਡੀਆਂ ਜ਼ਿੰਮੇਵਾਰੀਆਂ ਨੇ ਸਾਰੇ ਹੀ ਵੀਰਾਂ ਦੀਆਂ, ਆਪਾਂ ਧੰਨਵਾਦ ਕਰਦੇ ਹਾਂ। ਨਾਲ ਹੀ ਵੱਡੇ ਵੀਰ ਦੱਸਿਓ ਕਿਹੜੀ ਟੀਮ ਜਿੱਤ ਗਈ ਜੀ, ਨਾਲ ਹੀ 15.5 ਅੰਕ ਪ੍ਰਾਪਤ ਕਰ ਖਖਰਾਣਾ ਜੇਤੂ ਹੈ, ਵਿਰੋਧੀ ਟੀਮ ਦੇ ਅੰਕ ਨੇ 10 ਤੇ 15.5 ਅੰਕ ਨੇ ਖਖਰਾਣੇ ਦੇ, ਖਖਰਾਣਾ ਜੇਤੂ ਹੈ। ਰਾਮਵਲ ਦੌਲਤਪੁਰਾ ਤੇ ਚੂੜ ਚੱਕ ਆਵੇ, ਰਾਮਵਲ ਦੌਲਤਪੁਰਾ ਤੇ ਚੂੜ ਚੱਕ ਆਵੇ ਜੀ। ਚੂੜ ਚੱਕ ਦੀ ਟੀਮ ਬੁੱਝੀ ਹੋਈ ਹੈ, ਇਸ ਵੇਲੇ ਰਾਮਵਾਲ ਦੌਲਤਪੁਰਾ ਆਵੇ, ਚੂੜ ਚੱਕ ਬੁੱਝੀ ਹੋਈ ਹੈ ਜੀ।
ਨਾਲ ਹੀ ਦੌਲਤਪੁਰੇ ਦੀ ਟੀਮ ਇਸ ਵੇਲੇ ਖੇਡ ਮੈਦਾਨਾਂ ਵਿੱਚ ਦੇਖਾਂਗੇ ਵੀ ਟੀਮ ਦੌਲਤਪੁਰੇ ਦੀ ਲਹਿੰਦੇ ਵਾਲੇ ਪਾਸੇ ਹੋ ਗਈ ਹੈ, ਚੜ੍ਹਦੇ ਵਾਲੇ ਪਾਸੇ ਟੀਮ ਚੂਰ ਚੱਕ ਦੀ ਹੋ ਗਈ ਹੈ। ਮਾਰੋ ਜੀ ਵਿਸਲ ਤੇ ਕਰਵਾਓ ਮੁਕਾਬਲਾ ਸ਼ੁਰੂ ਕਿ ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ। ਨਿਕਲੇ ਸੂਰ ਦੇ ਮਰਦ ਦਲੇਰ ਮੀਆਂ ਕਿ ਨਿਕਲੇ ਪੌਤ ਸਰਦਾਰਾਂ ਦੇ ਸ਼ੈਲ ਬਣ ਕੇ ਜਿਵੇਂ ਬੇਲਿਓ ਨਿਕਲਦਾ ਸ਼ੇਰ ਮੀਆਂ। ਇੱਕ ਪਾਸੇ ਗੱਲ ਜੀ ਸ਼ੇਰਾਂ ਵਾਲੀਆਂ ਝਪਟਾਂ ਵੱਜਣੀਆਂ ਨੇ, ਮਹੇਸ਼ ਮੁਨੀ ਕਲੱਬ ਬੰਗੇਲਾ ਤੇ ਗਜਨ ਵਾਲਾ ਆਵੇ, ਮਹੇਸ਼ ਮੁਨੀ ਕਲੱਬ ਬੰਗੇਲਾ ਤੇ ਗਜਨ ਵਾਲਾ ਆਵੇ ਜੀ। ਇੱਕ ਪਾਸੇ ਦੇਖਦੇ ਹਾਂ ਵੀ ਪਹਿਲੀ ਕਬੱਡੀ ਨੌਜਵਾਨ ਨੇਕਾ ਕਬੱਡੀ ਪਾਉਂਦਾ ਏ, ਚਾਰ ਜਾਫੀ ਨੇ ਪਹਿਲੀ ਕਬੱਡੀ ਪਾਈ ਹੋਈ ਹੈ। ਇਸ ਵੇਲੇ ਕਹਿ ਲਈਏ ਵੱਜਦੀ ਹੋਈਆਂ ਝਪਟਾਂ ਤੇ ਪਹਿਲਾ ਡੇਢ ਅੰਕ ਆਪਣੇ ਖਾਤੇ ਵਿੱਚ ਜੋੜਦਾ ਨੇਕਾ ਚੂਰ ਜਗ ਪਿੰਡ ਦਾ ਆਪਣੀ ਟੀਮ ਲਈ। ਨਾਲ ਹੀ ਅਰਜੁਨ ਨੇ ਕਾਹ ਚੱਕਰ ਲਾਏ ਨੇ, ਆਪਾਂ ਧੰਨਵਾਦ ਕਰਦੇ ਇਸ ਵੀਰ ਦਾ, ਮਾਨ ਸਨਮਾਨ ਵੀ ਕਰਨਾ ਏ। ਅਗਲੀ ਕਬੱਡੀ ਦੌਲਤਪੁਰੇ ਪਿੰਡ ਦਾ ਨੌਜਵਾਨ ਕਬੱਡੀ ਪਾਉਂਦਾ ਏ, ਦੇਖਦੇ ਵੀ ਇੱਕ ਪਾਸੇ ਚੂਰ ਚੱਕ ਪਿੰਡ ਦਾ ਸੁੱਖਾ ਮੇਰੇ ਵੀਰੋ ਵੱਧ ਕੋਸ਼ਿਸ਼ ਕਰਦਾ ਫੜਿਆ ਹੋਇਆ ਗੁੱਟ ਕਿ ਵੈਦਾ ਮੇਰੀ ਬਾਂਹ ਛੱਡ ਦੇ ਤੈਨੂੰ ਰੋਗ ਦਾ ਰਮਜ ਨੀ ਕੋਈ। ਇਸ ਵੇਲੇ ਫੜਿਆ ਹੋਇਆ ਗਿੱਟਾ ਨੋ ਕੇ ਕਹਿ ਲਈਏ ਤੇ ਨਾਲ ਹੀ ਹੰਧਿਆਂ ਦੇ ਲਾਗੇ ਟੱਕਰ ਹੋਈ ਹੈ। ਨਾਲ ਹੀ ਕਬੱਡੀ ਓਪਨ ਵਰਗ ਦੀਆਂ ਜਿੰਨੀਆਂ ਵੀ ਕਲੱਬਾਂ ਪੁੱਜੀਆਂ ਹੋਈਆਂ ਨੇ ਆਪਾਂ ਸਾਰੀਆਂ ਹੀ ਕਲੱਬਾਂ ਨੂੰ ਜੀ ਆਏ ਕਹਿੰਦੇ ਹਾਂ ਤੇ ਨਾਲ ਹੀ ਬੇਨਤੀ ਹੈ ਵੱਡੇ ਭਾਈ ਐਂਟਰੀ ਫੀਸ ਪੁੱਛਦੀ ਕਰ ਦਿਓ, ਕਬੱਡੀ ਓਪਨ ਦੀਆਂ ਟੀਮਾਂ ਨੂੰ ਬੇਨਤੀ ਹੈ ਐਂਟਰੀ ਫੀਸ ਪੁੱਛਦੀ ਕਰ ਦਿਓ ਜੀ। ਸਾਡੇ ਸਤਿਕਾਰਯੋਗ ਅਮਰਜੀਤ ਸ਼ਰਮਾ ਜੀ, ਸਾਡੇ ਸੀਨੀਅਰ ਕਮੈਂਟੇਟਰ ਹੈ, ਆਪਾਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਨਾਲ ਹੀ ਖਿਡਾਰੀ ਧਿਆਨ ਦੇਣ, ਜੇ ਕੋਈ ਵੀ ਟੀਮ ਤੇ ਸ਼ੱਕ ਪੈ ਗਿਆ ਕਿ ਟੀਮ ਰਲ ਕੇ ਖੇਡਦੀ ਹੈ ਦੂਸਰੀ ਟੀਮਾਂ ਕੱਟਾਂਗੇ, ਕਲੱਬ ਵਾਲੇ ਕਹਿੰਦੇ ਨੇ ਸੈਮੀਫਾਈਨਲ ਤੇ ਫਾਈਨਲ ਮੁਕਾਬਲਿਆਂ ਵਿੱਚ ਸੌ ਖਵਾਈ ਜਾਵੇਗੀ। ਨਾਲ ਹੀ ਇਸ ਵੇਲੇ ਮੁਕਾਬਲਾ ਪੂਰਾ ਸਖ਼ਤ ਹੈ, ਤਾੜੀਆਂ ਮਾਰ ਦਿਓ ਕੁੜੀ ਜ਼ੋਰਦਾਰ ਨੌਜਵਾਨ ਲਈ, ਤਾੜੀਆਂ ਮਾਰ ਦਿਓ, ਬੜਾ ਤਕੜਾ ਜੱਫਾ ਲਾਇਆ ਤੇ ਨਾਲ ਹੀ ਖਤਰੇ ਦਾ ਘੁੱਗੂ ਬੋਲਿਆ ਏ ਸਾਡੇ ਦੇਵ ਦਿਆਲਪੁਰਾ ਜੀ ਫੈਸਲੇ ਕਰਦੇ ਪਏ ਖਾਤੇ ਵਿੱਚ ਜੁੜਦਾ ਹੋਇਆ। ਇਸ ਵੇਲੇ ਰੰਗ ਭਾਵੇਂ ਮੁਸ਼ਕੀ ਹੈ ਨਿੱਕਾ ਨਾ ਹੈ ਨੌਜਵਾਨ ਦਾ, ਪਾਈ ਹੋਈ ਕਬੱਡੀ ਹੈ, ਚਾਰ ਜਾਫੀ ਨੇ ਦੌਲਤਪੁਰੇ ਪਿੰਡ ਦੇ ਇਸ ਵੇਲੇ ਨੇਕੇ ਦੀ ਪਾਈ ਹੋਈ ਕਬੱਡੀ ਹੈ ਕਿ ਧਾਵੀ ਕਹਿੰਦੇ ਉੱਡ ਉੱਡ ਪਾਊਂਗਾ ਕਬੱਡੀਆਂ, ਲੱਤਾਂ ਹਿੱਕਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਵੱਡੀਆਂ ਤਾਕਤਾਂ ਵਰਖੀਆਂ ਜਾਣੀਆਂ ਨੇ। ਇੱਕ ਪਾਸੇ ਆਪਣੀ ਟੀਮ ਲਈ ਇੱਕ ਅੰਕ ਦਾ ਵਾਧਾ ਕਰਦਾ ਹੈ ਨੌਜਵਾਨ। ਨਾਲ ਹੀ ਕਬੱਡੀ ਓਪਨ ਵਰਗ ਦੀਆਂ ਟੀਮਾਂ ਨੂੰ ਬੇਨਤੀ ਹੈ ਵੱਡੇ ਬਾਈ ਜਿੰਨੀਆਂ ਵੀ ਟੀਮਾਂ ਪਹੁੰਚੀਆਂ ਨੇ ਸਾਰੀਆਂ ਹੀ ਐਂਟਰ ਹੋ ਜਾਣ, ਕਬੱਡੀ ਓਪਨ ਵਰਗ ਦੀਆਂ ਟੀਮਾਂ ਬੇਨਤੀ ਕਰਦੇ ਆ। ਨਾਲ ਹੀ ਇਸ ਵੇਲੇ ਚੂਰ ਚੱਕ ਪਿੰਡ ਦਾ ਨੌਜਵਾਨ ਕਹਿ ਲਈਏ ਹੈਵੀ ਹੋ ਗਏ, ਸੁੱਖਾ ਇਸ ਵੇਲੇ ਪੂਰੀ ਕੋਸ਼ਿਸ਼ ਕਰਦਾ ਜੱਫਾ ਲਾਉਣ ਦੀ। ਅਗਲੀ ਕਬੱਡੀ ਕਹਿ ਲਈਏ ਪੰਡਤਾਂ ਦਾ ਪੁੱਤ ਕੁਲਵਿੰਦਰ ਕਬੱਡੀ ਪਾਉਂਦਾ ਏ, ਦੇਖਦੇ ਜੀ ਕਿ ਘਰ ਘਰ ਪੰਡਤਾਂ ਦੇ ਮੁਰਗੇ ਰਹਿ ਚੁੱਕੇ ਨੇ, ਪੁੱਤ ਬਾਣੀਆਂ ਦੇ ਦਾਰੂ ਪੀਣ ਗਏ ਚੁੱਕੇ ਨੇ, ਇੱਕ ਪਾਸੇ ਕੁਲਵਿੰਦਰ ਦੀ ਪਾਈ ਹੋਈ ਕਬੱਡੀ ਹੈ, ਨੌਜਵਾਨ ਗੁੱਟ ਫੜਾ ਬੈਠਾ ਏ ਤੇ ਨਾਲ ਹੀ ਫੜਾਇਆ ਗੁੱਟ ਤੇ ਛਡਾਇਆ ਗੁੱਟ ਆਪਣੀ ਟੀਮ ਦੇ ਖਾਤੇ ਵਿੱਚ ਇੱਕ ਅੰਕ ਦਾ ਵਾਧਾ ਕਰਦਾ ਉਹ ਨੌਜਵਾਨ ਕੁਲਵਿੰਦਰ। ਆਜੋ ਆਜੋ ਆਜੋ।
सत्कार जो साढ़े शर्मा जी आओ जी साढ़े सत्कार जो ने आओ जी भाई जी बेनती करते हैं इस वे निके की बड़ी हुई कबड्डी है एन कह लिए पट्टा ने जोर पर मारी हुई छाल के मारी जद छाल ला के जोर पट्टा नाल अख दे झमके ना कमाल जिहा हो गया कि हाथ ला के काफी ताई निका नौजवान हो गया हो गया हो गया एक पासे अगली कबड्डी नौजवान कह लीजिए हल्की सट लगी हुई है मोढ़े उपर भजन की पूरी कोशिश कदे सजे कदे खब्बे क्यों वैली भज तुरिया जीते मौर का पंगा पाके सिंह फसने कुंडिया ने मित्रा बह जा गोडी ला के एक पासे मौली वाले ने गोडी चुकन की कोशिश की हुई है ते नाल ही अपनी टीम के खाते विच एक अंक का वादा कर दिता है अगली कबड्डी कुलविंदर शर्मा कबड्डी पाउंदा है देखते हैं भी चार जाफी ने दौलतपुरे पिंड एक पास कुलविंदर चूर चकवल की पाई हुई कबड्डी है सिख सरदार मेरे वीरों के सिख सरदार मुंडा बबली चिड़कता जने खड़े धाबियां के नाल फिर मिकदा एक पास पूरी कोशिश की हुई है भजन की देखते हैं भी जदों जद होंगी हुई जवानी के नाल ही कुलविंदर अपनी टीम के खाते में एक अंकड़ा वाधा करता हुआ नाल ही साढ़े कुलविंदर सिंह साढ़े कश्मीर सिंह जी सिद्धू कैनेडा विच विशेष तौर पर इंटरनेट के जरिए साढ़े दरम्यान जुड़े हुए ने आप धन्यवाद करते हैं आने साल कह लिए कबड्डी ओपन का फर्स्ट प्राइज भी देंगे नाल ही आने साल बघेले की धरती से कह लिए आप विराजमान हो के मुकाबले टकनगे आप धन्यवाद करते हैं कश्मीर जी सिद्धू साहब अगली कबड्डी इस वे चूट चक पिंड का नौजवान फड़ तैयारी कबड्डी पाउंदी इस वेले नौजवान कबड्डी बाग खेड मैदान में निके की पाई हुई कबड्डी है एन पूंजिया पसीना ताने पसीना पासे हरजी शकीना साडी रुसकी हसीना एक पासे निके की पाई हुई कबड्डी है नौजवान कह लीए इस वेले निके की पाई हुई कबड्डी है देखते भी चार जाफी ने दौलतपुर पिंड मारी हुई छाल है भजन की पूरी कोशिश है टक्कर हुई है नाल ही नौजवान एक अंक का वाधा करता हो कि चक्की से पुरवर्गी छाती जिगरे घट ने जूझ जूझ के हंध्या टच करते बाजू ने इस वे नौजवान जूझ है अपनी टीम ने एक अंक का वाधा किया अगली कबड्डी दौलतपुरे वाला नौजवान कबड्डी पाँदा है देखते हैं भी चार जाफी ने चूर चक पिंड एक पासे दौलतपुरे की पाई हुई कबड्डी है तो सुखे को हल्का टच किया अपनी टीम के खाते में दौलतपुरी आ एक अंक का वाधा करता हुआ इस वे अगली कबड्डी कुलविंदर ने भरती है मेरे फिर देखते हैं भी चार जाफिया की घूमती हुई चैन है कि चढ़ती जवानी का ना मान करिए कि नीली छत वाले तो हमेशा डरीए ऐसा काम भी कदे ना करिए जिदे पिछों पवे पछताना मित्रो कि जेड़ा बंदा बहुत ही अखा चढ़ के होंदा कुछ दिनों का प्रौना मित्रो एक पास सिख सरदार नौजवान लगे फड़िया हुआ गुट लगी हुई कैंची के गुटों फड़ के जेकर कैंची जड़ हो जाए तो दृश्य कहने के धाबी फड़ हो जाए इस वे सिख सरदार नौजवान दौलतपुरे की टीम के खाते में एक अंक का वाधा करता हुआ नाल ही महेश मुनि क्लब बंगेला ते गजन वाला आवे महेश मुनि क्लब बंगेला ते गजन वाला आवे एनआरआई वीर का बड़ा सहयोग है नाल ही विदेशों के कह लिए जानते होने साढ़े कश्मीरी होने विशेष तौर पर जुड़े हुए ने आप धन्यवाद करते हैं साढ़े वीर का लाइव कह लिए सठा पिंड केबल के जरिए दिखाया जा रहा है साढ़े फिर सभा न्यूजीलैंड कह लिए विशेष तौर पर साढ़े सरदार सरदार है ज्ञान सिंह जी संधु साहब का सपुत्र है सभा न्यूजीलैंड कह लिए साढ़े दरम्यान लाइव बैठा है आप धन्यवाद करते उस वीर का भी बड़ी माइक सैटा भी है एक पासे निके की पाई हुई कबड्डी है गल में काली गानी है देखते हैं भी हल्के हल्के कदम विरोधियों ने वेड़े चारा फिर घूमती हुई चैन है देखते भी कि नौजवान बद कोशिश करेगा तो नाल ही गल पिंड का बिल्ला फैसले करता है पॉइंट धाबी के खाते में जुड़ता होया कि पॉइंट कि बल होगा साढ़े रैफरियों का फैसला अटल होगा दाते पिंड का फेटी वह भी विशेष तौर पर पुजा हो साढ़े अमरीक खोसे कोटले पिंड का सत्कारयोग वीर है आप धन्यवाद करते अगली कबड्डी दौलतपुरे पिंड का कि उच्चा लम्मा गभरू तो
ਉੱਚੀ ਹੇਕ ਫੜੀ ਨੀ ਭਾਬੀ ਪੋਣੀਆਂ ਮੈਨੂੰ ਮੁੰਡਾ ਲੈਣ ਦੇ ਵੇਖ ਇੱਕ ਪਾਸੇ ਦੌਲਤਪੁਰੀ ਦਾ ਨੌਜਵਾਨ ਆਪਣੀ ਟੀਮ ਲਈ ਇੱਕ ਅੰਕ ਦਾ ਵਾਧਾ ਕਰਦਾ ਹੋਇਆ ਇਸ ਵੇਲੇ ਨਿੱਕੇ ਦੀ ਪਾਈ ਹੋਈ ਕਬੱਡੀ ਹੈ ਦੇਖਦੇ ਆ ਵੀ ਦੋ ਨੰਬਰ ਦਾ ਬੰਦਾ ਮਾਰਾ ਤੇ ਦੋ ਨੰਬਰ ਦਾ ਧੰਦਾ ਮਾਰਾ ਨਾਲ ਹੀ ਡਬਲ ਟੈਕ ਦਾ ਇਸ਼ਾਰਾ ਪੁਆਇੰਟ ਧਾਬੀ ਦੇ ਖਾਤੇ ਵਿੱਚ ਜੁੜਦਾ ਹੈ ਅਗਲੀ ਕਬੱਡੀ ਦੌਲਤਪੁਰੇ ਪਿੰਡ ਦਾ ਨੌਜਵਾਨ ਇਸ ਵੇਲੇ ਨਾਲ ਹੀ ਮੁਕਾਬਲਾ ਸਮਾਪਤ ਹੈ ਵੱਡੇ ਵੀ ਦੱਸਿਓ ਚੂਰ ਚੱਕ ਜੇਤੂ ਹੈ ਜੀ ਚੂਰ ਚੱਕ ਜੇਤੂ ਹੈ ਵੱਡੇ ਭਾਈ ਨੋਟ ਕਰੋ ਚੂਰ ਚੱਕ ਜੇਤੂ ਹੈ ਨਾਲ ਹੀ ਸਾਡੇ ਸਤਿਕਾਰਯੋਗ ਨੇ ਸ਼ਰਮਾ ਜੀ ਆਪਾਂ ਧੰਨਵਾਦ ਕਰਦੇ ਹਾਂ ਅਗਲੀ ਗੱਲ ਮਾਈਕ ਤੇ ਹਾਂਜੀ ਮਹੇਸ਼ ਮੁਨੀ ਕਲੱਬ ਬਘੇਲਾ ਤੇ ਗੱਜਣ ਵਾਲਾ ਆਓ ਜੀ ਖੁਸ਼ਹਾਲ ਕਲੱਬ ਚੜਕ ਤੇ ਫਰੋਸ਼ਾ ਇਹ ਲਾਸਟ ਰਾਊਂਡ ਦੇ ਦੋ ਮੈਚ ਆ ਜੀ ਬਾਕੀ ਟਾਈਆਂ ਤੁਸੀਂ ਪਾਉਣੀਆਂ ਮੈਂ ਤੁਹਾਡੇ ਨਾਲ ਥੋੜਾ ਸਮਾਂ ਹੀ ਰੂਬਰੂ ਰਹਿਣਾ ਕਿਉਂਕਿ ਆਪਾਂ ਤਾਂ ਤੁਹਾਡੇ ਨਾਲ ਪਿਆਰ ਸਤਿਕਾਰ ਨਾਲ ਮਿਲਣਾ ਆ ਤੇ ਨਾ ਹੀ ਮੈਂ ਹੁਣ ਕਦੇ ਇਹਦਾ ਵਿਸ਼ੇਸ਼ ਧੰਨਵਾਦ ਕਰਨਾ ਮਿੰਟ 15-16 ਹੀ ਲਾਉਣੇ ਆਪਾਂ ਇਸ ਕਰਕੇ ਸਾਰੇ ਹੀ ਵੀਰਾਂ ਦਾ ਬਹੁਤ ਧੰਨਵਾਦ ਪਾਉਣੇ 2-3 ਸਾਲ ਤੁਹਾਡੇ ਕੋਲ ਡਿਊਟੀਆਂ ਕੀਤੀਆਂ ਨੇ ਅੱਜ ਵੀ ਤੁਸੀਂ ਪ੍ਰੇਮ ਪਿਆਰ ਕੀਤਾ ਤੇ ਕੁਛ ਸਮਾਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਉਦੋਂ ਬਾਅਦ ਫਿਰ ਦੇਖੀ ਜਾਊਗੀ ਲਓ ਦੇਖਦੇ ਹਾਂ ਅਗਲਾ ਮੈਚ ਮਹੇਸ਼ ਮੁਨੀ ਕਲੱਬ ਬਘੇਲਾ ਮੇਜ਼ਬਾਨ ਟੀਮ ਤੇ ਗੱਜਣ ਵਾਲਾ ਤੀਸਰਾ ਸਾਲਾਨਾ ਟੂਰਨਾਮੈਂਟ ਦਾ ਅੱਜ ਦੂਸਰਾ ਤੇ ਲਾਸਟ ਦਿਨ ਹੈ ਸੰਤ ਮਹੇਸ਼ ਮੁਨੀ ਜੀ ਨੌਜਵਾਨ ਸਪੋਰਟਸ ਕਲੱਬ ਵੱਲੋਂ ਨਗਰ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਪੋਰਟ ਸਹਿਯੋਗ ਨਾਲ ਇਹ ਟੂਰਨਾਮੈਂਟ ਸਪੋਂਸਰ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਕਿਹਾ ਵੀ ਥੋੜ੍ਹਾ ਜਿਹਾ ਟਾਈਮ ਲਾਓ ਮੈਂ ਕਿਹਾ ਜੀ ਮੈਂ ਬਹੁਤ ਘੱਟ ਟਾਈਮ ਲਾਉਂਦਾ ਨਾ ਜਾਂ ਜਿੱਥੇ ਸੱਦੇ ਹੋਈ ਉੱਥੇ ਗੱਲ ਹੁੰਦੀ ਹੈ ਸੱਦੇ ਬਿਨਾਂ ਜਾਮ ਨਾ ਭੁੱਖ ਬਿਨਾਂ ਖਾਮ ਨਾ ਸੋਭਾ ਨਹੀਂ ਪਰ ਫਿਰ ਵੀ ਇਸ ਨਗਰ ਨਾਲ ਸਾਡੇ ਪਰਿਵਾਰਕ ਹੀ ਸੰਬੰਧ ਹੈ ਜੀ ਭਾਵੇਂ 2 ਸਾਲ ਇੱਥੋਂ ਬਦਲਿਆਂ ਨੂੰ ਵੀ ਹੋ ਗਿਆ ਹਜੇ ਵੀ ਲੋਕ ਚੇਤੇ ਕਰਦੇ ਆ ਗੁਰਦੇ ਤੇ ਰਾਮਣਾ ਨੇ ਕਿਹਾ ਵੀ ਆਪਾਂ ਟੂਰਨਾਮੈਂਟ ਦੇਣਾ ਮੈਂ ਕਿਹਾ ਜੀ ਕੱਲ੍ਹ ਨੂੰ ਤਾਂ ਆਪਾਂ ਥੱਲੇ ਗਈਆਂ ਲਾਸਟ ਵਾਲੇ ਦਿਨ ਤੁਹਾਡੇ ਵਿਹਲੇ ਹੋਵਾਂਗੇ ਤੇ ਆ ਜਾਵਾਂਗੇ 5-7 ਮਿੰਟ ਜਾ ਕੇ ਤੇ ਫਿਰ ਮੇਲੇ ਖੇਲੇ ਲਓ ਮੈਚ ਹੋ ਜਾਣੇ ਨੇ ਮੇਜ਼ਬਾਨ ਟੀਮ ਬਘੇਲਾ ਤੇ ਗੱਜਣ ਵਾਲਾ ਜੀ ਆਪਾਂ ਉਸ ਕਾਲ ਪੁਰਖ ਕੇ ਕਰੀਏ ਬੇਨਤੀ ਜਿਵੇਂ ਕੱਲ੍ਹ ਤੋਂ ਅੱਜ ਤੋਂ ਸ਼ਾਮ ਤੱਕ ਬਿਨਾਂ ਕਿਸੇ ਰੌਲੇ ਰੱਪੇ ਬਿਨਾਂ ਕਿਸੇ ਸੱਟ ਫੇਟ ਤੇ ਆਪਾਂ ਇਹਨਾਂ ਮੈਚਾਂ ਨੂੰ ਸਮਾਪਤ ਕਰਨਾ ਤੇ ਅਗਲੇ ਸਾਲ ਫੇਰ ਜਾਣੇ ਇੱਧਰ ਕਿਹੜਾ ਵੀ ਗੱਜਣ ਵਾਲਾ ਹੈਗਾ ਜੀ ਪਿੰਡ ਵਾਲੇ ਪਾਸੇ ਤੇ ਸੋਸਰ ਵਾਲੇ ਪਾਸੇ ਆ ਬਘੇਲਾ ਜਿੱਥੇ ਅੱਜ ਸ਼ਰਮਾ ਜੀ 1 ਮਿੰਟ ਲਵਾਂਗੇ ਤੁਹਾਡਾ ਕੋਈ ਨਾ ਜੀ ਪਹਿਲਾਂ ਜਿਹੜਾ ਬਘੇਲੇ ਵਾਲੇ ਦਾ ਮੈਚ ਹੋਇਆ ਸੀ ਸਾਡੇ ਕਸ਼ਮੀਰ ਸਿੰਘ ਜੀ ਕੈਨੇਡਾ ਤੋਂ ਐਡਮੰਟਨ ਸ਼ਹਿਰ ਦੇ ਵਿੱਚ ਬੈਠੇ ਆ ਉਹਨਾਂ ਨੇ ਐਲਾਨ ਕੀਤਾ ਵੀ ਵੱਡੇ ਮਾਨ ਸਨਮਾਨ ਅਗਲੇ ਸਾਲ ਵੀ ਦਿੱਤੇ ਜਾਣਗੇ ਤੇ 200 ਰੁਪਏ ਉਹਨਾਂ ਨੇ ਅਨਾਊਂਸ ਕਰਵਾਇਆ ਸੀ ਰੇਟ ਦੇ ਉੱਪਰ ਵੀ ਬਘੇਲੇ ਵਾਲੇ ਜਿੰਨੇ ਪੁਆਇੰਟ ਲੈਣਗੇ ਉਹਨੇ 200 ਰੁਪਏ ਦਿੱਤੇ ਜਾਣਗੇ 4 ਜਿਹੜੀਆਂ ਰੇਟਾਂ ਵਾਪਸ ਆਈਆਂ ਸੀ ਉਹਨਾਂ ਨੇ 800 ਰੁਪਇਆ ਭੇਜ ਦਿੱਤਾ ਕਸ਼ਮੀਰ ਸਿੰਘ ਜੀ ਸਾਡੇ 800 ਰੁਪਇਆ ਭੇਜਦੇ ਆ ਸਟੇਜ ਤੋਂ ਆ ਕੇ ਖਿਡਾਰੀ ਵੀਰ ਲੈ ਲੈਣ ਧੰਨਵਾਦ ਲਓ ਜੀ ਗੱਜਣ ਵਾਲੇ ਵੱਲੋਂ ਮਰੀਕ ਨੇ ਪਾਈ ਰੇਟ ਤੇ ਆਪਾਂ ਉਸ ਪਰਮਾਤਮਾ ਅੱਗੇ ਕਰੀਏ ਬੇਨਤੀ ਹਰ ਯੁਗ ਯੁਗ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕ ਚ ਦੁਸਤਰ ਮਾਰਿਆ ਪ੍ਰਹਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਹੈ ਸਰ ਸੇਵੇ ਅੰਤ ਲੈ ਛੜਾ ਦੇ ਪੈਣ ਪਹਿਲੇ ਡੇਢ ਤੇ ਕਬਜ਼ਾ ਹੋ ਗਿਆ ਅਮਰੀਕ ਦਾ ਵੀ ਹਾਂ ਤੁਹਾਡੇ ਨਗਰ ਵੱਲੋਂ ਨਿੱਕਾ ਵੀ ਇੱਕ ਨਿੱਕੇ ਜੜਕੜੀ ਦੀ ਗੱਲ ਹੁੰਦੀ ਹੈ ਮਲੇਰਕੋਟਲੇ ਦੇ ਲਾਗੇ ਪੈਂਦਾ ਪਿੰਡ ਹੈ ਨਿੱਕਾ ਹੈਗਾ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਫੱਟੀ ਗੁਲਾਬੂ ਨਿੱਕਾ ਜਿਹਾ ਮੈਂ ਮਾਝੇ ਦੀ ਜੱਟੀ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੁੰਦਾ ਬੈਲੀ ਹੈ ਭੱਜ ਲਿਆ ਜੀਤੇ ਮੌੜ ਨਾ ਪੰਗਾ ਪਾ ਕੇ ਸਿੰਘ ਫਸ ਕੇ ਮਿੱਤਰਾਂ ਦੇ ਕੁੰਡੀਆਂ ਦੇ ਮਿੱਤਰੋ ਬਹਿ ਜੇ ਗੋਡੀ ਲਾ ਕੇ ਬਸ ਘੜੀਆਂ ਹੱਲ ਵੇਖ ਲਓ ਕਿ 1 ਮਿੰਟ ਦੇ ਸੂਈ ਦਾ ਗੇੜਾ ਨਹੀਂ ਆਉਣ ਦੇਣਾ ਜੇ ਤਾਂ ਰਸ ਪਿਆ ਤੇ ਅਗਲਾ ਟਾਈਮ ਲਾਉਣਾ ਨਾ ਮੈਂ ਤੇ ਨਹੀਂ ਆਪਾਂ ਗਿੱਲਾ ਪਈ ਨਹੀਂ ਪਾਇਆ ਆਹ ਵੀ ਅਮਰੀਕ ਦੇਖਦੇ ਹਾਂ ਕੀ ਬਣਦਾ ਕੀ ਬਣਦਾ ਕੀ ਜੁੜਦਾ ਬਣਦਾ ਗੱਜਣ ਵਾਲੀਏ ਵੱਲੋਂ ਨੌਜਵਾਨ ਕਾਲੇ ਕੱਛੇ ਦੇ ਵਿੱਚ ਉੱਪਰ ਵਾਲੀਆਂ ਟੀਮਾਂ ਨੂੰ ਵੀ ਬੇਨਤੀ ਹੈ ਵਾਹ ਵੀ ਵਾਹ ਇੱਕ ਪੁੱਤ ਬਰਾੜਾਂ ਦਾ ਜੀ ਦਾ ਪਿੰਡ ਸੀ ਬਾਜਾ ਖਾਨਾ ਗਾਗੋ ਕਹਿ ਗਿਆ ਕਾਲੇ ਨੂੰ ਅੱਜ ਨਾ ਆਹ ਕੀ ਹੋ ਗਿਆ ਦੱਸੀ ਵੀ ਅਜਮੇਰ ਆਲਮ ਵਾਲਿਆ ਹਾਂ ਫੈਸਲਾ ਜਾਫੀਆਂ ਦੇ ਖਾਤੇ ਚਲਾ ਗਿਆ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਜੀ ਚਾਹਲ ਫੌਜੀ ਸਾਹਿਬ ਉਹਨਾਂ ਵੱਲੋਂ 500 ਰੁਪਇਆ
ਜਿਹੜੀ ਬਘੇਲੇ ਦੀ ਟੀਮ ਦੇ ਲਈ ਪਹੁੰਚੀ ਆਪਾਂ ਧੰਨਵਾਦ ਕਰਦੇ ਹਾਂ। ਜਸਵਿੰਦਰ ਸਿੰਘ ਚਹਿਲ ਫੌਜੀ ਸਾਹਿਬ ਉਹਨਾਂ ਵੱਲੋਂ 500 ਰੁਪਇਆ ਬਘੇਲੇ ਦੀ ਟੀਮ ਦੇ ਲਈ। ਕੈਰੀ ਆਨ ਸ਼ਰਮਾ ਜੀ। ਹਾਂਜੀ ਮਰੀਕ, ਜਦੋਂ ਇੱਧਰੋਂ ਬੋਲਣਾ ਹੈ ਰੋਕਿਆ ਜੀ, ਇੱਧਰੋਂ ਮੈਂ ਕੱਟ ਕਰ ਦਿਆ ਕਰੂੰਗਾ ਕਿਉਂਕਿ ਫਿਰ ਆਪਣਾ ਵਿੱਚ ਹਿਸਾਬ ਕਿਤਾਬ ਜਾਂ ਠੀਕ ਨਹੀਂ ਉਹਨਾਂ ਦਾ। ਤੈਨੂੰ ਆਪਾਂ ਨੂੰ ਪਤਾ ਇਕੱਠੇ ਹੁੰਦੇ ਰਹਿੰਦੇ ਮੇਲੇ 'ਚ, ਲੋ ਪਾਠ ਲੈ ਕੇ ਨਿੱਕਾ ਦੇ ਅਗਲੀ ਤਿਆਰੀ ਫੇਰ ਅਮਨਾ ਬਈ ਗੱਜਣ ਵਾਲੀਆ ਵੱਲੋਂ ਚੜੈਕ ਤੇ ਫਰੋਸ਼ ਆ ਜਾਓ ਜੀ ਅਗਲਾ ਮੈਚ, ਬਸ ਇੱਕ ਮੈਚ ਹੋਰ ਖੜਾ ਖਿਮਾ ਜਾਚ ਗਾਮਣਾ। ਤੂੰ ਤਾਂ ਮੇਰਾ 14ਵੀਂ ਦਾ ਚੰਦ ਬੱਲੀਏ ਨੀ, ਤੇਰੇ ਪਿੱਛੇ ਲੜੂ ਮੈਂ ਦੁਨੀਆ ਦੀ ਜੰਗ ਬੱਲੀਏ। ਇਹ ਖੇਡ ਹੈ ਕਬੱਡੀ ਹੈ, ਖੇਡ ਹੈ ਕਬੱਡੀ ਹੈ, ਕਿਸੇ ਨੇ ਖੇਡਣੀ ਤੇ ਕਿਸੇ ਨੇ ਖੇਡ ਖੇਡ ਕੇ ਛੱਡੀ ਆ। ਰਣਜੀਤ ਸੁਨਿਆਰਿਆਂ ਨੂੰ ਮਾਰੀ ਆ ਛਾਲ, ਨਥਾਣੇ ਇਲਾਕੇ ਜਿਹੜੇ ਪੁਰਾਣੇ ਖਿਡਾਰੀ ਦੇਖੇ ਹੋਣੇ ਆ, ਪੱਕੀ ਸੋਚੀ ਆ। ਤੁਹਾਡੇ ਨਗਰ ਦੇ ਬੰਦੇ ਵੀ ਖੇਡਦੇ ਰਹੇ, ਸਾਡੇ ਬਜ਼ੁਰਗ ਵੀ ਇੱਥੇ ਆਉਂਦੇ ਜਾਂਦੇ, ਲੀੜੇ ਲਾ ਲੈਂਦੇ ਨੇ ਫਿਰ ਗਾਉਂਦੇ, ਉਹਨਾਂ ਨੂੰ ਵਾਲੇ ਜਾਣਦੇ, ਸਾਨੂੰ ਘੱਟ ਹੁੰਦੇ ਆ ਕਿਉਂਕਿ ਸਮੇਂ ਸਮੇਂ ਦੀ ਗੱਲ ਹੈ। ਪਾਈ ਜਿਹੜੇ ਮੁੰਡੇ ਭਗੇਲੇ ਵਾਲੇ ਨੇ ਚਿੱਟੇ ਕੱਛੇ ਵਿੱਚ, ਮੇਰੀ ਤੋਰ ਵਿੱਚ ਬਹਿੰਦੇ ਦਰਿਆਵਾਂ ਦੀ ਰਵਾਨੀ ਸਦਾ ਆਉਂਦੀਆਂ ਨਾ ਰੁੱਤਾਂ, ਸਦਾ ਰਹਿੰਦੀ ਨਾ ਜਵਾਨੀ ਕਦੇ ਮੱਸਿਆ ਦੀ ਰਾਤ ਨੂੰ ਜਾਮੀ ਮੱਸਿਆ ਲਿਆ ਦੀ ਮੈਨੂੰ ਲਹਿੰਗਾ ਵੇ ਲੈ ਜਾ ਮੇਰਾ ਲੱਕ ਮੈਂ ਵਾਲੀ ਗੱਲ ਨਹੀਂ। ਇੱਥੇ 30 ਸੈਕਿੰਡ ਦੇ ਫੈਸਲੇ ਆ ਬਾਈ, ਦੁਨੀਆ ਮਤਬਲ ਦੀ ਕੌਣ ਕਿਸੇ ਦਾ ਬਿੱਲ ਹੀ, ਜਦੋਂ ਪਾਵਰ ਹੁੰਦੀ ਉਦੋਂ ਥਾਣੇਦਾਰ ਹੁੰਦੇ ਆ, ਮੁੜ ਕੇ ਥਾਣੇਦਾਰ ਵੀ ਦਿੰਦਾ, ਪਰ ਆਪਣਾ ਪਿਆਰ ਆ ਵੀ ਚੱਲ ਵੀ ਇੱਥੇ ਪਾਈ ਯਾਰ ਰੇਟ ਮੁੰਡੇ ਅਮਰੀਕ ਨੇ ਦੇਖਦੇ ਆ, ਮੁੰਡੇ ਖੇਡਣ ਕਬੱਡੀ ਵੀ ਖੇਡਣ ਵਿੱਚ ਖਾ ਰਹੇ ਆ, ਜਾ ਕੇ ਚਿਹਰੇ ਦਗਦੇ ਚੋਬਰਾਂ ਦੇ ਰੱਖ ਦੇ ਡੋਲਿਆਂ ਤੇ ਲਿਸ਼ਕਾ ਕੇ। ਦੱਸੀ ਖਾਂ ਜੀ ਮੇਰ ਜਲਾਲ ਕੀ ਫੈਸਲਾ ਪਰ ਲੱਗਦਾ? ਹਾਂ ਫੈਸਲਾ ਪਿੱਛੇ ਨੂੰ ਚਲਾ ਗਿਆ ਜੀ, ਬਘੇਲੇ ਵਾਲਾ ਜੇ ਜਿੱਤੋਗੇ ਅਗਲੇ ਸਾਲ ਵੀ ਤੁਹਾਨੂੰ ਨਾਮ ਮਿਲ ਜਾਣਾ, ਪਰ ਜਿੱਤਣਾ ਜਿਤਾਉਣਾ ਤਾਂ ਤੁਸੀਂ ਆ ਜੀ, ਆਪਾਂ ਕਿਹੜਾ ਥੋਥੋਂ ਪੈਸੇ ਲੈ ਕੇ। ਹਾਂ ਵਾਹ ਵੀ ਵਾਹ, ਨਿੱਕਾ ਵੀ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੈ ਬਘੇਲੇ ਵਾਲੇ ਵੱਲੋਂ। ਵਾਹ ਢੇਰੀਆਂ 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 ਵੇ ਨਾਭੀ ਪੱਗ ਨਾ ਬੰਨ ਵੇ, ਕਦੇ ਨਜ਼ਰਾਂ ਨਾ ਲੱਗ ਜਾਣ ਮੇਰੀਆਂ ਨਾਭੀ ਕੱਛਿਆਂ ਲੈ ਸਾਹਿਬ, ਕਰ ਦੂਰ ਹੈ ਕਿ ਨੇੜੇ, ਹੁਣ ਦੇਖਦੇ ਹਾਂ ਕੀ ਹੁੰਦਾ। ਕਬੱਡੀ 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 ਕਬੱਡੀ, ਇੰਨਾ ਹੀ ਜ਼ੋਰ ਬਾਈ ਮੇਰਾ ਲੱਗਦਾ, ਕਮੇਟੀ ਦਾ ਸਵਾਦ ਹੀ ਹੁੰਦਾ, ਅਸੀਂ ਤਾਂ 42 ਫੁੱਟ ਖੰਭੇ ਚੜ ਜਾਂਦੇ ਪਰ ਫਿਰ। ਚੱਲ ਵੀ ਨਿੱਕੇ ਮੁੰਡੇ ਖੇਡਣ ਕਬੱਡੀ ਵੀ ਖੇਡਣ ਵਿੱਚ ਖਾ ਰਿਹਾ, ਜਾ ਕੇ ਚਿਹਰੇ ਦਗਦੇ ਚੋਬਰਾਂ ਦੇ ਰੱਖ ਦੇ ਡੋਲਿਆਂ ਤੇ ਲਿਸ਼ਕਾ ਕੇ, ਦੁਨੀਆ ਆਉਂਦੀ ਜਾਂਦੀ ਆ ਦੂਰੋਂ ਨੇੜੋਂ, ਹਮਾ ਕੇ ਸਿੰਘ ਫਸਣਗੇ ਮੁੰਡਾ ਤੇਰਾ ਮੈਂ ਚੱਕ ਨੂੰ। ਚੱਲ ਕਿਹੜੇ ਮੇਲੇ ਨੂੰ ਜਾਣਾ, ਚਿੜਿਆ ਕਿਤਾ ਪਸ਼ੂ ਵਾਲੀ ਮੰਡੀ ਆ ਜੀ, ਤੇ ਇੱਕ ਖੇਡਣ ਆ ਕਿਤੇ ਬਘੇਲੇ ਚੱਲਿਆ। ਮੈਂ ਕਿਹਾ ਵੇਖ ਲਾ ਪੈਸੇ ਪੂਸੇ ਘੱਟ ਹੀ ਦਿੰਦੇ ਹੁੰਦੇ ਆ, ਕਿਉਂਕਿ 13ਵਾਂ ਮਹੀਨਾ ਹੋਰ ਪੈਸੇ ਕਿੱਥੇ, ਮੇਰਾ ਤਾਂ ਹਜੇ ਆਧਾਰ ਚੱਲੀ ਜਾਂਦਾ, ਮੋਟਰ ਦੇ ਤੋਰੀਆ ਵੀ ਬੀਜ ਆ, ਜੱਟ ਨੇ ਕਿਤੇ ਫੇਰ ਦੇਵਾਂਗੇ। ਮੈਂ ਕਿਹਾ ਫੇਰ ਹੁਣ ਕਿਹਨੇ ਪੁੱਛਣਾ, ਸਮਾਂ ਲੰਘ ਜਾਂਦਾ। ਚਲੋ ਕੋਈ ਨੀ, ਸਾਡਾ ਤੁਹਾਡੇ ਨਾਲ ਖੁਸ਼ੀ ਦੀ ਗੱਲ ਹੈ। ਹਾਂ ਬਲਜੀਤ ਬਈ ਵਾਹ ਵੀ ਵਾਹ, ਦੇਖਦੇ ਹਾਂ ਕਾਲੇ ਕੱਛ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੈ। ਮੈਂ ਕਿਹੜਾ ਨੰਗ ਦੀ ਕੁੜੀ ਵੇ, ਸਾਡੀ ਪਿੰਡ ਤੇ ਚੱਲੇ ਸਰਦਾਰੀ, ਛੋਟਾ ਵੀਰਾ ਲੱਗਾ ਮੁਨਸ਼ੀ ਵੱਡਾ, 15 ਪਿੰਡਾਂ ਦੇ ਪਟਵਾਰੀ, ਚੋਬਰਾ ਗਮਾਨ ਨਾ ਕਰੀ ਕਰ ਮਾਪਿਆਂ ਦੇ ਰਿਜ਼ਕ ਬਥੇਰਾ, ਤੂੰ ਦੇਖ ਦੇਖ। ਚੱਲ ਵੀ ਜਵਾਨਾ ਅਮਨਾ ਬਈ, ਚੜ੍ਹਾਉਂਦੇ ਫਿਰੋਜ਼ ਸ਼ਾਹ ਨੂੰ ਬੇਨਤੀ ਵੀ ਜਲਦੀ ਆ ਜਾਓ। ਸ਼ਾਬਾਸ਼, ਦੇਖਦੇ ਹਾਂ ਇੱਕ ਪੁੱਤ ਬਰਾੜਾਂ ਦਾ ਜੀਦਾ ਪਿੰਡ ਸੀ ਬਾਜਾ ਖਾਨਾ, ਗਾਗੋ ਕਹਿ ਗਿਆ ਕਾਲੇ ਨੂੰ ਅੱਜ ਨਾ ਸੁੱਕਾ ਜਾਵੇ ਜਵਾਨਾ, ਹੈ ਬਾਗਾ ਮਲਕਿਆਂ ਦਾ ਜੱਫੇ ਲਾਉਂਦਾ ਤਗਰਮੀ ਖਾ ਕੇ, ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ, ਬਹਿ ਜਾ ਗੋਡੀ ਲਾ ਕੇ, ਇੱਧਰ ਕੋਟਕਪੂਰੇ ਵਾਲਾ ਫਾਟਕ ਬੰਦ ਆ, ਦੇਖਦੇ ਹਾਂ ਕਿਉਂ ਕੀ ਹਿਸਾਬ ਕਿਤਾਬ, ਉੱਧਰ ਫਲਾਈਓਵਰ ਬਣ ਗਿਆ ਬਈ, ਦਦਾਰ ਸੰਧੂ ਵੀ ਦੁਨੀਆਂ ਤੋਂ ਚਲਾ ਗਿਆ, ਤੇ ਲੋਕ ਤੱਥ ਨਹੀਂ ਮਿਟਦੇ ਹੁੰਦੇ, ਲੋਕ ਤੱਤ ਉਹ ਹੀ ਰਹਿੰਦੇ ਹੁੰਦੇ, ਜੇ ਕਿਸੇ ਨੂੰ ਅੱਲ ਪੈ ਜਾਓ ਅੱਲ ਤੁਰੀ ਜਾਂਦੀ ਹੁੰਦੀ, ਭਾਵੇਂ ਅਮੀਰ ਹੋ ਜਾਣ ਭਾਵੇਂ ਗਰੀਬ ਹੋ ਜਾਣ, ਸਮੇਂ ਸਮੇਂ ਦੀ ਗੱਲ ਆ ਵੀ ਜਵਾਨਾ। ਹੈਲੋ ਸ਼ਰਮਾ ਜੀ, ਇੱਕ ਮਿੰਟ, ਸਾਡਾ ਵੀਰ ਗੁਰਜੰਟ ਕੀ ਸਰਪੰਚਾਂ ਦਾ ਮੁੰਡਾ ਕੈਨੇਡਾ ਦੇ ਵਿੱਚ ਬੈਠਾ ਹੈ, ਉਹਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਵੀ ਬਘੇਲੇ ਦੀ ਜਾਂ ਏ ਜਾਂ ਬੀ ਟੀਮ ਜਿਹੜੀ ਫਸਟ ਜਾਂਦੀ ਹੈ 10,000 ਰੁਪਇਆ ਵੱਖਰੇ ਤੌਰ ਤੇ ਇਨਾਮ ਦਿੱਤਾ ਜਾਵੇਗਾ, ਤੇ ਕਸ਼ਮੀਰ ਸਿੰਘ ਜੀ ਸਾਡੇ ਕੈਨੇਡਾ ਦੇ ਐਡਮੰਟਨ ਸ਼ਹਿਰ ਦੇ ਵਿੱਚ ਬੈਠੇ ਹੈ, ਉਹ ਕਹਿੰਦੇ ਆਪਾਂ 13,000 ਦੇਣਾ ਹੈ ਜੇ ਬਘੇਲੇ ਦੀ ਟੀਮ ਫਸਟ ਜਾਂਦੀ ਹੈ। 10,000 ਰੁਪਇਆ ਸਾਡੇ ਸਤਿਕਾਰਯੋਗ ਗੁਰਜੰਟ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ, ਕਸ਼ਮੀਰ ਸਿੰਘ ਜੀ ਕੈਨੇਡਾ ਉਹਨਾਂ ਵੱਲੋਂ 13,000 ਰੁਪਇਆ, 23,000 ਰੁਪਇਆ ਵੱਖਰਾ ਦਿੱਤਾ ਜਾਣਾ ਹੈ ਜੇ ਬਘੇਲੇ ਦੀ ਟੀਮ। ਠੀਕ ਹੈ ਜੀ। ਹਾਂਜੀ ਚੜੈਕ ਤੇ ਫਿਰੋਜ਼ ਸ਼ਾਹ ਨੂੰ ਬੇਨਤੀ ਹੈ ਜੀ, ਵਾਹ ਵੀ ਵਾਹ ਅਮਰੀਕ ਨੇ ਪਾਈ ਆ ਰੇਡ, ਦੇਖਦੇ ਆ ਕੀ ਬਣਦਾ, ਕਿ ਮੱਖਣ ਬਰਾੜਾਂ ਦਾ ਨਸ਼ੇ ਤਿਆਗੋ ਵਾਸਤੇ ਪਾ ਕੇ, ਸਿੰਘ ਫਸਣਗੇ ਕੁੰਡੀਆਂ ਦੇ ਮਿੱਤਰਾਂ, ਦੇਖਦੇ ਆ ਚੋਰ ਚਕਾਨੀਆਂ ਦਿੰਦੇ ਜਾਂ ਬਘੇਲੇ ਵਾਲਾ ਮੁੰਡਾ ਕਰਦਾ ਕਵਰ ਕਰਨ ਦੀ ਕੋਸ਼ਿਸ਼, ਕਰ ਨੇੜੇ ਆ ਜਾਂ ਦੂਰ ਹੁੰਦੇ ਹੋ ਗਏ ਹਿਸਾਬ ਦਾ, ਅਜਮੇਰ ਦਾ ਫੈਸਲਾ ਪੁਆਇੰਟ ਗੱਜਣ ਵਾਲੇ ਦੇ ਖਾਤੇ ਗਿਆ ਵੀ। ਬਲਜੀਤ ਬਈ ਬਘੇਲੇ ਵਾਲੇ ਵੱਲੋਂ ਜਿੱਥੇ ਅੱਜ ਤੀਸਰਾ ਸਲਾਨਾ ਟੂਰਨਾਮੈਂਟ ਦਾ ਦੂਸਰਾ ਰੋਜ਼ ਹੈ,
ਵਾਹ ਵੀ ਵਾਹ, ਖੂਹ ਟੋਬੇ ਲੋਪ ਹੋ ਗਈਆਂ ਪਗਡੰਡੀਆਂ, ਗੱਡੀਆਂ ਤੁਰ ਜਾਣਾ, ਜਦ ਹਰੀਆਂ ਹੋ ਗਈਆਂ ਝੰਡੀਆਂ ਗੱਡੀਆਂ ਤੁਰ ਜਾਣਾ ਵੇਖਦੇ ਵਾਹ। ਨਹਿਰੀ ਸਾਹਿਬ ਪੋਲਾ ਜਾਂ ਟੱਚ ਦੇ ਅੰਦਰ ਬੂਟੇ ਉਮਰੀਆਂ ਨੇ ਤਾਂ ਫੈਸਲਾ ਪੁਆਇੰਟ ਬਘੇਲਿਆਂ ਦੇ ਖਾਤੇ ਵੱਜੀਆਂ ਤਾੜੀਆਂ, ਕੋਈ ਨੀ ਮਹੀਨਾ ਤੇਰਵਾਂ ਮੁੰਡਿਆਂ ਨਾਲ ਧਾਰ ਕਰ ਲਓ, ਪਰ ਬਾਹਰੋਂ ਹੀ ਪੈਸੇ ਬਹੁਤ ਆਈ ਜਾਂਦੇ, ਕੋਈ ਗੱਲ ਨੀ, ਇਹਨਾਂ ਨੇ ਊਂ ਲੈ ਲੈਣੇ, ਦੇਣੇ ਤਾਂ ਪੈਂਦੇ ਉਹਨੂੰ ਪੈਂਦੇ ਹੁੰਦੇ, ਊਂ ਦੇਈ ਚੱਲੋਗੇ ਖੁਸ਼ੀ ਮਾਲੇ ਬਹੁਤ ਚੰਗੇ ਹੁੰਦੇ ਆ। ਆਹ ਵੀ ਜਵਾਨਾਂ ਸ਼ਾਬਾਸ਼, ਗੱਜਣ ਵਾਲੇ ਵੱਲੋਂ ਨੌਜਵਾਨ ਨੇ ਪਾਈ ਰੇਡ, ਦੇਖਦੇ ਆ ਜੁੜ ਕੇ ਨਾ ਬੈਠੀ ਜਿੱਥੇ ਉਹ ਪਚੈ, ਹਾਂ ਲੱਗਦਾ ਡਬਲ ਜੱਜ ਦਾ ਇਸ਼ਾਰਾ ਤੇ ਪੁਆਇੰਟ ਧਾਵੀ ਦੇ ਖਾਤੇ ਚਲਾ ਗਿਆ ਵੀ। ਆ ਵੀ ਬਲਜੀਤ ਠੰਡਾ ਠਾਰ ਵੀ ਕੱਸੀ ਦਾ ਪਾਣੀ ਤੇ ਡੀਕ ਲਾ ਕੇ, ਹੁਣ ਵੇਖਦੇ ਆ ਬਲਜੀਤ ਬਈ ਸ਼ਾਬਾਸ਼, ਪਿੰਡ ਦੀਆਂ ਗਰਾਊਂਡਾਂ ਵਿੱਚ ਪਿੰਡ ਵਿੱਚ ਹੀ ਬੋਲਦੇ ਨੇ ਧਾਵੇ, ਗੱਜਣ ਵਾਲੀਆਂ ਵਾਲੇ ਪਾਸੇ ਟੌਰ ਸ਼ਕੀਨਾ ਵਾਲੀ ਸੋਹਣਿਓ, ਕਿੱਥੇ ਤਿਆਰੀ ਹੈ, ਅਸੀਂ ਚੱਲੇ ਹਾਂ ਮੇਲੇ ਵਿੱਚ, ਤੈਨੂੰ ਕੀ ਬਿਮਾਰੀ ਹੈ, ਮੇਲੇ ਜਾਂਦੀ ਹੈ ਮੁਟਿਆਰੇ ਨਹੀਂ ਲੈ ਚੱਲ, ਮੇਲੇ ਨੂੰ ਨਾਲ ਗੱਲ ਸੋਚ ਕੇ ਕਰੀ, ਸਾਡਾ ਇੱਜ਼ਤਾਂ ਦਾ ਸਵਾਲ ਗੱਲ ਸੋਚ ਕੇ ਕਰੀ, ਅੱਜ ਇੱਜ਼ਤਾਂ ਦਾ ਸਵਾਲ ਹੈ, ਕਿਉਂਕਿ ਪਿੰਡ ਵਾਲੇ ਵੀ ਚਾਚੇ ਤਾਂ ਇਹ ਵੀਰ ਭਰਾ ਦੇਖਦੇ ਰਹਿੰਦੇ ਤੇ ਹੌਸਲਾ ਹੋ ਜਾਂਦਾ, ਜੇ ਮੁੰਡਾ ਪੁਆਇੰਟ ਲਿਆਉਂਦਾ ਤੇ ਪਛਾਣ ਨੂੰ ਰਹਿ ਜੇ ਥੋੜਾ ਜਿਹਾ ਹੋਰ ਫਰਕ ਪੈ ਜਾਂਦਾ। ਆਓ ਵੀ ਚੜਿਆ ਕਿਤੇ ਫਰੋਸ਼ਾ ਤਿਆਰ ਰਹੋ ਜੀ, ਗੱਜਣ ਵਾਲਾ ਉਹ ਨੌਜਵਾਨ ਨਿੱਕਾ ਵੀ ਵਾਹ ਵੀ ਵਾਹ, ਜੁੜ ਕੇ ਨਾ ਬੈਠੀ ਜਿੱਥੇ ਸੱਥ ਚ ਪਚਾਇਆ ਤੇ ਉਹ ਏਰੀਏ ਚੋਂ ਆ ਕੇ ਸਾਡਾ ਪਿੰਡ ਸੀ, ਨਿਆਣੇ ਤੇ ਸਿਆਣੇ ਨੇ ਕਦੇ ਨਾ ਕੀਤੀ ਆ ਕਿ ਸੱਥ ਵਿੱਚ ਹਿੰਡ ਸੀ, ਸੰਗ ਦਿਲਾ ਉਸੇ ਹੀ ਪਿੰਡ ਵਿੱਚ ਗੋਲੀ ਚੱਲਦੀ ਆ ਕਿ ਨਿੱਤ, ਫਿਰ ਵਿਗੜੇ ਹਾਲਾਤਾਂ ਦਾ ਕੌਣ ਜ਼ਿੰਮੇਵਾਰ ਹੈ, ਖਤੇਰੀ ਜੇ ਤਾਂ ਮਿਹਰਬਾਨੀਆਂ, ਹਾਂ ਇਹ ਦੇਖਦੇ ਕਿਹਦੀ ਮਿਹਰਬਾਨੀਆਂ, ਦੇਖਦੇ ਆ ਉਹ ਤਾਂ ਕਹਿੰਦਾ ਪੂਜਾ ਤੇਰੀ ਮਿਹਰਬਾਨੀ ਆ, ਪਰ ਇਹ ਸੱਚੇ ਪਾਤਸ਼ਾਹ ਦੀ ਮਿਹਰਬਾਨੀ ਆ, ਨਾ ਨਾ ਨੀ ਕੰਮ ਕਰਨਾ ਆਪਾਂ, ਨਾ ਨਾ ਨਹੀਂ ਨਹੀਂ ਉਹ ਆ ਕੰਮ ਤਾਂ ਜੀ, ਕੋਈ ਨੀ ਉਹ ਆ ਕੰਮ ਨੀ ਸ਼ਹਿਰ ਚ ਲਿਖਿਆ, ਲੜਨ ਨੂੰ ਤਾਂ ਅਸੀਂ ਆਪੇ ਤਕੜੇ ਭਾਵੇਂ ਸੋਸਲਾ ਲੜ ਪਈਏ, ਇਹ ਜੇ ਕੰਮ ਨੂੰ ਬਘੇਲੇ ਵਾਲੇ ਤਕੜੇ ਆਏ ਨੇ, ਪਰ ਬੰਦੇ ਸਿਆਣੇ ਆ, ਅਸੀਂ ਤਾਂ ਤੁਹਾਨੂੰ ਪਿਆਰ ਸਤਿਕਾਰ ਵਾਸਤੇ ਕਬੱਡੀ ਵਾਸਤੇ ਹੀ ਸੱਦਿਆ, ਹੋਰ ਕੰਮ ਨੀ, ਇਹ ਤਾਂ ਸਾਡੀ ਕਿਹੜਾ 57 ਚੱਲਦੀ ਕਿਸੇ ਨੇ। ਹੈਲੋ ਹਾਂਜੀ ਬਾਈ ਨੀ, ਕਿਸੇ ਲੜਾਈ ਦੀ ਭਾਵਨਾ ਨੀ ਖੇਡਣਾ, ਦੂਜੀ ਟੀਮ ਨੂੰ ਪਹਿਣ ਦਿੱਤਾ ਜਾਊਗਾ। ਗੁਰਦੇਵ ਸਿੰਘ ਜੀ ਸਾਬਕਾ ਮੈਂਬਰ, ਇਹਨਾਂ ਵੱਲੋਂ 100 ਰੁਪਈਆ ਬਲਜੀਤ ਦੇ ਲਈ ਆਪਾਂ ਧੰਨਵਾਦ ਕਰਦੇ, ਗੁਰਦੇਵ ਸਿੰਘ ਜੀ ਸਾਬਕਾ ਮੈਂਬਰ, ਉਹਨਾਂ ਵੱਲੋਂ 100 ਰੁਪਈਆ ਬਲਜੀਤ ਲਈ। ਅਮਰੀਕ ਸੰਧੂ ਜੀ ਉਹਨਾਂ ਵੱਲੋਂ ਜਾਫੀ ਦੇ ਲਈ 50 ਰੁਪਈਆ ਆਪਾਂ ਧੰਨਵਾਦ ਕਰਦੇ ਹਾਂ ਅਮਰੀਕ ਸਿੰਘ ਜੀ। ਹਾਂਜੀ ਚੜਿਆਕ ਦੀ ਟੀਮ ਪਹੁੰਚ ਚੁੱਕੀ ਹੈ, ਫਿਰੋਜ਼ ਸ਼ਾਹ ਨੂੰ ਬੇਨਤੀ ਹੈ ਵੀ ਜਲਦੀ ਆ ਜਾਓ, ਇਸ ਤੋਂ ਬਾਅਦ ਮੈਚ ਤੁਹਾਡਾ। ਹਾਂ ਬਈ ਲੜਾਈ ਝਗੜੇ ਤੋਂ ਬਚੋ ਬਈ। ਬਘੇਲੇ ਦੀ ਟੀਮ ਬੜੀ ਖੁਸ਼ੀ ਦੀ ਗੱਲ ਹੈ ਵੀ ਜੇ ਬਘੇਲੇ ਦੀ ਟੀਮ ਫਸਟ ਜਾਂਦੀ ਹੈ 65 ਕਿਲੋ ਤੇ ਕਸ਼ਮੀਰ ਸਿੰਘ ਉਹਨਾਂ ਨੇ 2000 ਹੋਰ ਵਧਾ ਕੇ 15000 ਕਰਤਾ, ਜ਼ੋਰ ਨਾਲ ਤਾੜੀ ਮਾਰੋ, ਪੂਰਾ 15000 ਰੁਪਈਆ ਦਿੱਤਾ ਜਾਣਾ ਜੇ ਬਘੇਲੇ ਦੀ ਟੀਮ ਫਸਟ ਜਾਂਦੀ ਹੈ। ਕਸ਼ਮੀਰ ਸਿੰਘ ਜੀ ਐਡਮੈਂਟਨ ਦੇ ਵਿੱਚ ਬੈਠੇ ਹੈ ਉਹਨਾਂ ਵੱਲੋਂ। ਵਾਹ ਵੀ ਵਾਹ, ਮੁੰਡਾ ਅਮੜਾ ਪਾਉਂਦਾ ਰੇਡ ਤੇ ਮੁੰਡਾ ਬਘੇਲਿਆ ਜਾਂ ਘੇਰਦਾ ਭੱਜਦਾ। ਹਾਂ ਕੋਈ ਗੱਲ ਨੀ, ਕੋਈ ਨੀ ਪਿਆਰ ਨਾ, ਕੋਈ ਗੱਲ ਨੀ ਚੱਲ ਵੀ ਬਲਜੀਤ ਬਘੇਲੇ ਵਾਲੋ ਬਲਜੀਤ ਬਈ ਵਾਹ ਵੀ ਵਾਹ, ਦੇਖਦੇ ਆ ਕੰਮ ਵੱਡਾ ਛੋਟਾ ਨੀ ਹੁੰਦੀ, ਨੀਤ ਬੰਦੇ ਦੀ ਖੋ ਛੋਟੀ ਕੀ ਖੱਟੀਆਂ ਖੱਟਣ ਗਏ ਅੰਦਰੋਂ, ਨੀਤ ਜਿਨ੍ਹਾਂ ਦੀ ਖੋਟੀ ਗੱਲ ਲੱਗ ਕੇ ਮਿਲ ਜਾਈਏ ਮਿਲ ਲਈਏ, ਪਰ ਯਾਰ ਮਾਰ ਨਾ ਕਰੀਏ, ਰੋਟੀ ਹੱਕ ਦੀ ਖਾਈਏ ਵੀ ਭਾਵੇਂ ਬੂਟ ਪਾਲਸ਼ਾ ਕਰੀਏ, ਇਸ ਤਾਨੇ ਮੁੱਕ ਜਾਣਾ ਆਪ ਜਵਾਨਾਂ ਬਘੇਲੇ ਵਾਲੇ ਵੱਲੋਂ ਨੌਜਵਾਨ। ਹਾਂ ਪਿਆਰ ਨਾਲ ਗੱਜਣ ਵਾਲੇ ਵੱਲੋਂ ਜੀ ਬਘੇਲੇ ਵਾਲਾ ਤੇ ਇੱਧਰ ਦੂਜੇ ਪਾਸੇ ਗੱਜਣ ਵਾਲੇ ਵੱਲੋਂ ਨਿੱਕਾ ਵੀ ਇੱਕ ਸਾਵਲਾ ਬਲੋਚ ਦਾਤੀ ਵਾਹ, ਹਾਂ ਜੁੜ ਗਏ ਹੱਥ ਜਥੇਦਾਰ ਨਾਲ ਵਾਹ ਵੀ ਵਾਹ, ਤੈਂ ਜੱਟਾਂ ਦੇ ਘਰ ਨੀ ਮੰਗ ਦੇਖਿਆ ਖੋਜਾਂ ਦੀ ਆਟੀਆਂ ਵੀ ਸੁੱਖਾਂ ਮੰਗਦਾ ਸੀ, ਨਿੱਤ ਜਿਹੜਾ ਸਾਡੀਆਂ ਬਣ ਕੇ ਤੂਫਾਨ ਝੁੱਲ ਗਿਆ, ਇੱਦਾਂ ਖੇਡਦੇ ਜਵਾਕ ਨੀ ਵੀ ਭੁੱਲਦੇ ਜਿੱਦਾਂ ਸਾਨੂੰ ਤੂੰ ਭੁੱਲ ਗਿਆ, ਕੋਈ ਗੱਲ ਨੀ ਇਹ ਸਮੇਂ ਦੀ ਗੱਲ ਹੈ ਕਾਕੇ, ਇੰਨਾ ਨੀ ਮਾਣ ਕਰੀਦਾ ਕਿਤੇ ਪਤਾ, ਚਲੋ ਆਪਾਂ ਉਹ ਗੱਲ ਨੀ ਕਰਦੇ, ਅਸੀਂ ਤਾਂ ਤੁਹਾਨੂੰ ਪਿਆਰ ਨਾਲ ਸੱਦਿਆ ਪਰ। ਹਾਂਜੀ ਬਾਈ ਜੀ ਬਲਜੀਤ ਨੂੰ 50 ਰੁਪਈਆ ਵਿਸ਼ੇਸ਼ ਸਨਮਾਨ ਆਇਆ ਸਟੇਜ ਤੋਂ ਦਾਜੇ। ਹਾਂਜੀ ਸ਼ਾਬਾਸ਼, ਹਾਂ ਤੈਨੂੰ ਬਾਹਾਂ ਫੜ ਕੇ ਰੋਕ ਲੈਂਦੇ ਜੇ ਸਾਡੀਆਂ ਬਾਹਾਂ ਵਿੱਚ ਜ਼ੋਰ ਹੁੰਦਾ, ਤੇਰੇ ਪਿੱਛੇ ਕਿਉਂ ਰੁਲਦੇ ਜੇ ਤੇਰੇ ਜਿਹਾ ਕੋਈ ਹੋਰ ਹੁੰਦਾ ਤੇ ਪੁਆਇੰਟ ਬਘੇਲੇ ਵਾਲੇ ਦੇ ਖਾਤੇ ਆ, ਵੇਖੋ ਕਿੰਨੀ ਖੁਸ਼ੀ ਹੁੰਦੀ ਆਪਦੇ ਪਰਿਵਾਰਾਂ 'ਚ ਜਦੋਂ ਵਧੀਆ ਕੰਮ ਹੁੰਦੇ ਆ, ਇਸੇ ਗੱਲ ਉਸੇ ਨਗਰ ਦੀਆਂ ਚੰਗੀਆਂ ਕਿਸਮ ਦਾ ਹੁੰਦੀਆਂ ਜਿੱਥੇ ਚੰਗੇ ਲੋਕ ਪੈਦਾ ਹੁੰਦੇ ਨੇ ਤੇ ਆਪੋ ਆਪਣੇ ਸਮੇਂ 'ਚ ਕੋਈ ਵਕੀਲ ਦੱਸੋ ਲਾਊ ਤੇ ਸਾਡਾ ਵੀਰ ਸੁੱਖਾ ਕ੍ਰਿਕਟ ਖਿਡਾਰੀ ਆ, ਉਹ ਕਹਿੰਦਾ ਵੀ 50 ਰੁਪਈਏ ਦੇਵਾਂਗੇ
ਜਿੰਨੇ ਵੀ ਵਕੀਲ ਜੱਫੇ ਲਾਓ। ਹਾਂਜੀ ਕੈਰੀਅਰ ਧੰਨਵਾਦ ਆ ਜੀ। ਮਨੀਕ ਸਿੰਘ ਸੰਧੂ ਵੱਲੋਂ ਬੂਟੇ ਨੂੰ 50 ਰੁਪਏ ਵਿਸ਼ੇਸ਼ ਸਨਮਾਨ, ਜਗਦੇਵ ਸਿੰਘ ਵੱਲੋਂ ਬਲਜੀਤ ਨੂੰ ਆਇਆ ਬਾਈ ਬਣ ਕੇ, ਅੱਜ ਦੋਨੇ ਲੈ ਜਾਣ। ਭਾਵੀ ਬਾਬ ਗੇਲੇੜੀਆ ਚੁੱਪ, ਹਾਂ ਜਾਣੀ ਹੈ ਤੇ ਜਾ ਨਹੀਂ, ਇੱਕ ਦੁੱਖ ਹੋਰ ਸਹੀ, ਦਰਦਾਂ ਦੇ ਦਰਿਆ ਇੱਕ ਦੁੱਖ ਹੋਰ ਸਹੀ। ਆ ਪਾਣੀ ਭੇਜੋ ਜੀ ਬਾਈ ਜੀ, ਇਧਰੋਂ ਪਾਣੀ ਪਾਣੀ ਚੱਲ ਮੱਲ ਵੀ ਅਰਦਾਸ ਵਾਲਿਆ। ਬਲਜੀਤ ਬਾਈ ਸ਼ਾਬਾਸ਼, ਊੜਾ ਆੜਾ ਜੀ ਨੇ ਪੜ੍ਹ ਕੇ ਨਾ ਦੇਖਿਆ ਬਿੰਦਾ, ਜਿਵੇਂ ਬੀ ਏ ਦਾ ਸਟਾਰ ਫਿਰਦਾ, ਵਾਜੇ ਦੀ ਸੁਰ ਜੀ ਨੇ ਨੱਪ ਕੇ ਨਾ ਵੇਖੀ ਫਿਰੇ ਧੂਰੇ ਕਿਹੜਾ ਕਾਰ ਫਿਰਦਾ, ਸੰਗ ਦਿਲਾ ਤੂੰ ਕੈਸ ਕੋ ਪੜ੍ਹਾਈ, ਜਿਹੜੀ ਫਿਰੇ ਧੁੰਮਾ ਪਾਈ ਤੇਰੀ ਇੰਨੀ ਕੋ ਚੜ੍ਹਾਈ, ਇਹ ਵੀ ਤੇਰੀ ਮਿਹਰਬਾਨੀ ਹੈ, ਵੀ ਤੇਰੀ ਮਿਹਰਬਾਨੀ ਹੈ। ਹਾਂ ਫਰੋਸ਼ ਵਾਲੇ ਆ ਜਾਓ, ਮੈਂ ਸਮਾਰਤ ਵਾਲੀ ਪਾਸੇ ਜਾ ਰਿਹਾ। ਫਰੋਸ਼ ਗੁਰਦੀਪ ਸਿੰਘ ਜੀ ਉਹਨਾਂ ਦਾ ਸਪੁੱਤਰ ਹੈ, ਕਹਿੰਦੇ ਵੀ ਜਿਹੜਾ ਨੌਜਵਾਨ ਬਲਜੀਤ ਹੈ ਜਿਹਨੇ ਲਗਾਤਾਰ ਵੋਟ ਲਏ ਆਪਣੀ ਟੀਮ ਦੇ ਲਈ, ਆਪਾਂ ਧੰਨਵਾਦ ਕਰਦੇ ਹਾਂ ਗੁਰਦੀਪ ਸਿੰਘ ਜੀ ਸਾਬਕਾ ਮੈਂਬਰ ਸਾਹਿਬ। ਵਾਹ ਵੀ ਵਾਹ, ਹੁਣ ਦੇਖਦੇ ਆ ਬਗੇਲੇ ਵਾਲੇ ਤਾਂ ਚੋਬਰ ਦੇ ਗਿਆ ਪੁੱਤ ਬਗਾਨਾ, ਇੱਧਰ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ, ਹੈ ਫਕਰਾਂ ਦੇ ਮੇਰ ਪੂਰੀ ਭਗਤੇ ਵਾਲੇ ਤੇ। ਜੇ ਪ੍ਰੇਮ ਜੱਫਾ ਲਾਵੇਗਾ ਤੇ ਗੋਰਾ ਚੰਦੜ ਜੀ ਕਹਿੰਦੇ ਵੀ ਆਪਾਂ 50 ਰੁਪਏ ਦੇਵਾਂਗੇ, ਗੋਰਾ ਚੰਦੜ ਜੀ ਕਹਿੰਦੇ 50 ਰੁਪਏ ਦੇਵਾਂਗੇ ਜੇ ਪ੍ਰੇਮ ਜੱਫਾ ਲਾਵੇਗਾ। ਹੈਲੋ, ਹਾਂਜੀ ਭਾਈ ਸੁਖਜੀਤ ਮੰਨ ਲਓ ਬਲਜੀਤ ਨੂੰ 50 ਰੁਪਏ ਮਾਣ ਆਇਆ ਲੈ ਜਾਵੇ। ਬਈ ਅਵਤਾਰ ਸਿੰਘ ਜੀ ਭੋਲਾ ਬਰਾੜ ਜੋ ਚੇਅਰਮੈਨ ਨੇ ਇਸ ਕਬੱਡੀ ਕਲੱਬ ਦੇ, ਉਹਨਾਂ ਵੱਲੋਂ 100 ਰੁਪਈਆ ਬਘੇਲੇ ਦੀ ਟੀਮ ਦੇ ਲਈ ਹੈ, ਆਪਾਂ ਧੰਨਵਾਦ ਕਰਦੇ ਸਾਡੇ ਚੇਅਰਮੈਨ ਸਾਹਿਬ ਬਈ ਅਵਤਾਰ ਭੋਲਾ ਜੀ, ਬੜੀ ਸਤਿਕਾਰਯੋਗ ਸ਼ਖਸੀਅਤ ਹੈ। ਹਾਂਜੀ ਹੈਲੋ, ਸਮਾਪਤ ਹੋਏ ਮੈਚ ਦੇ ਫੈਸਲੇ ਨੇ, ਬਘੇਲੇ ਵਾਲਾ 16 ਹੈਲੋ ਤੇ ਗੱਜਣ ਵਾਲਾ 9 ਜੀ, ਬਘੇਲੇ ਵਾਲਾ ਇਸ ਰਾਊਂਡ ਚੋਂ ਜਿੱਤ ਪ੍ਰਾਪਤ ਕਰ ਗਿਆ ਜੀ। ਹੈਲੋ 65 ਕਿਲੋ ਦੀਆਂ ਅਗਲੀਆਂ ਟਾਈਆਂ ਨਿਕਲ ਜਾ ਰਹੀਆਂ ਨੇ, ਇੱਕ ਇੱਕ ਪਲੇਅਰ ਲਾਗੇ ਆ ਜਾਵੇ, ਸਾਡੀ ਬੇਨਤੀ ਹੈ, 65 ਕਿਲੋ ਦੀਆਂ ਟਾਈਆਂ ਨਿਕਲ ਜਾ ਰਹੀਆਂ ਨੇ। ਜੇਕਰ ਬਘੇਲੇ ਦੀ ਟੀਮ ਆਈ ਜਿੱਤਦੀ ਰਹੀ, ਫਾਸਟ ਲੈ ਗਈ, ਪਹਿਲਾ ਨੰਬਰ ਲੈ ਗਈ, ਤੇ 15,000 ਰੁਪਈਆ ਕਸ਼ਮੀਰ ਸਿੰਘ ਜੀ ਕੈਨੇਡਾ ਵੱਲੋਂ ਦਿੱਤਾ ਜਾਣਾ ਹੈ। ਕਸ਼ਮੀਰ ਸਿੰਘ ਜੀ ਕੈਨੇਡਾ, ਉਹਨਾਂ ਵੱਲੋਂ 15,000 ਰੁਪਈਆ ਦਿੱਤਾ ਜਾਣਾ ਹੈ ਜੇ ਬਘੇਲੇ ਦੀ 65 ਕਿਲੋ ਦੀ ਟੀਮ ਫਾਸਟ ਜਾਵੇਗੀ। ਬਘੇਲੇ ਦੀ ਟੀਮ ਆਪਣਾ ਨਾਮ ਲੈ ਜਾਵੇ ਕਿਰਪਾ ਕਰਕੇ, ਬਘੇਲੇ ਦੀ ਟੀਮ। ਹੈਲੋ, ਜੇਤੂ ਰੱਖ ਕੇ ਜਿਹੜੀਆਂ ਟਾਈਆਂ ਕੱਢਣ ਲੱਗੇ ਆ, 5 ਟੀਮਾਂ ਨੇ, 3 ਨੇ 22 ਮਿਲਣੀ ਹੈ ਤੇ 1 ਮੈਚ ਖੇਡਿਆ ਜਾਣਾ ਹੈ। ਇੱਕ ਇੱਕ ਪਲੇਅਰ ਕਿਰਪਾ ਕਰਕੇ ਲਾਗੇ ਆ ਜਾਵੇ, ਜੇ ਕਿਸੇ ਨੂੰ ਕੋਈ ਸ਼ੱਕ ਸ਼ੁਦਾ ਹੈ ਤੇ ਆ ਕੇ ਦੇਖ ਸਕਦਾ। ਹੈਲੋ, ਇਸ ਮੈਚ ਤੋਂ ਬਾਅਦ ਅਗਲੇ ਰਾਊਂਡ ਦੀਆਂ ਟਾਈਆਂ ਨਿਕਲ ਜਾਣੀਆਂ ਨੇ ਤੇ ਹੁਣ ਜਿਹੜਾ ਮੈਚ ਹੋਣਾ ਲਾਸਟ ਇਸ ਰਾਊਂਡ ਦਾ ਮੈਚ, ਫਿਰੋਜ਼ ਸ਼ਾਹ ਤੇ ਚੜ੍ਹਿਆ ਮੋਗਾ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਆਪਸ ਵਿੱਚ ਨਗਰਾਂ ਨੇ ਭਿੜਨਾ। ਓਪਨ ਵਾਲੀਆਂ ਟੀਮਾਂ ਨੂੰ ਬੇਨਤੀ ਹੈ ਵੀ ਜਿਹੜੇ ਸੈੱਟ ਪਹੁੰਚੇ ਨੇ ਧੰਨਵਾਦ, ਆਪੋ ਆਪਣੀਆਂ ਐਂਟਰੀਆਂ ਜਮ੍ਹਾਂ ਕਰਾਓ ਤਾਂ ਕਿ ਕਲੱਬ ਵਾਲੇ ਤੁਹਾਨੂੰ ਆਪਣੇ ਮੈਚਾਂ ਨਾਲ ਐਂਟਰੀਆਂ ਕੱਢ ਕੇ ਤੁਹਾਨੂੰ ਸਮੇਂ ਸਿਰ ਇਸ ਗਰਾਊਂਡਾਂ 'ਚ ਪਹੁੰਚਾਉਣ। ਓਪਨ ਵਾਲੇ ਥੋੜ੍ਹੇ ਜਿਹੇ ਸਮੇਂ ਤੱਕ ਓਪਨ ਦੇ ਮੈਚ ਵੀ ਸ਼ੁਰੂ ਹੋ ਜਾਣੇ ਨੇ, ਬਹੁਤ ਹੀ ਵਧੀਆ ਨਾਮ ਨੇ, ਬਹੁਤ ਵਧੀਆ ਮਾਣ ਸਨਮਾਨ। ਮੰਨ ਲਓ ਜੀ ਟੀਮ ਦੇ ਖਿਡਾਰੀ ਦਾ ਕੋਈ ਮੋਬਾਈਲ ਲੈ ਗਿਆ ਚੱਕ ਕੇ, ਚਿੱਟੀ ਬਾਡੀ ਟੱਚ ਜਿਹਨੂੰ ਲੱਭ ਗਿਆ ਮੌਜ ਲੱਗ ਗਈ, ਸਾਰਾ ਵੀਰ ਦੇ ਜਾਵੇ ਵਾਪਸ, ਸਾਡੀ ਬੇਨਤੀ ਹੈ।
हाँ जी भाई बघेले वाली पैंट कलो टीम नाम पिया 500 रुपया समुची टीम का आके लै जाए बघेले की टीम के प्लेयर का कोई मोबाइल लगा चाके माले की टीम का मोड़ना पै नहीं भावे बघेले का भावे माले का आवाज दे दिना मैं मेरी बेनती है भी कोई मोबाइल लै गया माले की टीम के प्लेयर का कृपा करके वापस कर दे जो कि भुलेखे न लैके गया हां जी चड़क वाले चोपर चले गए ने पिंड वाले पासे ते स्टेज वाले पासे सोसन वाली साइड ने फरोज शाह देखते हैं पहली रेड किले हिस्से आती है लो इस मैच की पहली रेड चैने चड़क वालों पाई जानी है जी खिलाड़ियों का पेंट बबली मखन गुरदेव बिले हाकम दी गल ने यह चैना जी देखते हैं कि हिसाब किताब हों मुंडे खेडन कबड्डी भी खेडन बिच खाड़िया जाके चेहरे दगते चोबरां दे रख दे डौलिया तई लशका के दुनिया आउंदी जांदी है दूरों नेड़ियों हम हमा के सिंघ फसन के कुंडिया के मित्रा बह जा गोडी ला के हम हिसाब किताब देखते हैं पहले डेढ़ पॉइंट से कब्जा कि हों 30 सैकंड तक बार्डर पार हों पॉइंट चड़क के खाते भी पिंदा भी फरोज शाह लोग पिंदे बरुआई की गल होंगी है फरोज शाह वालों कई कच्छे के पिंदा ते अगले जो टाइम निकलिया तो मैचा की अनाउंसमेंट कर दो जी पिंदा सियाणियां दी मत कम आम दी उम्र सारी हाकम दरबारे जाके करिए बात कभी ना माया ते भरावां दा जमीन दा सदा ना जोर रहिंदा एवें पिंड विच सदाइए खान खब्बी ना अपनी औरत बिना कदे असीए ना खेडने नूं करिए ना मखौल किसी होर नाल की ना भी गिंदा भी चड़क वालों अपनी औरत बिना मखौल करिए ना किसी होर नूं खेडने दे फीम दी फड़ाइए बाल छड्डे छवे डब्बी ना हां जी शर्मा जी एक मिनट लवांगे चूर चक तो जोड़ा मैच चली जाता तो जेतू टीम खेडूगी चूर चक की टीम बाकी तिना बाई दी गई है जिड़ी टीम जितूगी उन्हें चूर चक न खेडना है बाकी तिना टीमों बाई है मेरी बेनती है भी चूर चक की टीम ग्राउंड च आ जाए चूर चक का मैच जेतू टीम होना है बाकी तिना टीमों बाई दी गई है कोशिश करता संदीप दुआबे का नगर लल्लिया इधर मुंडा चैना भी दुआबे का नगर काले संघिया लल्लिया पिंडा पिंड सुनी लल्लिया उतों दे बल्द सुनी दे गल दे टलिया की गल होंगी है इधर चैने ने पाई आ रेड देखते हैं कि हिसाब किताब हों मैनू इन्ना ना प्यार कर सोहने वे हो जू रांझे वांग होना वे पकीर वे जिमें गूठिया के मिलते निशान ना वे मिलनी ना तेरी तकदीर वे जिमें गूठिया के मिलते निशान ना वे मिलनी ना साड़ी तकदीर वे तो पॉइंट चैने दे से आ गया भी फरोज शाह वालों पिंदा जी जे अगले मैच दी राउंड दी टांजा निकलिया वीरो बोल दो भाई प्रबंधक वीरो ताकि ग्राउंड खाली ना रहे पिंदे ने पाई रेट देखते हैं हिसाब किताब की हुंदा पा भी बात देखते हैं शाबाश की फायदा सोचण दा सोच 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 के कुछ नहीं होना जम्मे दियां खुशियां ने मरे दा रोना वो पौड़ी परख लईए जिस पौड़ी ते पैर है धरिए इस्ताने मुक जाना भावे रोज मालशा करिए इस्ताने मुक जाना फरोज शाह वालों बहुत ही वधिया नौजवान देखते हैं साफ की हुंदा वाह वी वाह खिलाड़ियों ने बाहां पिछे पिछे वेंदा मेरी पैड वेंदा आई चीरे वालिया ढूंढ के लियाई वे मेरा लौंग गुआचा निगाह मारदा आई वे लौंग ने नहीं गुआचना पॉइंट ने किसी पासे चले जाना ते पॉइंट संदीप शाबाश ये खेड है कबड्डी है खेड है कबड्डी है किसी ने खेडनी तो किसी ने खेड खेड के छड़ी है
ਵੇਖਦੇ ਕੀ ਹਿਸਾਬ ਕਿਤਾਬ ਹੁੰਦਾ। ਤੈਨੂੰ ਕੀ ਪਤਾ ਵੇ ਪਾਣੀ ਪੀਣ ਕਦੋਂ ਡੱਡੀਆਂ ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ ਚੁੰਘਦੇ ਆ ਬੂਰੀਆਂ ਦੇਖਦੇ ਸੰਦੀਪ ਚਾਰਾਂ ਵਿੱਚੋਂ ਕਿਹਦੇ ਨਾਲ ਹਿਸਾਬ ਕਿਤਾਬ ਹੁੰਦਾ ਲੱਗਦਾ ਹੈ। ਦੱਸੀ ਗਿਆ ਬੂਟਾ ਸਿੰਘ ਹੈ ਕੀ ਹਿਸਾਬ ਕਿਤਾਬ ਹੈ। ਹਾਂ ਪੁਆਇੰਟ ਸੰਦੀਪ ਦੇ ਸਿਆ ਗਿਆ ਚੈਨਾ ਬਈ ਚੜਕ ਵੱਲੋਂ ਸ਼ਾਬਾਸ਼। ਵਾਲੀਬਾਲ ਹਾਕੀ ਬੈਲ ਗੱਡੀ ਨੇ ਕਬੱਡੀਆਂ ਰੱਸਾ ਕਸੀ ਡੰਡ ਬੈਠਕਾਂ ਨੇ ਕੱਢੀਆਂ ਜਵਾਨੀ ਨੱਚਦੀ ਆ ਜ਼ੋਰ ਨੱਚਦਾ ਗੁਆਂਢੀਆਂ ਦੇ। ਦੱਸੀ ਵੀ ਪੁਆਇੰਟ ਅਜਮੇਰ ਦਾ ਫੈਸਲਾ ਚੈਣੀ ਦੇ ਖਾਤੇ ਗਿਆ ਬਈ। ਪਿੰਡਾ ਬਈ ਚਾਹ ਕਹਿ ਦਿੰਦੇ ਬਾਈ ਚਾਹ ਮੈਨੂੰ ਵੀ ਲੋੜ ਕੋਈ ਨੀ ਬਾਈ ਚਾਹ ਭੇਜੋ ਉਧਰ ਜਿਹੜੀ ਤੇ ਤੁਹਾਡੇ ਜੰਗਲ ਵਾਲੇ ਪਾਸੇ ਸੇਵਾਦਾਰ ਬੈਠੇ ਆ ਨਿਗਾਹ ਰੱਖੋ। ਬਾਪ ਵੀ ਆ ਭਿੰਦੇ ਨੇ ਪਾਈ ਰੇਡ ਦੇਖਦੇ ਆ ਕਹਿ ਮੱਖਣ ਬਰਾੜਾਂ ਦਾ ਨਸ਼ੇ ਤਿਆਗੋ ਵਾਸਤੇ ਪਾ ਕੇ ਸਿੰਘ ਫਸਣ ਕੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ ਥੋੜੇ ਜਿਹੇ ਸਮੇਂ ਤੱਕ ਸਾਡੇ ਓਪਨ ਦੇ ਮੈਚ ਹੈ। ਵਾਹ ਵੀ ਵਾਹ। ਹੈਲੋ ਹਾਂਜੀ ਬਾਈ ਜੀ ਕਬੱਡੀ ਓਪਨ ਕਿੱਲੇ ਦੇ ਖਿਡਾਰੀਆਂ ਨੂੰ ਬੇਨਤੀ ਆ ਜਿੰਨੀਆਂ ਟੀਮਾਂ ਅਸੀਂ ਐਂਟਰ ਕਰਨੀਆਂ ਸੀ ਉਨੀਆਂ ਹੋ ਚੁੱਕੀਆਂ। ਜੇਕਰ ਕੋਈ ਇੱਥੇ ਆਈ ਟੀਮ ਐਂਟਰ ਆਉਣ ਵੱਲੋਂ ਰਹਿੰਦੀ ਹੈ ਤਾਂ ਛੇਦੀ ਤੋਂ ਛੇਦੀ ਇੱਥੇ ਐਂਟਰ ਹੋ ਜਾਏ ਮੁੜ ਕੇ ਟਾਂਗਾਂ ਕੱਢਣੀਆਂ। ਹਾਂਜੀ ਸ਼ਾਬਾਸ਼ ਸੰਦੀਪ ਬਈ ਫਿਰੋਸ਼ਾ ਵੱਲੋਂ ਸ਼ਾਬਾ ਲਲਤੋ ਦੇ ਮੇਲੇ 'ਚ ਵੀ ਇਸ ਨੌਜਵਾਨ ਨੇ ਧੁੰਮਾਂ ਪਾਈਆਂ ਨੇ ਆਪਾਂ ਇੱਥੇ ਆਪਦੇ ਵਰਗ ਦੇ ਵਿੱਚ। ਵਾਹ ਵੀ ਵਾਹ ਦੁਨੀਆਂ ਮੇਲੇ ਜਾਂਦੀ ਹੈ ਸੋਹਣਿਆ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸੱਜਣੀਆਂ ਵੇ ਫਿਰਨ ਕੰਗੜੀਆਂ ਪਾ ਕੇ ਚੱਲ ਆਪਾਂ ਵੀ ਚੱਲੀਏ ਵੇ ਆਪਾਂ ਨੂੰ ਕਿਸ ਗੱਲ ਦੀ ਹੈ ਚੋਰੀ। ਦੋ ਤਾਰਾ ਵੱਜਦਾ ਵੇ ਰਾਂਝਣਾ ਨੂਰ ਮਹਿਲ ਦੀ ਮੋਰੀ ਦੋ ਤਾਰਾ ਵੱਜਦਾ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੁੰਦਾ। ਵਾਹ ਕੱਢ ਦਿਆਂਗੇ ਪਾਣੀ ਜਿੱਥੇ ਮਾਰਾਂਗੇ ਅੱਡੀਆਂ ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ ਚੁੰਘਦੇ ਆ ਬੂਰੀਆਂ ਤੇ ਖੇਡਦੇ ਕਬੱਡੀਆਂ। ਪੁਆਇੰਟ ਚੜਕ ਦੇ ਸਿਆ ਗਿਆ ਜੀ। ਸਾਡੀ ਬੇਨਤੀ ਹੈ ਵੀ ਜਿਹੜਾ ਸੈਮੀ ਫਾਈਨਲ ਮੈਚ ਉਹ ਅਸੀਂ ਪਹਿਲਾਂ ਕਰਵਾਵਾਂਗੇ ਕਿਉਂਕਿ ਜਿਹੜੀ ਉਹਨਾਂ ਦੀ ਜੇਤੂ ਟੀਮ ਨੂੰ ਰੈਸਟ ਮਿਲ ਜੇ ਸਲੀਣਾ ਤੇ ਖੁਖਰਾਣਾ ਸੈਮੀ ਫਾਈਨਲ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ। ਸਲੀਣਾ ਤੇ ਖੁਖਰਾਣਾ ਇਹ ਟੀਮਾਂ ਗਰਾਊਂਡ 'ਚ ਆ ਜਾਣ ਸੈਮੀ ਫਾਈਨਲ ਵਾਸਤੇ, ਫਿਰ ਜਿਹੜਾ ਤੀਜੇ ਰਾਊਂਡ ਦਾ ਮੈਚ ਰਹਿੰਦਾ ਹੋਵੇਗਾ ਚੂਰ ਚੱਕ ਤੇ ਇਹਨਾਂ ਦੀ ਜੇਤੂ ਟੀਮ ਉਹ ਆ ਜਾਣ। ਸਲੀਣਾ ਤੇ ਖੁਖਰਾਣਾ ਆ ਜਾਣ ਸੈਮੀ ਫਾਈਨਲ ਮੈਚ ਦੇ ਲਈ ਸਾਡੀ ਬੇਨਤੀ ਹੈ। ਸਲੀਣਾ ਤੇ ਖੁਖਰਾਣਾ ਸੈਮੀ ਫਾਈਨਲ ਦੀਆਂ ਟੀਮਾਂ ਗਰਾਊਂਡ 'ਚ ਆ ਜਾਣ। ਪਿੰਦਾ ਬਈ ਫਿਰੋਸ਼ਾ ਵੱਲੋਂ ਪਿੰਦਾ। ਵਾਹ ਵੀ ਵਾਹ ਤੇਰੇ ਵੀਰ ਦੇ ਆ ਬੁੱਲਾਂ ਤੇ ਹਮੇਸ਼ਾ ਰਹਿੰਦੀ ਚੁੱਪ ਜਿਵੇਂ ਹਾੜ੍ਹ ਦੇ ਮਹੀਨੇ ਵਿੱਚ ਵੱਢ ਖਾਣੀ ਧੁੱਪ ਮੈਨੂੰ ਦੇਖ ਕੇ ਨਾ ਮੱਥੇ ਦੀ। ਦੱਸੀ ਬੂਟਾ ਸਿੰਘ ਕੀ ਫੈਸਲੇ ਹੋਏ ਨੇ। ਚੜਕ ਵੱਲੋਂ ਬਈ ਡੋਲੇ ਦੀ ਤਵੀਤ ਆ ਰਹੀ ਆ ਰਹੀ ਆ ਰਹੀ ਡੋਲੇ ਦੀ ਤਵੀਤ ਬਣ ਕੇ ਮੁੰਡਾ ਬਣ ਗਿਆ ਇੱਕ ਮੰਤਰੀ ਖਿਡਾਰੀ। ਵਾਹ ਵੀ ਵਾਹ ਨਹੀਂ ਇੰਜ ਚਿੱਠੀਆਂ ਦੇ ਨਾਲ ਨਹੀਂ ਵਿਸਰਦਾ ਮੈਨੂੰ ਕੱਲੀ ਨੂੰ ਕੱਲਾ ਤੂੰ ਮਿਲਵੇ ਤੇਰੇ ਵਾਸਤੇ ਸੀਨੇ 'ਚ ਸਾਂਭ ਰੱਖਿਆ ਜਦੋਂ ਮਰਜ਼ੀ ਤੂੰ ਲੈ ਜੀ ਮੇਰਾ ਦਿਲ ਵੇ ਲਾ ਦੇ ਵਾਜ ਤਾਂ ਦੇ ਦੀ ਰੇਸ ਤਾਂ ਤੂੰ ਲਾਉਣੀ ਮੈਂ ਤਾਂ ਨਹੀਂ ਤੇਰੇ ਨਾਲ ਲਾਉਣੀ। ਉਹ ਮੈਂ ਕਹਿੰਦਾ ਤੈਨੂੰ ਪੈਸੇ ਨਹੀਂ ਦੇਣੇ ਉਹਨਾਂ ਨੂੰ ਪੁੱਛ ਲੈ ਚੰਗਾ ਰਹੇਗਾ ਮੈਂ ਤਾਂ ਆਪ ਅਜੇ ਫਿਰਦਾ ਉਵੀਂ। ਹਾਂ ਸੰਦੀਪ ਉਹ ਜਿਹਨੇ ਬਹਿ ਵਿਅਕਤੀਗਤ ਕਰਤੱਵ ਕਰਨਾ ਉਧਰੋਂ ਪੁੱਛ ਗਿਆ ਕਰੋ ਸਟੇਜ ਵਾਲੇ ਪਾਸੇ ਮੇਰੇ ਕੋਲ ਪੈਸੇ ਪੁਸੇ ਹੈ ਨਹੀਂ ਜੇ ਮੇਰੀ ਡਿਊਟੀ ਹੁੰਦੀ ਫਿਰ ਮੈਂ ਥੋਥੋਂ ਲੈ ਕੇ ਤੁਹਾਡੇ ਵਾਲੀ ਦੇ ਦਿੰਦਾ ਹੁਣ ਤਾਂ ਹਿਸਾਬ ਕਿਤਾਬ ਠੀਕ ਜਿਹਾ ਹੀ ਹੈ ਕੋਈ ਗੱਲ ਨਹੀਂ। ਵਾਹ ਵੀ ਵਾਹ ਇਹ ਦੁਨੀਆਂ ਪੁੱਤਰ ਪੈਸੇ ਦੀ ਗੱਲ ਗਈ ਸੱਚੀ ਜਾਂਦੀ ਆ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਹੈ ਪੈਸਾ ਜਿਵੇਂ ਨਚਾਈ ਜਾਂਦਾ ਤੇ ਪੁਆਇੰਟ ਚੜਕ ਦੇ ਸਿਆ ਗਿਆ ਬਈ ਕਿਉਂਕਿ ਜਿੱਥੋਂ ਨਾ ਪੈਸੇ ਮਿਲਣੇ ਨੇ ਉੱਥੇ ਮੈਂ ਦੱਸ ਕੇ ਨਹੀਂ ਹੁੰਦਾ ਵੀ ਵਘੇਲੇ ਵਾਲੇ ਗਿਆ ਜਿੱਥੇ ਸੱਦਿਆ ਹੋਵੇ ਤਾਂ ਪੈਸੇ ਮਿਲ ਜਾਂਦੇ ਜਿਵੇਂ ਕੱਲ੍ਹ ਧੱਲੇ ਗਏ ਸੀ ਉੱਥੇ ਫਿਰ ਘਰੇ ਵੀ ਪੈਸੇ ਦੇਈਦੇ ਪਰ ਸੇਵਾ ਸੁਵਾ ਚੰਗੀ ਹੁੰਦੀ ਹੈ ਤੇ ਨਹੀਂ ਤਾਂ ਫਿਰ ਮੁੰਡਾ ਵੀ ਗਲਾਸੀ ਨੇੜੇ ਨਹੀਂ ਲਿਆਉਂਦਾ ਟੋਫੀਆਂ। ਵਾਹ ਵੀ ਵਾਹ ਦੇਖੋ ਇਸ ਪੈਸੇ ਦੇ ਕਾਰੇ ਹੋ ਗਏ ਭੈਣਾਂ ਨੇ ਵੀਰੇ ਮਾੜੇ ਪੈਂਦੇ ਪਿਓ ਪੁੱਤਰ ਵਿੱਚ ਪਾੜੇ ਰੱਖਦੇ ਲੋਕ ਦਿਲਾਂ ਵਿੱਚ ਸਾੜੇ ਭਾਈ ਤੋਂ ਭਾਈ ਮਰਵਾਉਂਦਾ ਪੈਸਾ ਜਿੱਥੇ ਵੀ ਅੱਗ ਲਾਉਂਦਾ ਦੁਨੀਆਂ ਮੱਚੀ ਜਾਂਦੀ ਹੈ। ਉਹ ਫਿਰ ਕਿੱਲਿਆਂ ਦੀ ਬਾਬਤ ਭਾਈ ਨੂੰ ਮਾਰਦੇ ਨੇ ਮੈਂ ਜੇਲ੍ਹ 'ਚ ਚਲੇ ਜਾਂਦੇ ਤੈਨੂੰ ਉਹ ਵੀ ਵਿਖ ਜਾਂਦੇ ਆ ਯਾਰ ਕਾਹਤੋਂ ਮਾਰਿਆ ਤਾਂ ਇੱਧਰ ਬਿਕਰ ਸਿੰਘ ਜੀ ਬੈਠੇ ਸਾਡੇ ਡਗਰੂ ਵਾਲੇ ਉਹ ਵੀ ਸਾਡੇ ਬਜ਼ੁਰਗਾਂ ਦੇ ਪਰ ਮਿੱਤਰ ਆ ਜੀ ਕਹਿੰਦਾ ਜੀ ਪਾਠ ਤਾਂ ਬਹੁਤ ਚੰਗਾ ਜੀ ਤੂੰ ਕਿੰਨਾ ਕੁ ਚੰਗਾ ਹੋਏਗਾ ਮੈਂ ਕਿਹਾ ਜੀ ਮੈਂ ਉਹਦੇ ਜਿੰਨਾ ਚੰਗਾ ਤਾਂ ਨਹੀਂ ਬਣਦਾ ਪਰ ਕੋਸ਼ਿਸ਼ ਕਰਾਂਗੇ ਕਿਉਂਕਿ ਕਹਿੰਦੇ ਜੀ ਪੰਡ ਦਾ ਮੁੰਡਾ ਜਈ ਲੱਗਾ ਅੱਗੇ ਪੰਡ ਤਾਂ ਚੰਗਾ ਸੀਗਾ ਤੇ ਪੰਡ ਦੇ ਮੁੰਡੇ ਨੇ ਤਾਂ ਛਿੱਲ ਪੱਟਣੀ ਹੈ ਉਹ ਆਪਾਂ ਨਹੀਂ ਛਿੱਲ ਛੁੱਲ
ਅਜੇ ਆਪਾਂ ਕਿਸੇ ਬਦਨਾਮੀ ਨਹੀਂ ਖੜੀ। ਚਲੋ ਉਸ ਪਾਸੇ ਆਪਾਂ ਕੀ ਜਾਣਾ ਜਾਵੇ, ਆ ਬਥੇਰੇ ਬੁੜੇ ਹੀ ਦੇ ਗਿਆ ਜੱਟਾਂ ਦੀ ਜ਼ਮੀਨ ਤਾਂ ਜੱਸਾ ਨੂੰ ਦਿੱਤੀ ਹੈ, 1 ਕਰੋੜ ਦੀ ਪੰਡੋ ਵੇਚ ਕੇ ਗਾ, 19 ਹੋਰ ਲੈ ਲਈ, 19 ਵੇਚ ਕੇ ਗਾ, ਅਸੀਂ ਤਾਂ ਐਂ ਤੋਰੀ ਤਾਰੀ ਫਿਰਦੇ ਨੇ। ਤੇ ਸਾਡੀ ਜੇਲ੍ਹ ਤਾਂ 100 ਰੁਪਈਆ ਹੁੰਦਾ, ਜੇ ਖਪਤਕਾਰ ਜਈ ਸਾਹਿਬ ਮਰੇ ਪਏ, ਮੈਂ ਮਰੇ ਨਾ ਕਹਿ ਦਿਆ ਕਰੋ, ਅੱਜ 100 ਚੱਕ ਤੇ ਬੁੱਤ ਲਿਆਦੀ, ਤੂੰ ਪੀ ਅੱਧੀ ਮੈਂ ਪੀਣਾ, ਮੈਂ ਮੋਗੇ ਜਾ ਕੇ ਪੀ ਲੂੰ, ਤੂੰ ਆਪਦਾ ਬਈ ਹੋਰ ਕਦੋਂ ਧਾਰ ਦੂਰ ਮੰਗ ਲਈ ਤੇ ਖੰਭੇ ਪਰਸੋਂ ਚੱਕ ਲਈ। ਲਾਰਾ ਨੀ ਹੁੰਦਾ ਆਪਣਾ ਵਾਹ ਵੀ ਮੈਂ ਬਾਪੂ ਸਾਗ ਨਾ ਕਰਾਈ ਲੈਣ, ਮੈਂ ਦਾਰੂ ਨਾ ਡੱਕੇ, ਹੋਰ ਬਾਈ ਅਸੀਂ ਕੀ ਖਾਈਏ, 24-45 ਫੁੱਟ ਖੰਭੇ ਤੇ ਚੜ੍ਹਦੇ ਨੇ ਤਾਂ ਪੀ ਲਈ। ਚਲੋ ਚੱਲ ਵੀ ਜਵਾਨਾ, ਸ਼ਾਬਾਸ਼ ਸਾਹਿਬ, ਭੈੜੇ ਜੱਗ ਨੇ ਕਹਾਣੀਆਂ ਪਾਈਆਂ ਵੀ ਤੂੰ ਮਤਾਂ ਲਾਈਆਂ, ਸਾਡੇ ਦੁੱਧ ਜਿਹਾ ਸੁੱਚਿਆਂ ਤੇ ਪਿੰਦੇ ਨੇ ਪਾਈਆ ਰੇਟ ਜੀ, ਸਾਡੇ ਦੁੱਧ ਜਿਹਾ ਸੁੱਚਿਆਂ ਤੇ ਆਉਂਦਾ ਜਾਂਦਾ ਮਿਲ ਮਾਈਆ ਵੇ ਤੇਰਾ ਆਉਣਾ ਜਾਣਾ ਉੱਚਿਆਂ ਤੇ, ਬਿਰਕਾ ਤੋੜ ਕੇ ਯਾਰੀ ਪੈ ਗਏ ਦੁੱਖ ਭਾਰੀ, ਮੈਂ ਇਹਦੀ ਸਾਰ ਨਾ ਜਾਣੀ, ਮੈਂ ਹੱਥੀ ਵੱਡ ਟਾਹਣੀਆਂ ਸਿਰਾਂ ਤੋਂ ਛਾਵਾਂ ਲੱਭਦੀ ਨਮਾਣੀ, ਮੈਂ ਹੱਥੀ ਵੱਡ ਟਾਹਣੀਆਂ, ਸਾਨੂੰ ਤਾਂ ਬਾਈ ਮੰਗਿਆ ਹੈ ਵੀ ਚੰਗੇ ਕਹਿੰਦੇ ਹੈ। ਚਲੋ ਤੁਸੀਂ ਚਲੋ ਆਪਾਂ ਕੀ ਕਹਿਣਾ ਯਾਰ, ਆਹ ਵੀ ਜਵਾਨਾ ਕੋਈ ਗੱਲ ਨੀ, ਵਾਹ ਵੀ ਵਾਹ, ਮੇਲਾ ਮੇਲੀਆਂ ਦਾ ਪੈਸਾ ਤੇਲੀਆਂ ਦਾ, ਮੁੰਡੇ ਚੜਕ ਵਾਲੇ ਨੇ ਪਾਈ ਰੇਟ ਪੈ ਤੇਲੀਆਂ ਦਾ ਬਿੱਲ, ਰਾਂਝਾ ਭਾਈਆਂ ਨੂੰ ਛੱਡ ਫਕੀਰ ਹੋਇਆ, ਛੱਡ ਗਈ ਜੀ ਸਾਹ ਸਹੇਲੀਆਂ ਦਾ, ਇੱਕ ਦਿਨ ਆਲਮਾ ਤੈਂ ਵੀ ਚਲੇ ਜਾਣਾ, ਬੂਆ ਬੰਦ ਰਹਿ ਜੂ ਖੁੱਲੀਆਂ ਹਵੇਲੀਆਂ ਦਾ, ਇੱਕ ਦਿਨ ਆਲਮਾ ਬਾਹ ਵਿਆਹ ਦੇਖਦੇ ਆ, ਇੰਨਾ ਤੈਨੂੰ ਪਿਆਰ ਕਰਾਂ ਕਿੰਨਾ ਕਿਆ, ਤੂੰ ਫੁੱਲ ਮੈਂ ਕੁਛ ਬੋ ਜਿਵੇਂ ਦੀਪਕ ਨੂੰ ਲਓ, ਜਿਵੇਂ ਪੰਛੀ ਤੇ ਪਰਦੇਸੀ ਨੂੰ ਗਰਾ ਨੀ, ਇੰਨਾ ਤੈਨੂੰ ਪਿਆਰ ਕਰਾਂ, ਅੱਜ ਨੈਟ ਤੇ ਦੇਖ ਰਹੇ ਨੇ ਤੁਹਾਡੇ ਨਗਰ ਦੇ ਬਛਿੰਦੇ ਜਿਹੜੇ ਦੱਸਦੇ ਹੋਣਗੇ ਵੀ ਇਹਨਾਂ ਗਰਾਊਂਡਾਂ 'ਚ ਜਾਂ ਇਹਨਾਂ ਨਗਰਾਂ 'ਚ ਅਸੀਂ ਪੜ੍ਹੇ ਹਾਂ ਤੇ ਖੇਡੇ ਹਾਂ ਜੀ, ਆਪੇ ਨਗਰ ਦੀ ਆਉਂਦੀ ਆ। ਸੰਦੀਪ ਫਿਰੋਜ਼ ਸ਼ਾਹ ਵੱਲੋਂ ਬਾਹਰ ਭਾਵੇਂ ਮਿਲਣ ਬਾਦਸ਼ਾਹੀਆਂ ਪਰ ਚਿੱਤ ਬਦਲਾਂ ਨੂੰ ਲੋੜਦਾ ਵੀ, ਸ਼ਾਬਾਸ਼ ਨਹੀਂ ਰੀਸਾਂ ਪੈਸੇ ਨਾਲ ਬਣ, ਹਾਂ ਕੀ ਹੋਇਆ ਦੱਸੀ ਬੂਟਾ ਸਾਹਿਬ, ਪਿੰਡ ਪੈਰਾ ਲਾਗੇ ਵਾਲੀ ਗੱਲ ਹੈ ਤੇ ਪੁਆਇੰਟ ਧਾਵੀ ਦੇ ਸਿਆ ਗਿਆ ਜੀ। ਅਗਲਾ ਦੇਖੋ ਜੀ ਕੀ ਪ੍ਰੋਗਰਾਮ, ਇੱਥੋਂ ਅਨਾਊਂਸ ਕਰੋ ਜੀ, ਟੀਮਾਂ ਗਰਾਊਂਡ ਖਾਲੀ ਆ, ਸਲੀਨਾ ਤੇ ਕੁਕਰਾਣੀ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਉਹ ਟੀਮਾਂ ਖੇਡ ਦੇ ਮੈਦਾਨ ਦੇ ਵਿੱਚ ਪੁੱਜਣ, ਸਲੀਨਾ ਵਰਸ ਜੋ ਕੁਕਰਾਣਾ ਸੈਮੀ ਫਾਈਨਲ ਮੈਚ ਖੇਡਿਆ ਜਾਣਾ। ਵਾਹ ਵੀ ਵਾਹ, ਸ਼ਾਬਾਸ਼, ਇੱਧਰ ਦੇਖਦੇ ਹਾਂ ਕੀ ਹਿਸਾਬ ਹੁੰਦਾ, ਮਾਨ ਮਤੀ ਹੈ ਉਸਨ ਮਟਿਆਰੇ, ਨਿਹਾਰਨੀ ਦੀ ਚਾਲ ਵਾਲੀਏ, ਤੇਰੇ ਮਗਰ ਕਿਸੇ ਨੀ ਆਉਣਾ ਨੀ, ਖੜੀ ਹੋ ਕੇ ਗੱਲ ਸੁਣ ਜਾ ਹੀਰੀਏ, ਤੇ ਕਾਲਜਾ ਬਗਾਨੇ ਪੁੱਤਾਂ। ਅੰਸ਼ ਅਗਲੇ ਮੈਚਾਂ ਦੀ ਕਮੈਂਟਰੀ ਤੂੰ ਕਰਨੀ, ਆਪਾਂ ਤਾਂ ਇੰਨੀ ਪਤਾ ਕਰਨੀ ਸੀ, ਇੰਨਾ ਹੀ ਬਸ, ਲੱਖਾਂ ਵਰਗਾ ਤੁਹਾਡਾ ਹਿਸਾਬ ਕਿਤਾਬ ਹੈ, ਫਿਰ ਵੇਖਾਂਗੇ ਜੇ ਚੱਕ ਹਿਸਾਬ ਕਿਤਾਬ, ਪਿੰਦੇ ਨੇ ਪਾਈਆ ਰੇਟ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੁੰਦਾ। ਸ਼ਾਬਾਸ਼, ਗੱਲ ਲਾ ਕੇ ਰੋਈਏ ਰੱਖ ਮੇਰੀ, ਕੋਈ ਵਿਛੜ ਕੇ ਕੋਈ ਰੋਵੇ ਨਾ, ਪਿਆਰ ਸਾਡੇ ਦੇ ਵਿੱਚ ਆ ਕੇ ਵੇਖੋ ਕਿ ਤੀਜਾ ਅਣ ਖਲੋਵੇ ਨਾ, ਗੱਲ ਅਚਨ ਚੇਤ ਹੋ ਗਈ ਸੱਜਣਾ, ਮੈਂ ਜਾਊਂਗੀ ਮਰਵੇ ਡਰ ਲੱਗਦਾ ਵਿਛੜ ਤੋਂ ਸੋਹਣਿਆ, ਪਿਆਰ ਨਾ ਇੰਨਾ ਕਰਿਆ ਕਰਾਂ, ਲੋ ਆਪਾਂ ਪੈਂਟ ਬੋਲ ਕੇ ਆ ਜਾ ਬਾਈ, ਸਾਡੀ ਅਰਥ ਸਾਡਾ ਵੀਰ ਜੋ ਮਾਈਕ ਤੇ ਅਗਲੇ ਬੋਲ ਬੋਲੇਗਾ, ਮੇਰੀ ਬੇਨਤੀ ਆ ਵੀ ਸਲੀਣਾ ਤੇ ਕੁਖਰਾਣਾ ਦੋਨੇ ਟੀਮਾਂ ਨੂੰ ਸੈਮੀ ਫਾਈਨਲ ਦੇ ਲਈ ਆ ਜਾਣਾ, ਸਲੀਣਾ ਤੇ ਕੁਖਰਾਣਾ। ਹਾਂਜੀ, ਜੋ ਪੁਆਇੰਟ ਨੇ ਚੜਕ ਦੇ 15.5 ਕਿਵੇਂ ਲਿਖਿਆ, ਅੱਛਾ ਨਾ ਫਰੋਸ਼ ਆ ਜੀ, ਲਓ ਜੀ ਧੰਨਵਾਦ, ਲਓ ਜੀ ਫੌਜੀ ਸਾਹਿਬ ਕਹਿੰਦੇ ਕੇਵਲ ਪਤਲੀ ਆ ਤੇ ਮੱਲੀ ਨੇ ਵੀ ਆਦੀ ਖਰੀਦਿਆ ਸੀ, ਉਹ ਵੀ ਆਪਾਂ ਭੋਲੇ ਤੋਂ ਕੀ ਗਏ ਸੀ, ਤੇ ਕੇਵਲ ਉਦੋਂ ਮੋਟੀ ਲੈ ਦੂੰਗਾ, ਉਹ ਚੱਲੀਏ ਘਰਾਂ ਨੂੰ, ਧੰਨਵਾਦ, ਮੈਂ ਨੀ ਪੀਂ